ਅਸੀਂ ਪਰਲੋਕ ਤੋਂ ਤੇਰੇ ਭਾਗ ਜਗਾਉਣ ਆਏ ਹਾਂ ਤੇ ਤੂੰ ਸੁੱਤਾ ਕਿਉਂ? ਕਿਵੇਂ ਮੁਸਕਰਾ ਰਿਹਾ? ਗੱਲ ਵੀ ਸਹੀ ਹੈ, ਛੜਾ ਬੰਦਾ ਸੁਪਨੇ 'ਚ ਵੀ ਮੁਸਕਰਾਉਂਦਾ ਅਤੇ ਵਿਆਹਾ ਬੰਦਾ ਸਿਰਫ ਸੁਪਨੇ 'ਚ ਹੀ ਮੁਸਕਰਾਉਂਦਾ। ਬੱਚਾ ਉੱਠ, ਆ ਦੇ ਬਾਬਾ ਜੀ ਆਏ ਨੇ। ਬੱਚਾ ਉੱਠ, ਆ ਦੇ, ਤੈਨੂੰ ਜਗਾਉਣ ਆਏ ਨੇ, ਤੇਰੇ ਸੁੱਤੇ ਭਾਗ ਜਗਾਉਣ ਆਏ ਨੇ ਬੇਟਾ, ਇੱਧਰ ਦੇਖ। ਯਾਰ ਆ ਦੇਖ ਲਿਆ, ਬਾਬਾ ਬੜਾ ਸੋਹਣਾ ਸੌਂ ਰਿਹਾ। ਕਿਹੜੇ ਮਾਹੌਲ ਨੇ, ਕੀ ਹਾਲਾਤ ਨੇ ਇਸ ਵੇਲੇ? ਅੱਧੀ ਰਾਤ ਨੂੰ ਕਿੱਥੇ ਜਾਓਗੇ ਤੁਸੀਂ? ਇੱਥੇ ਸੌਂ ਜਾਓ, ਸਵੇਰੇ ਉੱਠ ਕੇ ਨਾਲੇ ਗੱਲ ਕਰਾਂਗੇ, ਨਾਲੇ ਸਵੇਰੇ ਜਾਓ, ਇੱਧਰ ਪੈ ਜਾਓ। ਯਾਰ ਤੂੰ ਚੰਗਾ ਬੰਦਾ, ਅਸੀਂ ਯਮਰਾਜ ਤੋਂ ਅੱਖ ਬਚਾ ਕੇ ਤੇਰੇ ਸੁੱਤੇ ਭਾਗ ਜਗਾਉਣ ਆਇਆ ਤੇ ਤੂੰ ਜਾਗ ਹੀ ਨਹੀਂ ਰਿਹਾ। ਸਿਰ ਤੇ ਖਾਪਾ ਹੀ ਜਾਂਦੇ ਯਾਰ, ਬਾਬਾ ਜੀ ਕੀ ਹੈ? ਹਾਂ ਬਾਬਾ, ਕੁੰਡੀਆਂ ਸਾਰੀਆਂ ਬੰਦ, ਕਿੱਧਰ ਕਿੱਧਰ ਦੀ ਆ ਗਏ ਬਾਬਾ ਤੂੰ? ਚੋਰ 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 ਰਿਮੋਟ ਹੈ ਬੇਟਾ, ਤੇਰੀ ਆਵਾਜ਼ ਬੰਦ ਕੀਤੀ ਹੈ ਤਾਂ ਕਿ ਸਾਡੀ ਤੂੰ ਗੱਲ ਸੁਣ ਸਕੇ। ਯਾਰ ਮੈਂ ਤੇਰਾ ਭਲਾ ਕਰਨ ਲਈ ਯਮਰਾਜ ਤੋਂ ਚੋਰੀ ਆ ਰਿਹਾ, ਤੂੰ ਮੈਨੂੰ ਚੋਰ ਚੋਰ ਕਹੀ ਜਾ ਰਿਹਾ ਯਾਰ। ਹੈ ਦਰਅਸਲ ਅੱਜ ਕੱਲ੍ਹ ਮੈਂ ਯਮਰਾਜ ਜੀ ਦਾ OSD ਹਾਂ, ਆਫਿਸਰ ਔਨ ਸਪੈਸ਼ਲ ਡਿਊਟੀ। ਮੈਂ ਕੁਛ ਫਾਈਲਾਂ ਦੇਖ ਰਿਹਾ ਸੀ ਕਿ ਤੇਰੀ ਫਾਈਲ ਮੇਰੇ ਹੱਥ ਲੱਗ ਗਈ, ਜਿਸ ਵਿੱਚ ਸਾਫ਼ ਤੌਰ 'ਤੇ ਲਿਖਿਆ ਹੋਇਆ ਸੀ ਕਿ ਜੇ ਤੂੰ 1 ਸਾਲ ਦੇ ਅੰਦਰ ਅੰਦਰ ਵਿਆਹ ਨਾ ਕਰਵਾਇਆ ਤਾਂ ਤੇਰਾ ਕੰਮ ਯਕੀਨਨ ਮੌਤ। ਦੇਖ ਬੇਟਾ, ਮੈਂ ਧਰਤੀ ਦੇ ਲੋਕਾਂ ਵਰਗਾ ਲਾਲਚੀ ਨਹੀਂ। ਧਰਤੀ ਦੇ ਲੋਕ ਤਾਂ ਪੇਪਰ ਲੀਕ ਕਰਨ ਦੇ ਪੈਸੇ ਲੈਂਦੇ ਨੇ ਅਤੇ ਮੈਂ ਯਮਲੋਕ ਦੇ ਸੀਕ੍ਰੇਟ ਤੈਨੂੰ ਮੁਫ਼ਤ 'ਚ ਲੀਕ ਕਰ ਰਿਹਾ। ਦੇਖ ਲੈ, ਹੁਣ ਵੀ ਚੋਰ ਕਹੇਗਾ ਤੂੰ ਮੈਨੂੰ? ਖੋਲ ਦੇਣਾ ਆ ਲੈ। ਅੱਛਾ ਨਹੀਂ, ਚੋਰ ਤਾਂ ਨਹੀਂ ਕਹਿੰਦਾ ਬਾਬਾ ਜੀ ਮੈਂ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਆਪਣੀ ਮਤਲਬ ਕੋਈ ਰਿਸ਼ਤੇਦਾਰੀ ਤਾਂ ਹੈ ਨਹੀਂ, ਵਾਕਫ ਵੀ ਨਹੀਂ ਆਪਾਂ ਹੈਗੇ। ਨਹੀਂ ਤੁਸੀਂ ਯਮਲੋਕ ਦੇ ਸੀਕ੍ਰੇਟ ਮੇਰੇ ਕੋਲ ਲੀਕ ਕਰਨ ਕਿੱਦਾਂ ਆ ਗਏ ਜੀ? ਅਸਲ ਵਿੱਚ ਸਾਡੇ 'ਤੇ ਤੇਰਾ ਬਹੁਤ ਵੱਡਾ ਅਹਿਸਾਨ ਹੈ। ਮੈਂ 2 ਸਾਲ ਪਹਿਲਾਂ ਰੱਬ ਜੀ ਦੇ ਸਰਵੇ ਡਿਪਾਰਟਮੈਂਟ 'ਚ ਸੀ, ਮੇਰੀ ਡਿਊਟੀ ਸਰਵੇ ਕਰਨ ਦੀ ਤੇਰੇ ਮੁਹੱਲੇ 'ਚ ਲੱਗੀ ਅਤੇ ਮੈਂ ਮੰਗਤਾ ਬਣ ਕੇ ਆਇਆ। ਤੇਰੇ ਮੁਹੱਲੇ ਦੇ ਲੋਕ ਇੰਨੇ ਕੁੱਤੇ ਨੇ ਕਿ ਕਿਸੇ ਨੇ ਮੈਨੂੰ ਖੈਰ ਵੀ ਨਹੀਂ ਪਾਈ, ਕਹਿੰਦੇ ਤਾਂ ਮੇਰੀ ਛਿੱਤਰ ਪਰੇਡ ਵੀ ਕੀਤੀ। ਉਹ ਤੇਰਾ ਕਮੀਨਾ ਬਨਾਰਸੀ ਲਾਲ ਬਿਜਲੀ ਵਾਲਾ, ਉਹਨੇ ਤਾਂ ਮੈਨੂੰ ਪੱਥਰ ਮਾਰੇ। ਵੈਸੇ ਮੈਂ ਰੱਬ ਜੀ ਨੂੰ ਸਿਫਾਰਿਸ਼ ਕਰਕੇ ਬਾਅਦ 'ਚ ਉਹਦੇ ਕਿਡਨੀ 'ਚ ਪੱਥਰੀ ਪਵਾਤੀ। ਹੁਣ ਵੀ ਜਦ ਮੈਂ ਆ ਰਿਹਾ ਸੀ ਨਾ, ਹਾਏ ਹਾਏ ਕਰ ਰਿਹਾ ਸੀ, ਮੈਂ ਕਿਹਾ ਮਰ। ਇੱਕ ਕੁੜੀ ਸੀ ਬੇਟਾ ਜਿਸਨੇ ਮੈਨੂੰ 2.5-3 ਕਿਲੋ ਖੀਰ ਖਵਾਈ, ਤੂੰ ਕੌਲੇ ਭਰ ਭਰ ਕੇ ਲਿਆਂਦਾ ਸੀ ਅਤੇ ਮੈਂ ਗੜਪ ਗੜਪ ਖਾਈ ਜਾਂਦਾ ਸੀ। ਬਾਬਾ ਜੀ ਤੁਸੀਂ ਮੈਨੂੰ ਕੋਈ ਉੱਪਰਲਾ ਸੀਕ੍ਰੇਟ ਲੀਕ ਕਰਨ ਦੀ ਜਿਹੜੀ ਗੱਲ ਕਰ ਰਹੇ ਸੀ ਉਹ ਕੰਪਲੀਟ ਨਹੀਂ ਕੀਤੀ ਤੁਸੀਂ। ਉਹ ਸੀਕ੍ਰੇਟ ਇਹ ਹੈ ਕਿ ਜਿਹੜਾ ਬੰਦਾ ਛੜਾ ਮਰਦਾ ਉਹ ਅਗਲੇ ਜਨਮ ਵਿੱਚ ਕੁੱਤੇ ਦੀ ਜੂਨ ਵਿੱਚ ਜਾਂਦਾ ਹੈ। ਕੁੱਤੇ ਦੀ ਜੂਨ 'ਚ? ਮੇਰੀ ਗੱਲ ਮੰਨੇ ਤਾਂ ਵਿਆਹ ਕਰਵਾ ਲੈ, ਨਹੀਂ ਸਾਲ ਬਾਅਦ ਉੱਪਰ ਮਿਲਦੇ ਹਾਂ। ਹਾਂ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਤੇਰਾ ਕੁੱਤਾ ਬਣਨਾ ਯਕੀਨੀ ਹੈ। ਹਾਂ ਸਿਫਾਰਿਸ਼ ਕਰਾ ਕੇ ਮੈਂ ਤੈਨੂੰ ਕਿਸੇ ਅੱਛੀ ਨਸਲ ਦਾ ਕੁੱਤਾ ਬਣਵਾ ਸਕਦਾ, ਗਾਰੰਟੀ ਹੈ। ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਗੱਲ ਸੁਣੋ, ਉਹ ਬਾਬਾ ਜੀ ਕਿਤੇ ਤੁਰੇ ਜਾਂਦੇ ਹੋ, ਕੰਧ ਹੈ ਕਿ ਕੰਧ 'ਚ ਤੇ ਕੰਧ ਪਾੜ ਕੇ ਨਿਕਲ ਗਿਆ ਬਾਬਾ ਜੀ। ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਕਮਾਲ ਦਾ ਬੰਦਾ ਯਾਰ ਤੂੰ, ਬੰਦਾ ਤੇ ਤੂੰ ਹੈ ਨਹੀਂ, ਕਮਾਲ ਦਾ ਬਾਬਾ ਯਾਰ ਤੂੰ ਹੈ। ਆਪ ਕਿੱਦਾਂ ਲਿਪੋ ਗੁੱਡੀਓ ਹਵਾ 'ਚ ਉੱਡਦਾ ਜਾਣ ਡਿਆ, ਇੱਧਰ ਸਾਡੀ ਜ਼ਿੰਦਗੀ 'ਚ ਡੋਰ ਦਾ ਸਾਰਾ ਪਿੰਨਾ ਹੀ ਉਲਝਾ ਗਿਆ। ਜਾਂ ਤਾਂ ਵਿਆਹ ਦਾ ਫਾਹ ਲਈਏ ਅਤੇ ਜਾਂ ਫਿਰ ਕੁੱਤੇ ਵਾਲਾ ਕੁੱਤਖਾਨਾ। ਯਾਰ ਕਿੱਦਾਂ
गेट ते बनिया संगली पार कुत्ते दी कोई जिंदगी हुंदी इन्हें भी पिछले जन्म च रिहा नहीं ना कराया होना जिद फड़ गया होना जी नहीं कराना बस अड़ गया शक्लों में बिल्कुल मेरे वर्गा अड़ियल लगन दी है खड़ा ही मरिया होना ते आ गया कुत्ते दी जून च जागदे रहो जागदे रहो हैं लगदा जागदे रहो नु कोई ज्यादा ही सीरियसली ले गए ने माफ करना घुग्गी साहब अद्धी रात नु ब्याहां नु उहनां दी जनानियां घरों बाहर कढ दिंदियां ने पर थोनू किने बाहर कढ दित्ता छड़िया नु सौ जाओ घुग्गी साहब अद्धी रात नु कुत्ते दे की दर्शन करी जांदे हो दीवान चंद मैं कुत्ता नहीं बनना चाहता यार कुत्ता मेरा मतलब मैं ब्याह करवाना चाहता यार मैं ब्याह मेरा मतलब मरना नहीं चाहता यार मरना वो यार क्यों मेरा दिमाग खाई जाना के पापा तू चल अपना काम कर यार दस चोर चार कभी फड़िया कलोनी ची तू मैनू फड़ के खलो गया काम कर यार अपना जाके चलो एक सलाह दवा मेरी मनो कोई दवाई बूटी ला लो गर्मी ना 15-20 बंदे लुट गए ने जागदे रहो ਬਾਬਾ ਤੇਰੇ ਆ ਨਵਾਂ ਹੀ ਸਿਆਪਾ ਪਾ ਗਿਆ ਬੈਠੇ ਬਿਠਾਏ ਨੂੰ ਮੈਨੂੰ ਨਹੀਂ ਸੋਰੀ ਸਿਆਪਾ ਨਹੀਂ ਵੈਸੇ ਤਾਂ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕਸ ਤੁਹਾਡਾ ਪਰ ਪੰਗਾ ਤਾਂ ਹੁਣ ਇਹ ਆ ਨਾ ਅਗਰ ਵਿਆਹ ਨਾ ਕਰਾਇਆ ਤਾਂ ਸਾਲ ਦੇ ਅੰਦਰ ਅੰਦਰ ਫਾੜੀ ਚਲੋ ਕੋਈ ਐਡਾ ਦੁੱਖ ਨਹੀਂ ਜਾਣਦਾ ਵੀ ਸਿਆਪਾ ਇਹ ਹੈ ਕਿ ਅਗਲੇ ਜਨਮ 'ਚ ਕੁੱਤੇ ਦੀ ਜੂਨ 'ਚ ਪਾਵਾਂਗੇ ਜੇ ਛੜੇ ਮਰ ਗਏ ਤਾਂ ਨਾ ਐ ਨਹੀਂ ਮੈਂ ਬਰਦਾਸ਼ਤ ਕਰ ਸਕਦਾ ਕੁੱਤੇ ਤੋਂ ਤਾਂ ਵੈਸੇ ਬੜੀ ਨਫ਼ਰਤ ਹੈਗੀ ਮੈਨੂੰ ਕੁੱਤੇ ਬਣ ਕੇ ਤਾਂ ਸਿਆਪਾ ਬੇੜਾ ਪੈ ਜਾਣਾ ਬੜੀ ਕੁੱਤੇ ਖਾਣੀ ਹੁੰਦੀ ਕੁੱਤੇ ਨਾਲ ਮੈਂ ਨਹੀਂ ਚਾਹੁੰਦਾ ਮੈਂ ਕੁੱਤਾ ਬਣਾ ਤਾਂ ਮੇਰੇ ਨਾਲ ਕੁੱਤੇ ਵਾਲੀ ਹੋਵੇ ਮੈਂ ਕੀ ਲੈਣਾ ਇਸ ਕੁੱਤਖਾਨੇ 'ਚ ਬਹਿ ਕੇ ਵੇਖੋ ਜੀ ਕੁੱਤੇ 'ਤੇ ਕੋਈ ਜ਼ਿੰਦਗੀ ਹੁੰਦੀ ਹੈ ਕੁੱਤੇ ਨੂੰ ਪਟਾ ਪਾਇਆ ਵਾ ਕੁੱਤੇ ਨੂੰ ਸੰਗਲੀ ਪਈ ਹੈ ਬਿੱਲੀ ਬੜਕ ਮਾਰ ਕੇ ਹੋ ਜਾਂਦੀ ਹੈ ਕੁੱਤੇ ਦੀ ਕੋਈ ਜ਼ਿੰਦਗੀ ਲਓ ਡਿਸਾਈਡਿਡ ਵਿਆਹ ਨਾ ਕਰਾਉਣ ਵਾਲੀ ਕਸਮ ਕੈਂਸਲ ਵਿਆਹ ਤਾਂ ਹੁਣ ਕਰਾਵਾਂਗੇ ਕਰਾਵਾਂਗੇ ਕੀ ਵਿਆਹ ਤਾਂ ਹੁਣ ਹੋਏਗਾ ਹੁਣ ਨਹੀਂ ਬਲਕਿ ਵਿਆਹ ਹੁਣੇ ਹੀ ਹੋਏਗਾ ਪੰਗਾ ਇਹ ਜੀ ਕਿ ਜੇ ਵਿਆਹ ਹੁਣੇ ਹੋਣਾ ਤਾਂ ਵਿਆਹ ਲਈ ਤਾਂ ਇੱਕ ਕੁੜੀ ਵੀ ਚਾਹੀਦੀ ਹੈ ਰੈਸ ਵੇਲੇ 2:30 ਵਜੇ ਤਾਂ ਕੁੜੀ ਲੱਭਣੀ ਬੜੀ ਔਖੀ ਹਾਂ ਕੁੜੀ ਕਿੱਥੋਂ ਆਏਗੀ ਇਹ ਸੋਚਣਾ ਕੰਮ ਹੈ ਕਿਸ਼ੋਰੀ ਦਾ ਮੇਰੀ ਕੋਈ ਟੈਨਸ਼ਨ ਨਹੀਂ ਹੈਗੀ ਕਿਸ਼ੋਰੀ ਕਿੱਦਣ ਕੰਮ ਆਏਗਾ ਜੇ ਵੀ ਟੈਨਸ਼ਨ ਮੈਂ ਆਪ ਲੈਣੀ ਹੈ ਤਾਂ ਫੋਨ ਕਿੱਥੇ ਮੇਰੇ ਫੋਨ ਹੈਲੋ ਹਾਂ ਕਿਸ਼ੋਰੀ ਘੁੱਗੀ ਬੋਲਦਾ ਹਾਂ ਦੱਸ ਅੱਛਾ ਮੇਰੀ ਗੱਲ ਧਿਆਨ ਨਾ ਸੁਣੀ ਯਾਰ ਮੈਂ ਵਿਆਹ ਕਰਾਉਣਾ ਉਹ ਕੀ ਹੈ ਯਾਰ ਰਾਤ ਦੇ 2:30 ਵਜੇ ਪਿਆ ਤੈਨੂੰ ਮਜ਼ਾਕ ਸੋਚਦੇ ਆ ਨਹੀਂ ਨਹੀਂ ਯਾਰ ਮੈਂ ਮਜ਼ਾਕ ਨਹੀਂ ਕਰ ਰਿਹਾ ਸੀਰੀਅਸਲੀ ਆਈ ਐਮ ਸੀਰੀਅਸ ਮੈਂ ਵਿਆਹ ਕਰਾਉਣਾ ਉਹ ਲੋਕੀ ਭਰਾਵਾ ਤੇਰੇ ਬਾਰੇ ਸਹੀ ਹੋ ਕਹਿੰਦੇ ਆ ਪਰ ਮੈਂ ਨਹੀਂ ਸੀ ਮੰਨਦਾ ਸਾਰੇ ਲੋਕ ਕਹਿੰਦੇ ਘੁੱਗੀ ਹਿੱਲ ਗਿਆ ਵੈਸੇ ਹਰਕਤਾਂ ਵੀ ਤੇਰੀਆਂ ਹਿੱਲਣ ਵਾਲੀਆਂ ਹੀ ਨੇ ਯਾਰ ਟਰਾਈ ਟੂ ਅੰਡਰਸਟੈਂਡ ਹੈ ਕੀ ਗੱਲ ਕਰ ਰਹੇ ਕਿਸ਼ੋਰੀ ਤੂੰ ਮੁਸ਼ਕਿਲ ਦੀ ਘੜੀ 'ਚ ਯਾਰ ਦਾ ਸਾਥ ਛੱਡ ਰਿਹਾ ਯਾਰ ਉਹ ਮੇਰੀ ਗੱਲ ਸੁਣ ਤੂੰ 25-30 ਗੋਲੀਆਂ ਨੀਂਦਿਆਂ ਖਾ ਕੇ ਨਾ ਆਰਾਮ ਨਾਲ ਸੌਂ ਜਾ ਦੇਖ ਅੱਬਲਾ ਤੂੰ ਸਵੇਰੇ ਉੱਠਦਾ ਨਹੀਂ ਜੇ ਉੱਠ ਖੜਿਆ ਫਿਰ ਆਪਾਂ ਗੱਲ ਕਰਾਂਗੇ ਓਕੇ ਓਕੇ ਬਾਏ ਓ ਬਾਏ ਹੈਲੋ ਕਿਸ਼ੋਰੀ ਕਿਸ਼ੋਰੀ ਵੀ ਬੰਦ ਕਰ ਗਿਆ ਕਿਸ਼ੋਰੀ ਲਾਲ ਜੀ ਨੇ ਭੇਜਿਆ ਕਿਸ਼ੋਰੀ ਨੇ ਭੇਜਿਆ ਤੁਹਾਨੂੰ ਕਿਸ਼ੋਰੀ ਦੀ ਬੜੀ ਕੁਇਕ ਸਰਵਿਸ ਹੈ ਯਾਰ ਹੈ ਲੱਗਦਾ ਬਹੁਤੀ ਕਿਤੋਂ ਏਟੀਐਮ ਚੋਂ ਕੱਢ ਲਿਆ ਉਹ ਸੌਰੀ ਜੀ ਤੁਸੀਂ ਕਿੰਨਾ ਸਹਾਇਤਾ ਦੀ ਕੇ ਆਏ ਹੋ ਐਡੇ ਸੋਹਣੇ ਲੱਗ ਰਹੇ ਮੈਂ ਕਿੱਡਾ ਗੰਦਾ ਜਿਹਾ ਲੱਗਣ ਡਿਆ ਖੋਤਾ ਲੱਗ ਰਿਹਾ ਤੁਸੀਂ ਆ ਤੁਸੀਂ ਮੈਨੂੰ ਘੁੱਟਦੇ ਮੈਂ ਬਿਲਕੁਲ ਤਿਆਰ ਸ਼ਿਆਰ ਜੋ ਕੇ ਸਰ ਪਲੀਜ਼ ding ding
ਉਹ ਪਹਿਲਾਂ ਮੈਂ ਹੀ ਸੀ ਜੀ ਬਣੈਣ ਪਜਾਮੇ 'ਚ, ਮੈਂ ਫਿਰ ਤਿਆਰ ਸ਼ਿਆਰ ਹੋ ਕੇ ਟੋਪ ਟੱਪਾ ਜਿਹਾ ਕੱਢ ਕੇ ਆ ਗਿਆ ਜੀ। ਵੈਸੇ ਪਹਿਲਾਂ ਤੁਸੀਂ ਜ਼ਿਆਦਾ ਵਧੀਆ ਲੱਗਦੇ ਪਏ ਸੀ। ਹਾਂਜੀ ਜੀ, ਮੈਂ ਤੁਹਾਡੇ ਨਾਲ ਇੱਕ ਮਿੰਟ ਗੱਲ ਕਰ ਸਕਦੀ ਹਾਂ? ਇੱਕ ਮਿੰਟ ਦੀ ਕੀ ਗੱਲ ਕਰ ਰਹੇ ਹੋ ਜੀ, ਕਿਸ਼ੋਰੀ ਲਾਲ ਉਹਨਾਂ ਨੇ ਭੇਜਿਆ ਨਾ ਤੁਹਾਨੂੰ, ਇੱਕ ਜਨਮ ਦੀ ਗੱਲ ਕਰੋ। ਆਪਾਂ ਆ ਜਾਓ, ਆਪਾਂ ਇੱਥੇ ਬਹਿ ਕੇ ਗੱਲ ਕਰਦੇ ਹਾਂ। ਹਾਂ ਆ ਜਾਓ, ਤੁਹਾਡਾ ਹੀ ਘਰ ਹੈ, ਆਪਣਾ ਘਰ ਸੁਣ, ਧਿਆਨ ਸਾਰਾ ਤੁਹਾਡੇ ਵਾਲੀ ਚਲਾ ਗਿਆ, ਐਂ ਬੈਠੋ ਇੱਥੇ, ਆਪਣਾ ਘਰ ਸਮਝੋ, ਸਮਝੋ ਕਿ ਆਈ ਤੁਹਾਡਾ ਹੁਣ ਤਾਂ ਐਕਚੁਅਲੀ ਫਸਟ ਟਾਈਮ, ਪਹਿਲੀ ਵਾਰ। ਕਾਫੀ ਦਿਲਚਸਪ ਆਦਮੀ ਹੋ ਤੁਸੀਂ। ਉਹ ਤਾਂ ਹੈ, ਮੈਂ ਦਿਲਚਸਪ, ਤੁਸੀਂ ਦਿਲਚਸਪਾਂ। ਦਿਲਚਸਪਾਂ ਕੀ ਹੁੰਦਾ ਜੀ? ਦਿਲਚਸਪਾਂ ਮਤਲਬ ਜਿੱਦਾਂ ਦਿਲ, ਦਿਲ ਦਿਲ ਲਈਦਾ ਹੀ ਹੈ, ਅਤੇ ਇੱਦਾਂ ਹੀ ਚਸਪਾਂ ਮਤਲਬ ਚਿਪਕਣਾ, ਤੁਸੀਂ ਦਿਲ ਚਿਪਕਣ ਵਾਲੇ, ਦਿਲ ਨੂੰ ਚਿਪਕਣ ਵਾਲੇ, ਦਿਲਚਸਪਾਂ। ਮਿਸਟਰ ਕਿਸ਼ੋਰੀ ਨੇ ਤੁਹਾਡੇ ਨਾਲ ਗੱਲ ਕੀਤੀ ਹੋਣੀ ਹੈ ਜੀ? ਕੀਤੀ ਤਾਂ ਸਹੀ ਮਾੜੀ ਮੋਟੀ, ਪਰ ਨਾਮ ਹੀ ਕੀਤੀ ਹੋਵੇ ਤਾਂ ਕੋਈ ਗੱਲ ਨਹੀਂ। ਵੇਖੋ ਕਿਸ਼ੋਰੀ ਲਾਲ ਨੇ ਜੋ ਕਹਿਣਾ ਮੈਂ ਉਹ ਮੰਨਣਾ ਹੀ ਮੰਨਣਾ, ਕਿਉਂਕਿ ਦੇਖੋ ਕਿਸ਼ੋਰੀ ਲਾਲ ਮੇਰਾ ਵੀਰ ਹੈ, ਅਤੇ ਜੋ ਕਿਸ਼ੋਰੀ ਲਾਲ ਨੇ ਕਿਹਾ ਤਾਂ ਪੱਥਰ 'ਤੇ ਲਕੀਰ ਹੈ। ਤੁਸੀਂ ਇਹ ਦੱਸੋ, ਤੁਸੀਂ ਕਿਹੜੀ ਕਾਰ ਲੈਣਾ ਪਸੰਦ ਕਰੋ? ਨਾ ਇਹ ਗੱਲ ਦੁਬਾਰਾ ਨਾ ਕਰਿਓ। ਦੇਖੋ ਮੈਂ ਕਮੀਨਾ ਨਹੀਂ ਹੈਗਾ, ਕਾਰ ਕੂਰ ਦਾ ਨਹੀਂ ਸੀ ਸੋਚਿਆ, ਮਾਰੇ ਸੰਯੋਗ ਰਲਾ ਦੇਵੇ ਬਸ, ਸਾਡਾ ਘਰ ਵੱਸਦਾ ਜੇ, ਕਾਰ ਕੂਰ ਨੂੰ ਗੋਲੀ ਮਾਰ, ਨਹੀਂ ਤਾਂ ਕਾਰਾਂ ਕੂਰਾਂ 'ਤੇ ਬੰਦਾ ਲੈਂਦਾ ਰਹਿੰਦਾ, ਇਹ ਨਹੀਂ ਅਸੀਂ ਲਾਲਚ ਕੀਤੇ ਕਾਰ ਲੈਣੀ। ਪਰ ਉਹਨਾਂ ਨੇ ਮੈਨੂੰ ਤੁਹਾਡਾ ਰੈਫਰੈਂਸ ਇਸ ਲਈ ਦਿੱਤਾ ਸੀ ਕਿ ਤੁਸੀਂ ਕਾਰ ਲੋਨ ਲੈਣਾ। ਕਾਰ ਵਾਸਤੇ ਲੋਨ? ਮਜ਼ਾਕ ਕਰ ਰਹੇ ਹੁਣੇ ਤੁਸੀਂ, ਬੜੇ ਮਜ਼ਾਕੀਆ ਨੇਚਰ 'ਤੇ ਲੱਗਦੇ ਤੁਸੀਂ ਮੈਨੂੰ। ਦੇਖੋ ਕਾਰ ਲੋਨ ਦੀ ਗੱਲ ਨਹੀਂ ਹੈਗੀ ਜੀ, ਆਪਾਂ ਤਾਂ ਬਸ ਵਿਆਹ ਵਾਸਤੇ ਕੁੜੀ ਚਾਹੀਦੀ, ਭਾਵੇਂ ਨਗਦ ਮਿਲ ਜੇ, ਭਾਵੇਂ ਲੋਨ 'ਤੇ ਮਿਲ ਜੇ, ਕਿਸ਼ਤਾਂ ਤਾਰੀ ਜਾਵਾਂਗੇ। ਮੈਨੂੰ ਲੱਗਦਾ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ। ਨਾ ਬਿਲਕੁਲ ਨਹੀਂ, ਲੈ ਗਲਤ ਸਮਝ ਰਿਹਾ ਹੁੰਦਾ ਤਾਂ ਮੈਂ ਵਿਆਹ ਵਾਲੀ ਗੱਲ ਹੀ ਨਹੀਂ ਸੀ ਤੋਰਨੀ। ਵਿਆਹ ਕਿਹਦੇ ਨਾਲ? ਵਿਆਹ ਮੇਰਾ ਤੁਹਾਡੇ ਨਾਲ। ਮੇਰੇ ਨਾਲ? ਤੈਨੂੰ ਕਿਸ਼ੋਰੀ ਨੇ ਭੇਜਿਆ ਨਾ, ਉਹਨੇ ਸਾਰਾ ਸਮਝਾ ਕੇ ਭੇਜਿਆ ਹੋਣਾ। ਕਿਸ਼ੋਰੀ ਲਾਲ ਜੀ ਨੇ ਤੁਹਾਡਾ ਰੈਫਰੈਂਸ ਮੈਨੂੰ ਇਸ ਲਈ ਦਿੱਤਾ ਸੀ ਕਿ ਤੁਹਾਨੂੰ ਕਾਰ ਵਾਸਤੇ ਲੋਨ ਚਾਹੀਦਾ। ਆਪਾਂ ਕਾਰ ਵਾਸਤੇ ਕੀ, ਆਪਾਂ ਟਰੱਕ ਵਾਸਤੇ ਲੋਨ ਲੈ ਲਾਂਗੇ, ਕਰੀਏ ਬਸ ਵਿਆਹ ਵਾਲੀ ਸੈਰਾਮਣੀ ਜੀ ਹੋ ਜੇ, ਵਿਹਲੇ ਹੋ ਜੀਏ। ਬੜੇ ਬਦਤਮੀਜ਼ ਆਦਮੀ ਤੁਸੀਂ, ਮੈਂ ਤੁਹਾਨੂੰ ਸ਼ਰੀਫ ਆਦਮੀ ਸਮਝਦੀ ਸੀ, ਪਤਾ ਨਹੀਂ ਕਿਵੇਂ ਕਿਵੇਂ ਦੇ ਲੋਕ ਮਿਲਦੇ। ਤੇ ਬਾਬਾ ਜੀ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਬਸ ਵੀ ਜੇ ਮੈਂ ਵਿਆਹ ਨਾ ਕਰਾਇਆ ਇੱਕ ਸਾਲ ਦੇ ਅੰਦਰ ਅੰਦਰ ਤੇ ਆਪਾਂ ਫੁੜ ਕੇ ਸਮਝੋ, ਮੇਰੀ ਤਾਂ ਜਾਨ ਨਿਕਲ ਗਈ ਗੱਲ ਸੁਣ ਕੇ, ਤੇ ਜਿਹੜੀ ਮਾੜੀ ਜੀ ਜਾਨ ਅੜੀ ਸੀ ਉਹ ਅਗਲੀ ਗੱਲ ਸੁਣ ਕੇ ਨਿਕਲ ਗਈ। ਕਹਿੰਦੇ ਇਹ ਕੋਈ ਵੱਡੀ ਗੱਲ ਨਹੀਂ ਵੀ ਜੇ ਵਿਆਹ ਨਾ ਕਰਾਇਆ ਤਾਂ ਸਾਲ ਦੇ ਅੰਦਰ ਅੰਦਰ ਫੁੜਕ ਜਾਣਾ, ਜਿਹੜੀ ਅਗਲੀ ਗੱਲ ਦੱਸੀ ਨਾ ਸੁਣ ਕੇ ਪਰੇਸ਼ਾਨ ਹੋ ਜਾਏਗਾ। ਉਹ ਕੀ? ਕਹਿੰਦੇ ਵੀ ਜੇ ਤੂੰ ਛੜਾ ਹੀ ਮਰ ਗਿਆ ਅਗਲੇ ਜਨਮ 'ਚ ਕੁੱਤੇ ਦੀ ਜੂਨ 'ਚ ਪਏਗਾ। ਬਹੁਤ ਬਹੁਤ ਮੁਬਾਰਕਾਂ ਯਾਰ। ਕਿਸ਼ੋਰੀ ਮੈਂ ਬੜਾ ਪਰੇਸ਼ਾਨ ਆ, ਮੇਰੀ ਤਾਂ ਰਾਤਾਂ ਦੀ ਨੀਂਦ ਉੱਡੀ ਪਈ ਯਾਰ, ਮੈਂ ਤੈਨੂੰ ਕੀ ਦੱਸਾਂ, ਮੈਨੂੰ ਤੇ ਰਹਿ ਰਹਿ ਕੇ ਖਿਆਲ ਆਉਂਦੇ ਵੀ ਖਰੇ ਮੇਰੇ ਪਿੱਛੇ ਪੂਛ ਨਿਕਲਦੀ ਪਈ, ਕਦੀ ਮੈਨੂੰ ਲੱਗਦਾ ਮੇਰੇ ਕੰਨ ਖੜੇ ਹੋ ਗਏ ਨੇ। ਦੱਸੀ ਨਾ ਕਿਸੇ ਨੂੰ, ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਉਂਦੀ ਹੈ, ਮੈਨੂੰ ਤਾਂ ਕਦੀ ਕਦੀ ਇੱਦਾਂ ਦਿਲ ਕਰਦਾ ਮੇਰਾ ਵੀ ਉੱਠ ਕੇ ਬਿੱਲੀਆਂ ਮਗਰ ਭੱਜਾਂ ਮੈਂ। ਆ ਕੱਲ੍ਹ ਰਾਤ ਦੇ ਵਿੱਚ ਵਿੱਚ 8 ਵਾਰੀ ਮੈਂ ਪੈਰ ਨਾਲ ਆਪਣਾ ਕੰਨ ਖੁਰ ਕੇ। ਬਾਬਾ ਜੀ ਤੈਨੂੰ ਪੂਰੀ ਇਨਫੋਰਮੇਸ਼ਨ ਨਹੀਂ ਦੇ ਕੇ ਗਏ? ਕੀ ਬਕਵਾਸ ਕਰ ਰਹੇ ਹਾਂ ਬਾਬਾ ਜੀ, ਹੋਰ ਇਨਫੋਰਮੇਸ਼ਨ ਕੀ ਦੇ ਕੇ ਜਾਣੀ ਯਾਰ, ਕਮਾਲ ਕਰ ਰਹੇ ਹਾਂ। ਨਾ ਤੈਨੂੰ ਬਾਬਾ ਜੀ ਨੇ ਇਹ ਤਾਂ ਦੱਸਿਆ ਨਹੀਂ ਵੀ ਤੂੰ ਕੁੱਤਾ ਤਾਂ ਬਣਨਾ ਦੇਖ, ਪਰ ਇਹ ਥੋੜੀ ਦੱਸਿਆ ਵੀ ਕਿਹੜੇ ਰੰਗ ਦਾ ਬਣੇਗਾ, ਭੂਰਾ ਬਣੇਗਾ, ਕਾਲਾ ਬਣੇਗਾ, ਡੱਬਾ ਬਣੇਗਾ। ਨਹੀਂ ਤੂੰ ਕੀ ਜਾਣਾ ਵੀ ਬਾਬਾ ਜੀ ਸ਼ੇਡ ਕੱਢ ਦੇ ਕੇ ਜਾਂਦੇ ਵੀ ਬੇਟਾ ਚੈੱਕ ਕਰ ਦਿਓ। ਨਹੀਂ ਮੇਰਾ ਮਤਲਬ ਹੋ ਜਾਂਦੀ ਭੂਰਾ ਕੁੱਤਾ ਨਾ ਮੈਨੂੰ, ਮੈਂ ਕਹਿੰਦਾ ਮੇਰੇ ਵਾਲਾ ਗ੍ਰੀਨ। ਨਾਲੇ ਹੋਰ ਗੱਲ, ਉਹਨੇ ਤੈਨੂੰ ਇਹ ਵੀ ਨਹੀਂ ਦੱਸਿਆ ਵੀ ਤੂੰ ਕਿਹੜੇ ਮੁਲਕ 'ਚ ਜਨਮ ਲੈਣਾ, ਇੰਗਲੈਂਡ ਜੰਮਣਾ, ਅਮਰੀਕੇ ਜੰਮਣਾ, ਕੈਨੇਡੇ ਜੰਮਣਾ। ਦੇਖ ਪੁੱਤਰ, ਜੇ ਤੂੰ ਜੰਮ ਪਿਆ ਇਹਨਾਂ ਮੁਲਕਾਂ 'ਚ ਫਿਰ ਤਾਂ ਕਰੇਂਗਾ ਐਸ਼, ਮੇਮਾਂ ਦੀ ਕੁਛੜੋਂ ਨਹੀਂ ਲਿਆ ਕਰਨਾ, ਤਾਂ ਲਾਟਰੀ ਲੱਗ ਜਾਣੀ ਤੇਰੀ ਪੂਰੀ। ਅਤੇ ਜੇ ਕਿਤੇ ਜੰਮ ਪਿਆ ਆਪਣੇ ਆਲੇ ਦੁਆਲੇ ਦੇ ਪਿੰਡਾਂ 'ਚ ਰਾਤ ਦੇ 12:15 ਅੜੀਕਿਆ ਕਰਾਂਗਾ ਵੀ ਕਦੋਂ ਵੱਜਣ, ਕਦੋਂ ਹਲਵਾਈ ਆਪਣੀਆਂ ਦੁਕਾਨਾਂ ਬੰਦ ਕਰਨ ਅਤੇ ਕੜਾਹੀਆਂ ਚੱਟਣ ਨੂੰ। ਅਤੇ ਪੁੱਤਰ ਦਿਨੇ ਤਾਂ ਫਿਰ ਤੈਨੂੰ ਪਤਾ ਹੀ ਹੈ, ਕਾਰਾਂ ਪਿੱਛੋਂ ਵਿਹਲ ਨਹੀਂ ਮਿਲਿਆ ਕਰਨੀ, ਕਾਰਾਂ ਪਿੱਛੇ ਭੱਜਿਆ ਫਿਰੇ ਕਰੇਗਾ। ਅਤੇ ਫਿਕਰ ਨਾ ਕਰ ਉੱਲੂ ਦੀਆਂ ਪੱਠਿਆਂ, ਫਿਰ ਤੇਰੀ ਲੱਤ ਮੈਂ ਪਿੰਨੀ ਦੇ ਕੋਲੋਂ ਪਾੜਨੀ, 14 ਟੀਕੇ ਲੱਗਣੇ ਤੇਰੇ ਢਿੱਡ ਵਿੱਚ, ਅਤੇ ਜਦੋਂ 14 ਟੀਕਾ ਲਵਾ ਕੇ ਵਾਪਸ ਮੁੜਿਆ ਕਰੇਗਾ ਨਾ, ਮੈਂ ਲੱਤ ਫੇਰ ਪਾੜ ਦਿਆ ਕਰਨੀ ਤੇਰੀ, ਚਲੋ ਵਾਪਸ 14 ਟੀਕਾ। ਅੱਛਾ ਅੱਛਾ ਅੱਛਾ, ਛੜਾ ਤੂੰ ਮਰੇਗਾ ਉਹਦੀ ਸਜ਼ਾ ਮੈਨੂੰ ਭੁਗਤਣੀ ਪੈਣੀ ਹੈ, ਇਹਦਾ ਮਤਲਬ ਆਪਦਾ ਲੈਗ ਪੀਸ ਬਚਾਉਣ ਵਾਸਤੇ ਤੇਰਾ ਵਿਆਹ ਕਰਾਉਣਾ ਪੈਣਾ ਹੈ। ਉਹ ਭਾਈ ਸਾਹਿਬ, ਉਹਦੇ ਵਾਸਤੇ ਕੁੜੀ ਲੱਭਣੀ ਪੈਣੀ ਹੈ। ਨਹੀਂ ਕੁੜੀ ਦੀ ਕੀ ਲੋੜ ਹੈ, ਬਾਬਾ ਜੀ ਨੇ ਇਹ ਥੋੜ੍ਹਾ ਸ਼ਰਤ ਲਾਈ ਵੀ ਵਿਆਹ ਕਿਸੇ ਕੁੜੀ ਨਾਲ ਕਰਾਉਣਾ। ਹੁਣ ਵੇਖੋ ਨਾ, ਰੋਜ਼ ਅਖਬਾਰਾਂ ਪੜ੍ਹੋ,
ਕੁੜੀਆਂ ਆਪੋ ਜੀ ਵਿਆਹ ਕਰਾਈ ਜਾਂਦੀਆਂ, ਕੁੜੀ ਦਾ ਵਿਆਹ ਕੁੜੀ ਨਾਲ, ਆਪਾਂ ਆਪੋ ਜੀ ਵਿਆਹ ਕਰਾ ਲੈਂਦੇ, ਆਈ ਡੋਂਟ ਮਾਈਂਡ। ਨਾਲੇ ਫਿਰ ਤੂੰ ਵੀ ਟੌਹਰ ਨਾਲ ਦੱਸਿਆ ਕਰੇਗਾ, ਮਾਈਸੈਲਫ ਕਿਸ਼ੋਰੀ ਲਾਲ, ਪਤਨਾ ਸ਼੍ਰੀ ਗੁਰਪ੍ਰੀਤ ਘੁੱਗੀ। ਮੈਂ ਵੀ ਦੱਸਿਆ ਕਰਾਂਗਾ ਨਾ, ਸ਼੍ਰੀ ਕਿਸ਼ੋਰੀ ਲਾਲ ਜੀ ਮੇਰਾ ਵਾਹੁਟਾ। ਹਾਏ ਕਿੰਨਾ ਮਜ਼ਾ ਆਏਗਾ ਜਦੋਂ ਮੈਂ ਤੈਨੂੰ ਵੇਲਣੇ ਨਾਲ ਕੁੱਟਿਆ ਕਰਾਂਗਾ। ਅਤੇ ਆਖਰ ਫਿਰ ਇੱਕ ਦਿਨ ਤੈਨੂੰ ਮੈਂ ਘੱਟ ਦਾਜ ਲਿਆਉਂਦਾ ਬਹਾਨਾ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਸਾੜ ਦਿਆਂ। ਉਹ ਅੱਛਾ ਜੀ, ਤੇਰੇ ਨਾਲ ਵਿਆਹ ਕਰਾ ਕੇ ਵੀ ਸਜ਼ਾ ਮੈਨੂੰ ਹੀ ਭੁਗਤਣੀ ਪੈਣੀ ਹੈ। ਯਾਰ ਕਿਸ਼ੋਰੀ ਮੇਰੀ ਗੱਲ ਨੂੰ ਥੋੜ੍ਹਾ ਸੀਰੀਅਸਲੀ ਲੈ, ਦੇਖ ਮੇਰਾ ਵਿਆਹ ਤੂੰ ਹੀ ਕਰਵਾ ਸਕਦਾ। ਯਾਰ ਤੂੰ ਹੀ ਮੇਰਾ ਯਾਰ ਆ, ਤੂੰ ਹੀ ਮੇਰਾ ਪਰਿਵਾਰ। ਓਏ ਬੇਵਕੂਫਾ, ਜਦੋਂ ਇੱਕ ਤੋਂ ਇੱਕ ਸੋਹਣੀ ਕੁੜੀ ਤੇਰੇ ਨਾਲ ਵਿਆਹ ਕਰਾਉਣ ਲਈ ਤਰਸਦੀ ਸੀ, ਇੱਕ ਤੋਂ ਇੱਕ ਸੋਹਣੀ ਕੁੜੀ ਤੇਰੇ ਤਰਲੇ ਪਾਉਂਦੀ ਸੀ ਵਿਆਹ ਕਰਨ ਲਈ, ਉਹ ਤਾਂ ਤੂੰ ਮਾਂ ਦੇ ਆਟੇ ਵਾਂਗੂ ਆਕੜੇ ਰਿਹਾ। ਆਹ ਹੁਣ ਉਲਟਾ ਤੂੰ ਤਰਲੇ ਪਾਉਣਾ ਵਿਆਹ ਕਰਾਉਣ ਲਈ, ਹੈਂ? ਆਈਡੀਆ, ਵਾਟ ਅ ਗ੍ਰੇਟ ਆਈਡੀਆ, ਬਹੁਤ ਅੱਛੀ ਗੱਲ ਨਿਕਲੀ ਤੇਰੇ ਮੂੰਹੋਂ। ਇੱਕ ਤੋਂ ਇੱਕ ਸੋਹਣੀ ਕੁੜੀ ਮੇਰੇ ਤਰਲੇ ਮਾਰਦੀ ਹੁੰਦੀ ਸੀ ਵਿਆਹ ਕਰਾਉਣ ਵਾਸਤੇ, ਬਹੁਤ ਅੱਛੀ ਗੱਲ ਤੇਰੇ ਮੂੰਹੋਂ ਨਿਕਲੀ ਹੈ। ਜਿਹੜੀਆਂ ਕੁੜੀਆਂ ਮੇਰੇ ਤਰਲੇ ਮਾਰਦੀਆਂ ਹੁੰਦੀਆਂ ਸੀ ਵਿਆਹ ਕਰਾਉਣ ਵਾਸਤੇ, ਇੱਕ ਇੱਕ ਵਾਰੀ ਆਪਾਂ ਉਹਨਾਂ ਦਾ ਤਰਲਾ ਮਾਰ ਕੇ ਵੇਖ ਲੈਂਦੇ। ਹੋ ਸਕਦਾ ਤੀਰ ਕਿਤੇ ਕੱਦੂ 'ਚ ਵੱਜੇ ਜਾ ਕੇ, ਹੋ ਸਕਦਾ ਕਿਤੇ ਡੁੱਲੇ ਬੇਰਾਂ ਦਾ ਜੇ ਕੁਛ ਨਾ ਵਿਗੜਿਆ ਹੋਵੇ, ਸ਼ਾਇਦ ਕੋਈ ਵਿਚਾਰੀ ਕਰਮਾਂ ਦੀ ਮਾਰੀ ਅਜੇ ਤੱਕ ਵੀ ਬੈਠੀ ਉਡੀਕਦੀ ਹੋਈ ਵੀ ਕਦੋਂ ਦੇਵਦਾਸ ਹਾਂ ਕਰੇ, ਕਦੋਂ ਮੈਂ ਇਹਦੇ ਨਾਲ ਵਿਆਹ ਕਰਾਵਾਂ। ਕੁੜੀਆਂ ਦੇ ਕੰਟੈਕਟ ਆਪਣੇ ਕੋਲ ਹੈਗੇ ਆ, ਡਾਇਰੀ ਡਾਇਰੀ ਮੇਰੀ ਪੁਰਾਣੀ ਡਾਇਰੀ, ਸਾਰਿਆਂ ਦੇ ਨੰਬਰ ਹੈਗੇ, ਤੁਸੀਂ ਕੌਣ ਬੈਠ, ਮੈਂ ਡਾਇਰੀ ਅਤੇ ਟੈਲੀਫੋਨ ਚੱਕ ਕੇ ਲਿਆਵਾਂ, ਇੱਕ ਇੱਕ ਵਾਰੀ ਸਾਰੇ ਪਾਸੇ ਟਰਾਈ ਮਾਰ ਕੇ ਦੇਖਦੇ ਮੈਂ ਡਾਇਰੀ ਅਤੇ ਟੈਲੀਫੋਨ। ਲਓ ਜੀ ਕਿਸ਼ੋਰੀ ਜੀ, ਟੈਲੀਫੋਨ ਵੀ ਆ ਗਿਆ ਅਤੇ ਡਾਇਰੀ ਵੀ ਆ ਗਈ ਹੈ। ਨਹੀਂ, ਯੈਸ, ਪਿੰਕੀ ਪਿੰਕੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ, ਗੁਰਪ੍ਰੀਤ ਘੁੱਗੀ ਬੋਲ ਰਿਹਾ ਜੀ। ਆਂਟੀ ਪਿੰਕੀ ਨਾਲ ਗੱਲ ਕਰਨੀ ਸੀ ਜੀ। ਬੇਟਾ ਉਹਦੇ ਵਿਆਹ ਨੂੰ ਤਾਂ 4 ਸਾਲ ਹੋ ਗਏ, ਜਗਾਦਰੀ ਵਿਆਹ ਹੋਇਆ, ਉਹਦਾ ਮੁੰਡਾ ਆਇਆ ਹੋਇਆ, ਤੂੰ ਉਹਦੇ ਨਾਲ ਗੱਲ ਕਰ। ਪੁੱਤਰ ਆਪਣੇ ਮਾਮਾ ਜੀ ਨੂੰ ਕਹੋ, ਮਾਮਾ ਜੀ ਸਤਿ ਸ਼੍ਰੀ ਅਕਾਲ। ਮਾਮਾ ਜੀ ਸਤਿ ਸ਼੍ਰੀ ਅਕਾਲ। ਬਕਵਾਸ ਨਾ ਕਰ, ਮਾਮਾ ਕਹੀਂ ਜਾ ਕੇ ਪਿਓ ਨੂੰ ਬਕਵਾਸ ਮਾਰ ਦੇ। ਮਾਮਾ ਬਕਵਾਸ ਨਾ ਕਰ ਮਾਮਾ, ਹੋਰ ਕੋਈ ਨੰਬਰ ਦੇਖੋ, ਅਤੇ ਪਿੱਛੇ ਕਿਤੇ ਬੇਟੀ ਦਾ ਵੀ ਨੰਬਰ ਆਇਆ ਸੀ। ਯੈਸ ਯੈਸ, ਹਟ ਜਾ ਤੂੰ, ਹਟ ਜਾ, ਇਹ ਰੀਅਲ ਸਿੱਧਾ ਕਰ ਲਈ, ਇਹਦੇ ਕਰਕੇ ਨਾ ਰਿਸ਼ਤਾ ਰਹਿ ਜੇ ਕਿਤੇ। ਹੈਲੋ ਹੈਲੋ ਅੰਕਲ, ਸਤਿ ਸ਼੍ਰੀ ਅਕਾਲ ਅੰਕਲ, ਮੈਂ ਬਿੱਟੀ ਨਾਲ ਗੱਲ ਕਰ ਸਕਦਾ ਜੀ? ਕੌਣ ਬੋਲਦਾ? ਅੰਕਲ ਮੈਂ ਗੁਰਪ੍ਰੀਤ ਘੁੱਗੀ ਬੋਲ ਰਿਹਾ ਜੀ, ਮੈਂ ਬਿੱਟੀ ਦਾ ਦੋਸਤ। ਬੇਟਾ ਜੀ ਉਹਦਾ ਵਿਆਹ ਹੋ, ਇਹਨੂੰ ਤੇ 7 ਸਾਲ ਹੋ ਗਏ ਨੇ, ਕਿੰਨੇ ਹੁੰਦੀ ਅੱਜ ਕੱਲ੍ਹ, ਗੱਲਬਾਤ ਨਹੀਂ ਹੁੰਦੀ ਤੁਹਾਡੀ? ਨਹੀਂ ਅੰਕਲ, ਗੱਲਬਾਤ ਹੋਈ ਨਹੀਂ ਜੀ। ਅੱਛਾ ਅੱਛਾ, ਐਤਕੀ ਫਿਰ ਉਹਨੂੰ ਆਪਾਂ ਸਰਪ੍ਰਾਈਜ਼ ਦਿੰਦੇ ਹਾਂ, ਰੱਖੜੀ 'ਤੇ ਆ ਰਹੀ ਹੈ, ਭਰਾਵਾਂ ਨੂੰ ਰੱਖੜੀ ਬੰਨਣ, ਤੁਸੀਂ ਵੀ ਆ ਜਾਓ ਪੁੱਤਰ। ਹੈਲੋ 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 ਅੰਕਲ, ਆਵਾਜ਼ ਨਹੀਂ ਆ ਰਹੀ ਤੁਹਾਡੀ। ਬੇਟਾ ਮੈਨੂੰ ਤੇ ਤੁਹਾਡੀ ਆਵਾਜ਼ ਸਾਫ਼ ਸੁਣ ਰਹੀ ਹੈ। ਅੰਕਲ ਪਤਾ ਨਹੀਂ ਸਾਫ਼ ਤੁਹਾਨੂੰ ਸੁਣਦੀ ਨਹੀਂ, ਮੈਨੂੰ ਤੇ ਮਾਸਾ ਵੀ ਨਹੀਂ ਸੁਣ ਰਹੀ ਆਵਾਜ਼ ਤੁਹਾਡੀ। ਹੈਲੋ 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 ਹੈਲੋ, ਓਕੇ ਅੰਕਲ ਸਤਿ ਸ਼੍ਰੀ ਅਕਾਲ। ਕੀ ਹੋਇਆ? ਉਹਦਾ ਪਿਓ ਸੀ ਭਰਾਵਾ, ਉਹਦੇ ਰੱਖੜੀ ਲੈ ਕੇ ਪੈ ਗਿਆ ਮੈਨੂੰ ਅੱਗੋਂ। ਉਹ ਚੱਲ ਬਣਾ ਲੈ ਫਿਰ ਰੱਖੜੀ, ਮਾਣ ਤਾਣ ਵੀ ਕੋਈ ਚੀਜ਼ ਹੁੰਦਾ। ਗੱਲ ਸੁਣੋ, ਸਿਰ ਸਿਰੇ ਮੇਰੇ ਕੋਲ ਮਾਨ ਸਨਮਾਨ ਨਾ ਕਰਵਾ ਲਈ, ਕਿਤੇ ਬਕਵਾਸ ਕਰਨ ਨੇ ਮੇਰੀ ਜਾਨ ਤੇ ਬਣੀ, ਤੈਨੂੰ ਗੱਲਾਂ ਆਉਂਦੀਆਂ? ਇੱਕ ਮਿੰਟ ਯਾਰ, ਨੰਬਰ ਤੇ ਕੱਢੋ ਮੀਨਾ ਦਾ ਨੰਬਰ। ਮੀਨਾ ਮੇਰੇ ਅੱਖਾਂ ਅੱਗੇ ਆਇਆ ਮੀਨਾ। ਓਏ ਯਾਰ ਮੇਰੇ ਨਾਲ ਜ਼ਿਆਦਾ ਕਾਹਲੀ, ਤੈਨੂੰ ਰੁਕ ਜਾ ਇੱਕ ਮਿੰਟ, ਮੈਨੂੰ ਲੱਗਦਾ ਕਰ ਹੀ ਨਹੀਂ ਜੀ। ਹੈਲੋ ਹੈਲੋ ਆਂਟੀ, ਸਤਿ ਸ਼੍ਰੀ ਅਕਾਲ, ਮੈਂ ਗੁਰਪ੍ਰੀਤ ਘੁੱਗੀ ਬੋਲ ਰਿਹਾ ਜੀ, ਮੀਨਾ ਦਾ ਦੋਸਤ, ਮੀਨਾ ਦਾ ਵਿਆਹ ਹੋ ਗਿਆ। ਤੁਸੀਂ ਵਿਆਹ ਦੀ ਗੱਲ ਕਰਦੇ ਹੋ, ਉਹਦਾ ਤਾਂ ਤਲਾਕ ਵੀ ਹੋਣ ਵਾਲਾ। ਵੈਰੀ ਗੁੱਡ, ਬਹੁਤ ਅੱਛੀ, ਬਹੁਤ ਚੰਗੀ ਕਿਸਮਤ ਹੈ। ਉਹਦਾ ਤਲਾਕ ਹੋ ਰਿਹਾ, ਇਹ ਚੰਗੀ ਕਿਸਮਤ ਹੈ? ਨਹੀਂ ਨਹੀਂ, ਉਹਦੀ ਚੰਗੀ ਕਿਸਮਤ ਨਹੀਂ, ਪਰ ਮੇਰੀ ਤਾਂ ਚੰਗੀ ਕਿਸਮਤ ਹੀ ਹੈ ਨਾ ਜੀ। ਕੀ ਮਤਲਬ? ਮਤਲਬ ਇਹ ਹੈ ਕਿ ਜਿੱਦਾਂ ਹੀ ਮੀਨਾ ਦਾ ਤਲਾਕ ਹੁੰਦਾ ਨਾ, ਤੁਸੀਂ ਮੈਨੂੰ ਦੱਸ ਦਿਓ ਨਾ, ਤੈਨੂੰ ਦੱਸ ਕੇ ਉਹਦਾ ਰਿਸ਼ਤਾ ਮੁੜ ਜੁੜ ਜੂਗਾ? ਰਿਸ਼ਤਾ ਜੁੜ ਨਹੀਂ ਜਾਏਗਾ, ਦੇਖੋ ਜੀ ਵਿਆਹ ਦਾ ਰੀਮਿਕਸ ਤੇ ਹੋ ਸਕਦਾ ਕਿ ਨਹੀਂ? ਵਿਆਹ ਦਾ ਰੀਮਿਕਸ? ਹਾਂਜੀ, ਦੇਖੋ ਜਿੱਦਾਂ ਫਿਊਜ਼ਨ, ਮੇਰਾ ਮਤਲਬ ਨਹੀਂ, ਤੁਹਾਡੇ ਲਈ ਕਨਫਿਊਜ਼ਨ ਹੀ ਹੈ, ਤੁਹਾਨੂੰ ਨਹੀਂ ਸਮਝ ਆਉਣੀ। ਕੋਈ ਨਹੀਂ, ਤੁਸੀਂ ਮੈਨੂੰ ਦੱਸ ਦਿਓ ਜਿੱਦਾਂ ਹੀ ਤਲਾਕ ਹੁੰਦਾ ਨਾ, ਜਸਟ ਇਨਫੋਰਮ ਹੈ। ਓਕੇ ਬਾਏ, ਥੈਂਕ ਯੂ। ਤਾਂ ਵਿਆਹੀਆਂ ਗਈਆਂ। ਉਹ ਭਾਈ ਸਾਹਿਬ, ਦੁਨੀਆਂ ਦੇ ਵਿੱਚ ਮੂਰਖਾਂ ਦੀ ਕਮੀ ਨਹੀਂ,
ਆਪਾਂ ਨੂੰ ਫਰੈਸ਼ ਰਿਸ਼ਤਾ ਲੱਭਣਾ ਪੈਣਾ ਔਰ ਆਪਾਂ ਲੱਭਾਂਗੇ ਉਹ ਯਾਰ ਰਿਸ਼ਤਾ ਭਾਵੇਂ ਵਿਆਹ ਹੋਵੇ ਅਤੇ ਭਾਵੇਂ ਵਿਆਹ ਤਰਵਿਆ ਹੋਵੇ ਉਹ ਜਿੱਦਾਂ ਸਬਜ਼ੀ ਵਾਲੇ ਨਹੀਂ ਪਾਣੀ 'ਤੇ ਚਾਰ ਕੁ ਛਿੱਟੇ ਮਾਰ ਕੇ ਸਬਜ਼ੀ ਫਰੈਸ਼ ਕਰ ਲੈਂਦੇ ਅਸੀਂ ਵੀ ਇੱਥੇ ਚਾਰ ਕੁ ਛਿੱਟੇ ਜੇ ਮਾਰ ਕੇ ਰਿਸ਼ਤਾ ਫਰੈਸ਼ ਕਰ ਲੈਂਦੇ ਇੱਕ ਆਈਡੀਆ ਆਇਆ ਸ਼ਹਿਰ ਵਿੱਚ ਕੰਧਾਂ ਭਰੀਆਂ ਪਈਆਂ ਨੇ ਰਿਸ਼ਤੇ ਹੀ ਰਿਸ਼ਤੇ ਉਹ ਆਹੋ ਕੰਧਾਂ 'ਤੇ ਲਿਖਿਆ ਹੁੰਦਾ ਰਿਸ਼ਤੇ ਹੀ ਰਿਸ਼ਤੇ ਪਰ ਲਿਖਣ ਨਾਲ ਕੀ ਹੋ ਜਾਂਦਾ ਹੁਣ ਕੰਧ 'ਚ ਥੋੜ੍ਹਾ ਰਿਸ਼ਤਾ ਨਿਕਲਾਉਣਾ ਕਿਤੋਂ ਮੈਰਿਜ ਬਿਊਰੋ ਵਾਲਿਆਂ ਕੋਲ ਰਿਸ਼ਤੇ ਤਿਆਰ ਬਰ ਤਿਆਰ ਪਏ ਹੁੰਦੇ ਨੇ ਬਸ ਉਹਨਾਂ ਦੇ ਆਫਿਸ ਜਾਣ ਦੀ ਲੋੜ ਹੈ ਪਰ ਇਸ ਵੇਲੇ ਤਾਂ ਯਾਰ ਕਿਸ਼ੋਰੀ ਮੈਨੂੰ ਇਹ ਟੈਨਸ਼ਨ ਪਈ ਹੋਈ ਹੈ ਕਿ ਮੇਰੀ ਅੱਜ ਦੀ ਰਾਤ ਕਿੱਦਾਂ ਨਿਕਲੂਗੀ ਕਿਉਂਕਿ ਮੇਰੀ ਤਾਂ ਜਾਨ ਨਿਕਲੀ ਜਾਂਦੀ ਯਾਰ ਮੈਨੂੰ ਤਾਂ ਰਹਿ ਰਹਿ ਕੇ ਇਹ ਖਿਆਲ ਆ ਰਿਹਾ ਵੀ ਜਿੱਦਾਂ ਕਿਤੇ ਮੈਂ ਕੁੱਤਾ ਨਹੀਂ ਬਣ ਚੱਲੀ ਉਹ ਚੱਲ ਤੂੰ ਫਿਕਰ ਨਾ ਕਰ ਅੱਜ ਦੀ ਰਾਤ ਕੁੱਤਾ ਬਣਦਾ ਹੀ ਸਵਾਦ ਲੈ ਆਪਣੇ ਕੰਨ ਖੜੇ ਰੱਖ ਅਤੇ ਸਾਰੀ ਰਾਤ ਬਿੱਲੀਆਂ ਮਗਰ ਭੱਜ ਖਬਰ ਆਹ ਕੁੱਤੇ ਵਾਲੀ ਆਪਸ਼ਨ ਹੀ ਪਸੰਦ ਆ ਜੇ ਇੱਕ ਦਿਨ ਵੈਸੇ ਅਖਬਾਰ ਪ੍ਰੈਸ ਚੋਂ ਛਪ ਕੇ ਆਉਂਦੀ ਉੱਤੋਂ ਅਖਬਾਰਾਂ ਸੁੱਟਣ ਵਾਲੇ ਇਹੋ ਜਿਹਾ ਮਰੋੜਾ ਦਿੰਦੇ ਅਖਬਾਰ ਨੂੰ ਇਹਨੂੰ ਪੜ੍ਹਨ ਵਾਸਤੇ ਵੀ ਨਾ ਦੁਬਾਰਾ ਪ੍ਰੈਸ ਕਰਨ ਦੀ ਲੋੜ ਪੈ ਜਾਏ ਅਖਬਾਰੇ ਖੋਲਦੇ ਸਾਡੀ ਕਿਸਮਤ ਦੇ ਸਿਤਾਰੇ ਬਾਲ ਸੰਸਾਰ ਪਿੰਡ ਵਸਿਆ ਨਹੀਂ ਤੇ ਚੋਰ ਪਹਿਲੋਂ ਪੈ ਗਏ ਨੇ ਬਾਲ ਸੰਸਾਰ ਉਹ ਕਮਲੇ ਹੋ ਜੇ ਮੇਰਾ ਸੁਪਨਿਆਂ ਦਾ ਸੰਸਾਰ ਤੇ ਵਸ ਲੈਣ ਦਿਓ ਬਾਲ ਸੰਸਾਰ ਤੇ ਫਿਰ ਆਪੇ ਹੀ ਵਸ ਜਾਣਾ ਬਾਲ ਸੰਸਾਰ ਚ ਮੈਂ ਕੀ ਕਰਦਾ ਕਲਾਸੀਫਾਈਡ ਯੈਸ ਇਹਦੇ 'ਚ ਗੱਲ ਬਣਨੀ ਆਪਣੀ ਕਤੂਰੇ ਵਿਕਾਊ ਹਨ ਫਿੱਟੇ ਮੂੰਹ ਇੱਥੇ ਆਪਣੇ ਖਾਣ ਨੂੰ ਰੋਟੀਆਂ ਨਹੀਂ ਲੱਭਦੀਆਂ ਕਤੂਰਿਆਂ ਨੂੰ ਰੋਟੀਆਂ ਪਾਓ ਵੈਸੇ ਕੁੱਤੇ ਕੁੱਤੇ ਸ਼ੌਂਕ ਪਾਲੇ ਹੋਏ ਲੋਕਾਂ ਨੇ ਵੈਸੇ ਕਤੂਰੇ ਵਿਕਾਓ ਵੈਸੇ ਇੱਕ ਨੂੰ ਕਤੂਰੇ ਚੰਗੇ ਮੈਂ ਕਹਿੰਦਾ ਬੰਦਿਆਂ ਦੀ ਮਸ਼ਹੂਰੀ ਨਹੀਂ ਅਖਬਾਰ 'ਚ ਹੁੰਦੀ ਕੁੱਤਿਆਂ ਦੀ ਮਸ਼ਹੂਰੀ ਰੋਜ਼ ਆਉਂਦੀ ਕਾਲਾ ਇਲਮ ਸਿੱਖੋ ਫਿੱਟੇ ਮੂੰਹ ਯਾਰ ਮੈਂ ਘਰ ਵਸਾਉਣ ਵਾਸਤੇ ਕਾਲਮ ਲੱਭਣ ਡਿਆ ਮੈਨੂੰ ਘਰ ਉਜਾੜਨ ਵਾਲਿਆਂ ਦੇ ਕਾਲਮ ਲੱਭਣ ਡਏ ਨੇ ਦਵਾ ਕਰ ਯਾਰ ਰਿਸ਼ਤੇ ਹੀ ਰਿਸ਼ਤੇ ਇਹਨਾਂ ਵਿੱਚੋਂ ਕਿਸਮਤ ਜਾਗਣੀ ਘੁੱਗੀ ਜੀ ਤੁਹਾਡੀ ਸਭ ਤੁਹਾਡੇ ਵਾਸਤੇ ਹੀ ਹੈ ਸਭ ਕੁਝ ਵੇਖ ਲਓ ਛਾਂਟ ਲਓ ਜਿਹੜਾ ਛਾਂਟਣਾ ਜੋ ਵੀ ਇੱਦਾਂ ਲੱਭਦੇ ਆਪਾਂ ਹਾਂ ਅੱਖਾਂ ਮੀਟ ਗਿਆ ਜਿੱਥੇ ਉਂਗਲੀ ਆ ਗਈ ਸਮਝੋ ਉਹ ਠੀਕ ਹੈ ਚਾਰ ਬੱਚਿਆਂ ਦੀ ਮਾਂ ਤਲਾਕਸ਼ੁਦਾ ਵਾਸਤੇ ਯੋਗ ਜੀਵਨ ਸਾਥੀ ਦੀ ਲੋੜ ਮੈਂ ਲੱਭ ਰਿਹਾ ਸੁਪਨਿਆਂ ਦੀ ਰਾਣੀ ਅਤੇ ਸਾਹਮਣੇ ਆ ਗਈ ਨਿਆਣਿਆਂ ਦੀ ਢਾਣੀ ਕਿਰਪਾ ਕਰ ਯਾਰ ਇੱਕ ਮਹੀਨਾ ਵਿਆਹੀ ਰਹੀ ਬੇਕਸੂਰ ਤਲਾਕਸ਼ੁਦਾ ਵਾਸਤੇ ਯੋਗ ਵਰ ਦੀ ਲੋੜ ਹੈ ਵੈਰੀ ਗੁੱਡ ਹੈ ਵੀ ਬੇਕਸੂਰ ਹੈ ਨਾ ਬੈਡ ਆਈਡੀਆ ਵੈਸੇ ਇਹਦੇ ਨਾਲ ਇਹ ਨਾਲੇ ਦੇ ਵਿਆਹ ਅਤੇ ਉੱਤੋਂ ਸਮਾਜ ਸੇਵਾ ਦੀ ਸਮਾਜ ਸੇਵਾ ਇਹਦੇ ਨਾਲ ਇੱਕ ਮਹੀਨੇ 'ਚ ਕੀ ਪਤਾ ਲੱਗ ਜਾਂਦਾ ਇੱਕ ਮਹੀਨੇ 'ਤੇ ਬੰਦਾ ਆਪਣੇ ਮੋਬਾਈਲ ਦੇ ਫੰਕਸ਼ਨ ਹੀ ਚੰਗੀ ਤਰ੍ਹਾਂ ਸਿੱਖਦਾ ਇੱਕ ਦੂਸਰੇ ਬਾਰੇ ਬੰਦਾ ਕੀ ਜਾਣ ਸਕਦਾ ਮੈਨੂੰ ਲੱਗਦਾ ਮਿਸਅੰਡਰਸਟੈਂਡਿੰਗ ਦੇ ਵਿੱਚ ਕਿਤੇ ਤਲਾਕ ਹੋਇਆ ਇੱਥੇ ਮੈਨੂੰ ਟਰਾਈ ਮਾਰ ਕੇ ਵੇਖਣੀ ਚਾਹੀਦੀ ਹੈ ਵੈਸੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਮੈਂ ਮੁੰਡਾ ਬੋਲ ਰਿਹਾ ਜੀ ਮੁੰਡਾ ਨਹੀਂ ਨਹੀਂ ਉਹ ਅਖਬਾਰ ਵਾਲਾ ਨਾ ਕਿਹਦਾ ਮੁੰਡਾ ਮੈਂ ਜੀ ਉਹ ਵਿਆਹ ਵਾਲਾ ਮੁੰਡਾ ਹਾਂਜੀ ਦੱਸੋ ਸਭ ਤੋਂ ਪਹਿਲਾਂ ਤਾਂ ਜੀ ਉਹ ਤਲਾਕ ਦਾ ਪੜ੍ਹ ਕੇ ਬਹੁਤ ਦੁੱਖ ਲੱਗਾ ਜੀ ਕੈਸੇ ਬੇਦਰਦ ਲੋਕ ਨੇ ਜੀ ਬਿਨਾਂ ਸੋਚੇ ਸਮਝੇ ਕਿਸੇ ਦੀ ਮਾਸੂਮ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੰਦੇ ਨੇ ਪਰ ਤੁਸੀਂ ਦਿਲ 'ਤੇ ਬਿਲਕੁਲ ਨਹੀਂ ਲਾਉਣਾ ਬਿਲਕੁਲ ਫਿਕਰ ਨਾ ਕਰੋ ਤੁਸੀਂ ਵੇਖੋ ਇਹ ਜਿਹੜੇ ਸੰਯੋਗ ਹੁੰਦੇ ਨੇ ਆਪਣੇ ਧੁਰੋਂ ਲਿਖੇ ਹੁੰਦੇ ਨੇ ਕਿਤੇ ਇੱਕ ਅੱਧੀ ਥਾਂ 'ਤੇ ਗਲਤ ਕੁੰਡੀ ਅੜ ਜਾਂਦੀ ਹੈ ਕੋਈ ਐਡੀ ਗੱਲ ਨਹੀਂ ਹੈਗੀ ਹੈ ਨਾ ਮੈਨੂੰ ਲੱਗਦਾ ਕਿ ਸੰਯੋਗ ਜਿਹੜੇ ਕੁਦਰਤ ਨੇ ਲਿਖ ਕੇ ਭੇਜੇ ਨਾ ਉਹ ਕਿਤੇ ਨਾ ਕਿਤੇ ਸੰਯੋਗ ਭਿੜ ਜਾਂਦੇ ਨੇ ਹੈਂਜੀ ਤੁਸੀਂ ਫਿਕਰ ਨਹੀਂ ਕਰਨੀ ਮੈਂ ਹੂੰ ਨਾ ਤੁਹਾਡੀ ਬੜੀ ਮਿਹਰਬਾਨੀ ਕਿੰਨੇ ਅੱਛੇ ਹੋ ਤੁਸੀਂ
वैसे तुसी आप खुद ही बोल रहे हो ना तलाकशुदा बेकसूर। हाँ जी मैं आप ही बोल रही हूँ बेकसूर तलाकशुदा। पिछले 21 साल तो मैं तलाक लेके घरे बैठी हूँ। होर ता होर मेरे 3 तलाक होए ने पर सच्ची सौं लगे मेरा एक बार भी कसूर नहीं सी। होर ता होर बाई गॉड मेरी माँ भी पिछले 51 साल तो बेकसूर तलाकशुदा घरे बैठी है। किड़ियाँ कहानियाँ पाउन लग पे तुसी अखबार च मैनू लगता गलत लिखा गया अखबार च मिसप्रिंट हो गया। इतने लिखे एक महीना व्याही रही सिर्फ तलाकशुदा बेकसूर कर तुसी अब 21 साल 21 साल एक महीना बहुत फर्क होंगे जी। नहीं नहीं वह बिल्कुल ठीक है वह तो मेरे पहले तलाक की बेटी है बेकसूर तलाकशुदा सच्ची ओदा कोई कसूर नहीं सी। नहीं मतलब तुहाडी माता भी बेकसूर तलाकशुदा तुसी भी बेकसूर तलाकशुदा अगर तुहाडी बेटी भी बेकसूर तलाकशुदा गल सुनो तुसी अपने घर दे बाहर लिखाओ फटी जी एक लिखाओ ना उत्थे भई बेकसूरां दा टब्बर। तुसी अपने बारे दसोगे कुछ कौन हो तुसी? मैं तुहाडा होण वाला कसूरवार मेरा मतलब मैं कुछ नहीं रॉन्ग नंबर मिल गया जी गलती नाल। शुक्र है भरावा नवा स्यापा पै चला सी बैठे बैठाए ने कसूरवार हो जाना सी। और ही कुछ वेखो भरावा अखबार चो योग वर्दी लोड़ क्लेश एवेन्यू कैलाश एवेन्यू होना मिसप्रिंट हो लगता है विच एक सुशील कन्या वास्ते योग वर्दी लोड़ है उम्र 22 साल बिल्कुल सूट कर दी वैसे मैनू पढ़ी लिखी लड़की है तो मैं चाहना ही हाँ बहुत ही सुंदर और सपना की मेरा जिस दी शादी वास्ते एक योग वर्दी लोड़ है वो तो योग दे आप है ये पहले दस्या मैं शर्त यह है कि लड़की दी शादी लई शुभ लगन 29 तरीक जो कि अज ही बनती है निर्धारित होया है समा सवेरे 10:28। सो जो भी दुल्हा 10:28 तक पहुंच जाएगा उस नाल लड़की की शादी कर दी जाएगी क्योंकि उस तो बाद सारी जिंदगी लड़की की शादी वास्ते लगन नहीं है। शादी पहला आओ तो पहला पाओ के आधार से पहला आओ तो पहला पाओ के आधार से टाइम कितना हो गया ओह माई गॉड ये तो मुझे पता भी नहीं एरिया केड़ा जल्दी निकलना चाहिए मैं तैयारी तो करो घुग्गी जी किस्मत को पता नहीं किस्मत कदों जाग जी। ओ हेलो ओ टेंट मास्टर रस्सी को बनती राज पाजी गड्डी पीछे ले लो राह बांधा। ओ यार मैं लेट हो गया रस्सी खोल तू पीछे ले लो पीछे जाना होता तो मैं अगे क्यों आंदा। ओ पाजी गड्डी अगे नहीं जा सकती इत्थे जगराता होना। ना गल सुन तेनू अंदर आता हो गया जगराता रात नू तू दिने रस्सियां कसी जाना लोकां ने लंघना नहीं इत्थों। ओ पाजी हुण असीं ठीका लिया लोकां दा हले 3 जगह जाके टेंट लाउणे होर ਨਾਲੇ ਟੈਂਟ ਵੀ ਤਾਂ ਲੋਕਾਂ ਦੇ ਲਾਉਣੇ ਅਸੀਂ ਕਿਹੜੇ ਆਪਣੇ ਘਰੇ ਲਾਉਣੇ ਆ। ਸਦਕੇ ਉਹ ਤੇਰੇ ਲੋਕਾਂ ਸਾਰਿਆਂ ਦੇ ਟੈਂਟ ਲਾ ਦੇਈ ਸਾਡੇ ਨਾ ਕਿਤੇ ਖੁਸ਼ੀ ਦੇ ਟੈਂਟ ਲੱਗਣ ਦੇਈ। ਉਹ ਮਹਾਰਾਜ ਅਜੇ ਤਾਂ ਪਹਾੜ ਬਣਾਉਣੇ ਜਾ ਕੇ ਜਗਰਾਤੇ ਦੇ ਪਤਾ ਕਿੰਨਾ ਕੰਮ ਹੈ। ਵੈਸੇ ਜੀ ਤੇ ਕਰਦਾ ਮਾਰ ਮਾਰ ਕੇ ਨਾ ਹੜਪੋਚੇ ਤੇਰੇ ਮੂੰਹ ਤੇ ਪਹਾੜ ਬਣਾ ਦਿਆਂ ਮੈਂ ਸ਼ਗਨਾਂ ਦੇ ਕੰਮ ਤੇ ਚੱਲਾਂ ਮੈਂ ਨਹੀਂ ਚਾਹੁੰਦਾ ਵੀ ਖੂਨੀ ਸ਼ੁਰੂਆਤ ਕਰਾਂ ਮੈਂ। ਗੰਦ ਪਾਇਆ ਯਾਰ ਤੁਸੀਂ ਹੈ ਚੌਧਰੀ ਬਣ ਜਾਂਦੇ ਮਿੰਟ 'ਚ ਯਾਰ ਕਮਾਲ ਦੀ ਗੱਲ ਹੈ। ਉਹ ਖੁੱਲ ਜਾ ਤੂੰ ਜੇ ਕਾਕਾ 10:28 ਦਾ ਮੂਰਤ ਨਾ ਨਾ ਨਿਕਲਦਾ ਹੁੰਦਾ ਮੇਰਾ ਤੇ ਮੈਂ ਤੁਹਾਨੂੰ ਦੱਸ ਕੇ ਜਾਂਦਾ। ਉਹ ਥੱਲੇ ਆ ਓਏ ਥੱਲੇ ਤੇ ਮਾਰਾ ਤੁਸੀਂ ਆਉਣ ਲੱਗੇ ਸੀ ਮਸਾਂ ਬਚਾਏ ਮੈਂ। ਪੁਲਿਸ ਨੂੰ ਟੀਚਰ ਓਏ ਉਹ ਬੰਦਾ ਬਣ ਕੇ ਥੱਲੇ ਆ ਤੁਹਾਨੂੰ ਦੱਸਣ ਡਿਆ। ਮੈਂ ਚਵਾਰੇ ਤੇ ਖਲੋਤਾ ਜੀ ਥੱਲੇ ਆਵਾਂ ਜਿਹੜਾ। ਉਹ ਫੇਰ ਟੀਚਰ ਓਏ ਤੂੰ ਸਾਨੂੰ ਟਿੱਚ ਸਮਝਦਾ ਲੱਗਦਾ ਹਲੇ ਕਿਸੇ ਪੁਲਿਸ ਵਾਲੇ ਨੇ ਤੈਨੂੰ ਟੱਚ ਨਹੀਂ ਕੀਤਾ। ਪੁੱਤਰ ਜਿੱਦਣ ਸਾਡਾ ਟੁੱਚ ਲੱਗ ਗਿਆ ਨਾ ਤਾਂ ਫਿਰ ਟੁੱਚਿਆ ਵਾਂਗੂ ਤੁਰਿਆ ਫਿਰੇਗਾ। ਲਾਇਸੈਂਸ ਕੱਢ ਲਾਇਸੈਂਸ ਆਪਾਂ ਲਾਇਸੈਂਸ ਲਓ ਜੀ ਲਾਇਸੈਂਸ ਤੇ ਹੈਗਾ ਮੇਰੇ ਕੋਲ ਆਹ ਦੇਖੋ
ਲਾਇਸੈਂਸ ਤੋਂ ਬਿਨਾਂ ਕਦੀ ਚੱਲੀ ਤਾਂ ਨਹੀਂ। ਗੱਲ ਸੁਣ, ਹਾਂਜੀ, ਉਹ ਇਹਦਾ ਸਿੱਧੀ ਗੱਡੀ ਚਲਾਉਣ ਵਾਲਾ ਲਾਇਸੈਂਸ ਆ, ਪੁੱਠੀ ਗੱਡੀ ਚਲਾਉਣ ਵਾਲਾ ਲਾਇਸੈਂਸ ਕੱਢ। ਸਿੱਧੀ ਗੱਡੀ ਚਲਾਉਣ ਵਾਲਾ ਲਾਇਸੈਂਸ ਹੀ ਹੁੰਦਾ, ਪੁੱਠੀ ਵਾਲਾ ਤਾਂ ਕਦੀ ਸੁਣਿਆ ਹੀ ਨਹੀਂ। ਨਹੀਂ ਜੀ, ਹੋਰ ਕੋਈ ਲਾਇਸੈਂਸ ਇਹੋ ਹੀ ਹੈ ਮੇਰੇ ਕੋਲ। ਨਾ ਗੱਲ ਸੁਣ, ਫਿਰ ਸਰਕਸ ਦੀ ਗਰਾਊਂਡ ਆ ਜਿੱਥੇ ਪੁੱਠੀ ਗੱਡੀ ਚਲਾ ਕੇ ਕਰਤਬ ਦਿਖਾਉਣ ਡਿਆ। ਬੰਦਾ ਬਣ ਕੇ ਕਾਗਜ਼ ਕੱਢ ਕਾਗਜ਼। ਠੀਕ ਹੈ, ਕਿਹੜੇ ਕਾਗਜ਼ ਵੇਖਣੇ? ਆਰ ਸੀ ਵੇਖਣੀ ਤੁਸੀਂ, ਇੰਸ਼ੋਰੈਂਸ ਵੇਖਣੀ ਹੈ, ਦੱਸੋ ਕੀ ਵੇਖਣਾ ਫਟਾਫਟ ਦੱਸੋ ਮੈਨੂੰ। ਪੱਲੇ ਆ ਤੇਰੇ, ਬੜਾ ਕਾਕਾ ਬਣਦਾ, ਉਹ ਬੰਦਾ ਬਣ ਕੇ ਕਾਗਜ਼ ਕੱਢ ਕਾਗਜ਼। ਗੱਲ ਸੁਣੋ ਜਨਾਬੇ ਵਾਲੀ, ਮਿਹਨਤ ਵਾਲੀ ਗੱਲ ਜੇ, ਮੇਰਾ ਮਹੂਰਤ ਨਿਕਲਦਾ ਜਾਂਦਾ, ਮੈਂ 10:28 ਤੱਕ ਨਾ ਨਾ ਪਹੁੰਚਿਆ ਮੈਂ ਬਰਬਾਦ ਹੋ ਜਾਣਾ, ਤਬਾਹ ਹੋ ਜਾਣਾ, ਮੈਂ ਲੁੱਟਿਆ ਜਾਣਾ ਜੇ। ਉਹ ਗੱਲ ਸੁਣ, ਸਭ ਕੁਛ ਲੁੱਟੇ ਜਾਣ ਨਾਲੋਂ ਥੋੜ੍ਹਾ ਲੁੱਟਿਆ ਜਾ ਤੇ ਜਾ। ਸਮਝ ਗਿਆ ਤੁਹਾਡੀ ਗੱਲ ਅਜੇ, ਨਾ ਫੜੋ ਸਟਿੰਗ ਓਪਰੇਸ਼ਨ। ਤੇਰਾ ਪੇੜਾ ਕਰਕੋ ਹੋਇਆ ਕੀ ਹੋਏ? ਗਲਤੀ ਹੋ ਗਈ ਜੀ, ਮਤਲਬ ਤੁਸੀਂ ਪੈਸੇ ਲੈਂਦੇ ਨੀ ਜੀ, ਮੈਂ ਰਿਸ਼ਵਤ ਦੇ ਕੇ ਗਲਤੀ ਕਰ ਬੈਠਾ ਜੀ। ਪੈਸੇ ਤਾਂ ਲੈਂਦੇ ਆ ਪਰ ਇੰਨੇ ਥੋੜ੍ਹੇ ਨਹੀਂ ਕਦੀ ਲਏ। ਦੇਖੋ ਜੀ, ਟੁੱਟੇ ਤਾਂ ਇੰਨੇ ਹੀ ਨੇ ਮੇਰੇ ਕੋਲ ਹੁਣ। ਗੱਲ ਸੁਣ, ਟੁੱਟੇ ਮੰਗੇ ਕਿਹੜੇ ਕੰਜਰ ਰਹੇ ਹੋਵੇ, ਅਸੀਂ ਵੀ ਬੱਜੇ ਹੀ ਮੰਗਣ ਡੇ। ਉਹ ਭਾਅ ਜੀ ਮੈਨੂੰ ਜਾਲਣ ਦਿਓ, ਬੱਜਿਆਂ ਦੀ ਅੱਗੇ ਲੋੜ ਪੈਣੀ ਮੈਨੂੰ, ਮੈਂ ਸਗਨਾਂ ਦੇ ਕੰਮ ਚੱਲਿਆ। ਬੱਲੇ ਉਹ ਤੇਰੇ ਸਗਨਾਂ ਦੇ ਕੰਮ ਚੱਲਿਆ, ਫਿਰ ਤਾਂ ਗੱਲ ਹੀ ਬਣ ਗਈ। ਇੱਧਰ ਪਹਿਲਾਂ ਸ਼ਗਨ ਪਾਓ ਤੇ ਉੱਧਰ ਸ਼ਗਨ ਪਵਾਓ। ਕੀ ਗੱਲ ਕਰੀ ਜਾਂਦੇ ਹੋ ਜਨਾਬ? ਦੇਖੋ ਅੱਜ ਕੱਲ੍ਹ ਕੈਸ਼ ਕੌਣ ਨਾਲ ਕੈਰੀ ਕਰਦਾ ਦੱਸੋ ਜੀ? ਵੱਡੇ ਬੰਦੇ ਅੱਜ ਕੱਲ੍ਹ ਕ੍ਰੈਡਿਟ ਕਾਰਡ ਰੱਖਦੇ ਆ ਨਾ ਜੀ, ਕ੍ਰੈਡਿਟ ਕਾਰਡ ਚੱਲਦੇ ਆ ਸਾਡੇ। ਸਾਡਾ ਫਿਰ ATM ਚੱਲਦਾ। ਹਵਾਲਦਾਰ ਕੰਡੋਏ ਜੀ, ਜਨਾਬ ਗੱਡੀ ਬੰਦ ਕਰੋ ਇਹਦੀ। ਆਪਣਾ ਮੂੰਹ ਬੰਦ ਕਰੋ ਸਾਹਿਬ ਜੀ, ਤੁਹਾਨੂੰ ਮੈਂ ਦੱਸਾਂ, ਮੈਂ ਇੰਨੇ ਇੰਪੋਰਟੈਂਟ ਕੰਮ ਜਾ ਰਿਹਾ, ਤੁਸੀਂ ਗੱਡੀ ਬੰਦ ਕਰਨ ਦੀ ਗੱਲ ਕਰੀ ਜਾਂਦੇ ਹੋ? ਉਹ ਇਹੀ ਤਾਂ ਮੈਂ ਕਹਿਣ ਡਿਆ, ਤੂੰ ਸਾਡਾ ਮੂੰਹ ਬੰਦ ਕਰ ਤੇ ਜਾ। ਮਤਲਬ 100 ਹੱਥ ਰੱਸਾ ਤੇ ਸਿਰੇ ਦੇ ਗੰਢ ਤੇ ਮੇਰੇ ਖਿਆਲ ਨਾਲ 100 ਕੁ ਹੋਣਾ ਮੇਰੇ ਕੋਲ ਅੱਲ। ਆ 100 ਕੁ ਹੈਗਾ ਜੀ, ਜੇ ਗੱਲ ਬਣਦੀ ਤੇ ਵੇਖ ਲਓ। ਫੜਾ ਭਰਾ 100 ਰੁਪਈਆ ਫੜਾ। 20 ਮੋੜ ਦਿਓ ਜੀ। ਆਪਣਾ ਸਾਫ ਹੋ ਗਿਆ ਪਿੱਛੇ ਆ ਜਾ ਹੁਣ। ਆਓ ਜੀ, ਏਡਾ ਤਰਲੋ ਮੱਛੀ ਹੋਣ ਦੀ ਲੋੜ ਨਹੀਂ ਹੈ, ਅੱਗੇ ਪਹਿਲਾਂ ਇੱਥੇ ਸਿਆਪਾ ਪਿਆ। ਉਹ ਹੋਇਆ ਕੀ ਅੱਗੇ ਭਾਅ ਜੀ, ਸੜਕ ਬੰਦ ਕਿਉਂ? ਪਤਾ ਤਾਂ ਲੱਗੇ ਯਾਰ, ਅਧਿਆਪਕ ਧਰਨੇ ਤਾਂ ਬੈਠੇ ਭਾਅ ਜੀ, ਸੜਕ ਬੰਦ ਆ। ਅੱਗੇ ਸਕੂਲਾਂ 'ਚ ਪੜ੍ਹਾਈਆਂ ਬੰਦ ਕੀਤੀਆਂ ਇਹਨਾਂ, ਹੁਣ ਸੜਕਾਂ ਵੀ ਬੰਦ ਕਰਨਗੇ? ਹੈ, ਕਾਹਦੀ ਹੜਤਾਲ ਕੀਤੀ ਇਹਨਾਂ ਨੇ? ਆ 2 ਮਹੀਨੇ ਪਹਿਲਾਂ ਤਨਖਾਹਾਂ ਵਧੀਆਂ ਅਧਿਆਪਕਾਂ ਦੀਆਂ। ਭਾਅ ਜੀ ਤਨਖਾਹਾਂ ਵਧਾਈਆਂ ਹੀ ਆ, ਦਿੱਤੀਆਂ ਨਹੀਂ ਆ, ਉਸੇ ਦਾ ਤਾਂ ਅਗਲੇ ਰੋਣਾ ਰੋਣ ਡਿਆ। 3-3 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਇਸੇ ਕਰਕੇ ਧਰਨੇ ਤੇ ਬੈਠੇ ਆ। ਇਹ ਤਨਖਾਹਾਂ ਅਸੀਂ ਰੋਕੀਆਂ, ਸਾਨੂੰ ਕਿਉਂ ਤੰਗ ਕਰਨ ਡੇ ਯਾਰ? ਹੈਂ, ਉੱਧਰ 10:28 ਹੋਣ ਵਾਲੇ, ਪੁਲਿਸ ਵਾਲਿਆਂ ਦਾ ਅਰੇਂਜਮੈਂਟ ਹੈ ਨਹੀਂ ਇੱਥੇ ਕੋਈ? ਕੀਤਾ ਕੀਤਾ ਕਿਉਂ ਨਹੀਂ ਭਾਅ ਜੀ, ਪੁਲਿਸ ਵਾਲਿਆਂ ਨੇ 8-10 SPO ਭੇਜੇ ਨੇ ਕੰਟਰੋਲ ਕਰਨ ਲਈ। ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਅਧਿਆਪਕ ਤਾਂ ਧਰਨੇ ਤੇ ਬੈਠੇ ਨੇ ਵੀ ਉਹਨਾਂ ਨੂੰ 3-3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਉਹ ਕਹਿੰਦੇ ਸਾਨੂੰ 6-6 ਮਹੀਨਿਆਂ ਤੋਂ ਨਹੀਂ ਮਿਲੀ ਤੇ ਉਹ ਵੀ ਵਿੱਚੇ ਜਾ ਰਲੇ ਜੀ। ਵੈਸੇ ਸਾਡੇ ਨਾ ਇਸ ਦੇਸ਼ ਨੂੰ ਇਹਨਾਂ ਜਲੂਸਾਂ ਜਲਸਿਆਂ ਤੇ ਧਰਨਿਆਂ ਨੇ ਖਾ ਜਾਣਾ ਹੈ, ਕਿ ਅਸੀਂ ਕੋਈ ਐਮਰਜੈਂਸੀ ਹੋਵੇ ਬੰਦੇ ਇਹਨਾਂ ਨੂੰ ਪਰਵਾਹ ਕੋਈ ਨਹੀਂ, ਸੜਕਾਂ ਬੰਦ ਕਰਕੇ ਬੈਠੇ ਹੁੰਦੇ ਆ। ਕਮਾਲ ਦੀ ਗੱਲ ਹੈ ਯਾਰ, ਹੈ ਹੁਣ ਕਿਸੇ ਦੀ ਵਿਆਹ ਸ਼ਾਦੀ ਹੋਵੇ ਕੀ ਕਰੇ ਬੰਦਾ? ਹੁਣ ਵੇਖੋ ਮੈਂ ਆਪ ਲਾਣਾ ਵਾਂ, ਰਾਹ 'ਚ ਖੱਜਲ ਹੋਣ ਡਿਆ, ਕਿੱਧਰ ਦੀ ਜਾਵਾਂ ਮੈਂ? ਉਹ ਤਾਂ 10:28 ਹੋਣ ਵਾਲੇ ਆ ਯਾਰ। ਗੱਲ ਸੁਣ, ਕੋਈ ਹੋਰ ਰਸਤਾ ਹੈਗਾ ਕਿਸੇ ਪਾਸੇ ਜਾਣ ਦਾ? ਮੈਂ ਜਲਦੀ 'ਚ ਹੈਗੇ ਭਾਊ, ਬਥੇਰੇ ਰਾਹ ਹੈਗੇ ਆ, ਔਖੇ ਵੇਲੇ ਰੱਬ ਬਥੇਰੇ ਰਾਹ ਕੱਢ ਦਿੰਦਾ। ਇੰਜ ਕਰ, ਇੱਧਰ ਸਿੱਧਾ ਜਾ ਕੇ ਨਾ, ਆ ਪਿਛਲੇ ਮੀਆਂ 'ਚ ਉੱਥੇ ਮਕਾਨ ਡਿੱਗਾ ਹੀ ਇੱਕ, ਲੋਕੀ ਉਹਦੇ ਤੋਂ ਲੰਘ ਲੰਘ ਜਾਣ ਡਿਆ, ਤੂੰ ਵੀ ਆਉਂਦੀ ਨਿਕਲ ਜਾ, ਟਿਕਾਣੇ ਤੇ ਪਹੁੰਚ ਜਾਏਗਾ। ਥੱਲੇ ਨਾ ਜੀ, ਫੜੋ Thank you.
ਬਾਜੀ ਇਹ ਕਿਹੜਾ ਐਵੀਨਿਊ ਪੈਂਦਾ ਜੀ? ਅੰਦਰ ਆਇਓ। ਭਾਜੀ ਇਹ ਕਿਹੜਾ ਇਲਾਕਾ ਪੈਂਦਾ ਜੀ? ਮਤਲਬ ਕਲੇਸ਼ ਐਵੀਨਿਊ ਕਿ ਕਲਾਸ਼ ਐਵੀਨਿਊ ਕੀ ਕਹਿੰਦੇ ਜੀ ਇਹਨੂੰ? ਪਤਾ ਨੀ, ਤੁਸੀਂ ਇਹ ਦੱਸੋ ਜਾਣਾ ਕਿੱਥੇ ਆ? ਭਾਜੀ ਦੱਸਣ ਤੇ ਡਿਆ ਜੀ ਉਹ ਐਵੀਨਿਊ ਆ, ਪਤਾ ਨੀ ਕਿਹੜਾ ਕਲਾਸ਼ ਕਲੇਸ਼। ਭਾਜੀ ਮੈਂ ਉਹ ਇਲਾਕਾ ਲੁਕਾ ਵੀ ਪਤਾ ਨੀ, ਤੁਸੀਂ ਇਹ ਦੱਸੋ ਜਾਣਾ ਕਿੱਥੇ ਆ ਦੱਸੋ। ਭਾਜੀ ਉਹਨਾਂ ਦੀ ਨਾ ਉਹ ਜ਼ਿਆਦਾ ਨੀ ਪਤਾ ਵੀ ਉਹਨਾਂ ਦੀ ਕੁੜੀ ਦਾ ਵਿਆਹ ਹੈਗਾ, ਬਸ 10:28 ਤੇ ਪਹੁੰਚਣਾ ਟਾਈਮ ਸਿਰ ਜੀ ਵਿਆਹ ਵਾਲਾ ਘਰ। ਅੱਛਾ ਅੱਛਾ, ਵਿਆਹ ਵਾਲੇ ਘਰ ਜਾਣਾ ਤੁਸੀਂ? ਇੱਧਰ ਨੂੰ ਜਾ ਕੇ ਨਾ ਹੈ ਇੱਧਰ ਨੂੰ ਮੁੜ ਜਿਓ, ਸਾਹਮਣੇ ਕਨਾਤਾਂ ਨਹੀਂ ਰਹਿਣਗੀਆਂ ਟੈਂਟ ਆ, ਤੇ ਉੱਥੇ ਭੰਗੜੇ ਸੰਗੜੇ ਪਹਿਨਦੇ ਹੋਗੇ, ਜਾ ਵੜੋਗੇ। ਥੈਂਕ ਯੂ ਵੈਰੀ ਮੱਚ। ਇੱਧਰ ਜਾ ਕੇ ਤੇ ਉੱਧਰ ਕਨਾਤਾਂ ਟੈਂਟ, ਯੈਸ। ਕੀ ਕਰ ਸਕਦੇ ਹਾਂ, ਘੜੀ ਲਿਖਿਆ ਸੀ ਮਾਲਕ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਐਵੇਂ ਸੋਗ ਵਾਲਾ ਮਾਹੌਲ ਬਣਾ ਕੇ ਬਹਿ ਗਏ ਜੀ, ਦੇਖ ਲਓ ਮੈਂ ਸ਼ੁਭ ਮਹੂਰਤ ਮੁੱਕਣ ਤੋਂ ਪਹਿਲਾਂ ਆ ਗਿਆ, 10:28 ਤੱਕ ਆਉਣਾ ਚਾਹੀਦਾ ਸੀ ਨਾ, ਮੈਂ ਆ ਗਿਆ ਜੀ। ਕੀ ਸ਼ੁਭ ਮਹੂਰਤ? ਜਵਾਈ ਨੂੰ ਟਿਕਣ ਡੇ ਸੀ ਨਾ ਜੀ, ਜਵਾਈ ਹਾਜ਼ਰ ਹੈ ਟਾਈਮ ਸਿਰ। ਓਏ ਕੰਜਰਾ, ਤੂੰ ਸ਼ੁਭ ਮਹੂਰਤ ਦੱਸਣ ਡਿਆ, ਇੱਥੇ ਸਾਡੀ ਬੁੜੀ ਮਰ ਗਈ ਆ ਤੇ ਤੂੰ ਬਣੇਗਾ ਸਾਡਾ ਜਵਾਈ? ਓਏ ਫੜ ਲੋ ਇਹਨੂੰ। ਕੱਲ ਕੀ ਹੋਈ ਜਵਾਈ ਟਿਕਣ ਡੇ? ਤੁਸੀਂ ਅਖਬਾਰ ਚ ਪੜ ਕੇ ਆਏ ਜੀ ਜਵਾਈ? ਭਾਜੀ ਕੀ ਹੋਇਆ? ਭਾਜੀ ਮੇਰੀ ਗੱਲ ਸੁਣੋ, ਭਾਜੀ ਗੱਲ ਸੁਣੋ ਮੇਰੀ, ਭਾਜੀ ਗੱਲ ਸੁਣੋ, ਓ ਮੇਰੀ ਗੱਲ ਸੁਣੋ ਯਾਰ, ਓ ਕੀ ਹੋ ਗਿਆ ਯਾਰ? ਵਾਓ ਰੱਬ ਸੱਚਿਆ, ਤੇਰਾ ਵੀ ਜਵਾਬ ਨਹੀਂ, ਅਗਲੇ ਮੇਰੀ ਉਡੀਕ ਚ ਖਲੋਤੇ ਐ ਤਿਆਰ ਬਰ ਤਿਆਰ ਟਿੱਚ ਮਿੱਚ ਹੋ ਕੇ। ਠੀਕ 10:28, ਚੱਲ ਵੇ ਹੋਗੀ, ਲਾ ਦੇ ਸ਼ਰਮਾ ਲਾ ਦੇ ਸੰਗਾਂ, ਹੀਰ ਵਰਗੀ ਕੁੜੀ ਉਡੀਕਦੀ ਹੈ ਪਾ ਕੇ ਸੂਹਾ ਸੂਟ ਤੇ ਮਹਿੰਦੀ ਵਾਲੇ ਹੱਥਾਂ ਵਿੱਚ ਵੰਗਾਂ। ਸਤਿ ਸ਼੍ਰੀ ਅਕਾਲ ਜੀ। ਭਾਜੀ ਵਾਹ, ਚਾਈ ਚੜ ਕੇ ਵੇਖ ਕੇ ਮਿਲਦੇ, ਸਾਰਾ ਟੱਬਰ ਸੱਜ ਧੱਜ ਕੇ ਕਿੱਦਾਂ ਮੇਰੀਆਂ ਡੀਕਾਂ ਕਰਨ ਡੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪਿਤਾ ਜੀ, ਸਤਿ ਸ਼੍ਰੀ ਅਕਾਲ ਪੈਰੀ ਪਹਿਨਾ ਜੀ, ਪੁੱਤਰ ਜੀ ਆਏ ਨੇ ਜੀ ਜੀ, ਸਤਿ ਸ਼੍ਰੀ ਅਕਾਲ, ਕਿੱਡੇ ਟਾਈਮ ਸਿਰ ਪੁੱਤਰ ਜੀ ਆਏ ਜੀ। ਪਰਾਂ ਕੇ ਖਲੋ, ਬਾਅਦ ਚ ਦਿੰਨੇ ਆ ਤੈਨੂੰ, ਪਾਗਲ ਕਿਸੇ ਥਾਂ ਦਾ, ਕਿੱਥੋਂ ਆਇਆ ਤੂੰ? ਨਾ 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 ਨਾ, ਰੱਬ ਦਾ ਭੇਜਿਆ ਹੋਇਆ ਜੀ ਆ, ਨਾਲੇ ਫਿਰ ਸ਼ਗਨ ਵਾਲੇ ਦਿਨ ਖਾਲੀ ਹੱਥ ਮੋੜ ਦੀਏ? ਨਾ 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 ਨਾ, ਲੈ ਮੇਰਾ ਪੁੱਤ ਲੈ ਰੁਪਈਆ, ਚੱਲ ਕਾਕਾ ਹੁਣ ਤੂੰ ਚੱਲ। ਓਏ ਆ ਫੜੋ ਆਪਣਾ ਰੁਪਈਆ ਮੋੜ ਕੇ ਵਾਪਸ, ਤੁਸੀਂ ਮੈਂ ਨਹੀਂ ਲੈਂਦਾ ਰੁਪਈਆ, ਮਿੰਦੇ ਦਿਓ ਸ਼ਗਨਾਂ ਦਾ ਰੁਪਈਆ। ਮੈਂ ਸਮਝ ਗਿਆ ਤੁਸੀਂ ਹਾਲੇ ਮੈਨੂੰ ਪਾਗਲ ਸਮਝਣ ਡੇ, ਜੋ ਤੁਹਾਨੂੰ ਮੇਰੇ ਬਾਰੇ ਪਤਾ ਲੱਗ ਗਿਆ ਨਾ ਮੈਂ ਕੌਣ ਆ। ਪੁੱਤਰ ਜੀ ਪੁੱਤਰ ਜੀ ਪੁੱਤਰ ਜੀ ਕਰਦੇ ਤੁਹਾਡੀ ਜੀਵ ਨਹੀਂ ਥੱਕਣੀ। ਅਖਬਾਰ ਚ ਇਸ਼ਤਿਹਾਰ ਨੀ ਜੀ ਦਿੱਤਾ ਕੁੜੀ ਦੇ ਵਿਆਹ ਵਾਸਤੇ? ਕਾਕਾ ਜੀ ਆ ਮੈਂ, ਕਾਕਾ ਜੀ ਕਾਕਾ ਜੀ ਵਿਆਹ ਵਾਸਤੇ ਆਇਆ ਮੈਂ, ਵੇਖ ਲਓ ਮੈਂ ਮੂਰਤ ਦੀ ਸ਼ੁਭ ਘੜੀ ਨੀ ਲੰਘਣ ਦਿੱਤੀ, ਪੂਰੇ 10:28 ਤੇ ਮੈਂ ਆ ਗਿਆ, ਮਿੰਨਤ ਵੇਖ ਕੇ ਚਾਹ ਬੜਾ ਚੜਿਆ, ਪੀ ਤੇ ਕੁੜੀ ਵੀ ਬਿਲਕੁਲ ਤਿਆਰ ਪਰ ਤਿਆਰ ਖੜੀ ਹੈ, ਕਾਲੀ ਲਾੜੇ ਨੂੰ ਵੀ ਬੜੀ। ਤੂੰ ਐਡਾ ਮਾੜਾ ਲਾੜਾ, ਤੂੰ ਕਾਹਦਾ ਲਾੜਾ? ਮੈਂ ਸਮਝ ਗਿਆ ਜੀ, ਤੁਸੀਂ ਮੇਰੇ ਕੱਪੜੇ ਕੁਪੜੇ ਵੇਖ ਕੇ ਹੈਰਾਨ ਹੋਣਡੇ ਵੀ ਇਹ ਲਾੜਾ, ਇਹ ਦਰਅਸਲ ਮੇਰੇ ਕੱਪੜਿਆਂ 'ਤੇ ਨਾ ਜਾਓ ਜੀ, ਮੈਂ ਬਹੁਤ ਖੂਬਸੂਰਤ ਬੜਾ ਹੁਸੀਨ ਹਾਂ, ਮੈਂ ਬੜਾ ਸੁੰਦਰ ਬੜਾ, ਮੈਂ ਕਹਿੰਦਾ ਜੀ ਆਕਰਸ਼ਕ ਹੈਗਾ ਜੀ ਮੈਂ, ਇਹ ਤਾਂ ਬਸ ਮੂਰਤ ਦੇ ਚੱਕਰ 'ਚ ਕਾਹਲੀਆਂ 'ਚ ਮੈਂ ਮਾਰਿਆ ਗਿਆ, ਤੁਹਾਨੂੰ ਮੈਂ ਦੱਸਾਂ ਮੈਂ ਰਸਤੇ 'ਚ ਕਈ ਵਾਰੀ ਲੁੱਟਿਆ ਗਿਆ, ਕਈ ਵਾਰੀ ਮੈਂ ਕੁੱਟਿਆ ਗਿਆ, ਦਰਅਸਲ ਤੁਹਾਨੂੰ ਮੇਰੀ ਖੂਬਸੂਰਤੀ ਦਾ ਜੇ ਅੰਦਾਜ਼ਾ ਹੀ ਨਹੀਂ। ਅਜੇ ਤੁਸੀਂ ਮੈਂ ਇੱਧਰ ਸਾਈਡ 'ਤੇ ਹੋ ਕੇ ਵੇਖੋ ਨਾ, ਇਹ ਵੇਖੋ ਕਿੱਡੀ ਸੋਹਣੀ ਜੋੜੀ ਬਣੀ ਜੀ, ਇੱਧਰ ਵੀ ਹੁਸਨ ਹੈ, ਇੱਧਰ ਵੀ ਹੁਸਨ ਹੈ, ਹੁਸਨੋ ਹੁਸਨੀ ਹੋਏ ਪਏ ਹਾਂ ਕਿ ਨਹੀਂ ਅਸੀਂ? ਉਹ ਕਾਕਾ ਹੁਸਨ ਤਾਂ ਤੇਰਾ ਪਾੜ ਪਾੜ ਬਾਹਰ ਨਿਕਲਣ ਡਿਆ, ਵੈਸੇ ਕਾਕਾ ਜੀ ਤੁਸੀਂ ਥੋੜੇ ਜਿਹੇ ਲੇਟ ਹੋ ਗਏ ਹੋ, ਜੋੜੀ ਤਾਂ ਇੱਧਰ ਪਹਿਲਾਂ ਹੀ ਬਣ ਚੁੱਕੀ ਆ। ਮੂਰਤ ਤਾਂ ਠੀਕ 10:28 ਦਾ ਸੀ ਤੇ ਤੁਸੀਂ ਸਾਡੇ ਘਰ ਹੀ ਪਹੁੰਚੇ ਹੋ 10:28 ਤੇ, ਕਾਕਾ ਜੀ ਤੁਸੀਂ ਥੋੜੇ ਜਿਹੇ ਲੇਟ ਹੋ ਗਏ ਹੋ। ਇਹਦਾ ਮਤਲਬ ਅੱਧਾ ਮਿੰਟ ਹੀ ਲੈ ਬੈਠਾ ਮੈਨੂੰ? ਬਿਲਕੁਲ ਕਾਕਾ ਜੀ, ਤੁਹਾਨੂੰ ਅੱਧਾ ਮਿੰਟ ਹੀ ਲੈ ਬੈਠਾ ਜੇ।
ਅੱਜ ਰਾਤ ਵੀ ਸਾਰੀਆਂ ਮੁਸੀਬਤਾਂ ਉਦੋਂ ਹੀ ਪੈਣੀਆਂ ਸੀ ਜਦੋਂ ਸ਼ਗਨਾਂ ਦੀ ਘੜੀ ਸੀ ਮੇਰੇ 'ਤੇ। ਕਹਿੰਦੇ ਆ ਨਾ ਵੀ ਕੱਢਿਆ ਜਲੂਸ ਗਰੀਬਾਂ ਅਤੇ ਸ਼ਹਿਰ 'ਚ ਚਿਤਾਲੀ ਲੱਗ ਗਈ। ਵੈਸੇ ਤੁਹਾਨੂੰ ਪੱਕਾ ਪਤਾ ਜੀ ਕਿ ਵਿਆਹ ਹੋ ਚੁੱਕਾ। ਮੈਂ ਕਹਿੰਦਾ ਕਿ ਦੁਬਾਰਾ ਸੋਚ ਲਓ, ਬੜੀ ਮੁਸ਼ਕਿਲ ਨਾਲ ਪਹੁੰਚਿਆ ਜੀ, ਬੜੀ ਦੂਰੋਂ ਆਇਆ ਮੈਂ। ਯਾਰ ਇਹ 'ਚ ਸੋਚਣ ਵਾਲੀ ਕਿਹੜੀ ਗੱਲ ਆ, ਪੱਕਾ ਵਿਆਹ ਹੋ ਚੁੱਕਾ ਅਤੇ ਜਵਾਈ ਤਾਂ ਅਸੀਂ ਅੰਦਰ ਪਲੰਘੇ ਬਿਠਾਇਆ। ਵੇ ਭੋਲੀ, ਵੇ ਟੀਟੂ, ਵੇ ਜੀਜੇ ਨੂੰ ਲਿਆਓ, ਭੈਣ ਨੂੰ ਤੋਰੀਏ। ਚਿੰਗੜ ਬੋਰਡ ਤੇ ਸਾਰੀ ਤੁਰੀ ਆਉਂਦੀ, ਜੀਜਾ ਵੀ ਕੱਢੋ ਅੰਦਰੋਂ ਬਾਹਰ, ਮੈਨੂੰ ਵਿਖਾਓ ਤੇ ਸਹੀ ਹੈ ਕਿਹੜਾ ਉਹ ਕਰਮਾਂ ਵਾਲਾ। ਉਹ ਤਮੀਜ਼ ਨਾਲ ਗੱਲ ਕਰੋ, ਜੀਜਾ ਇੱਧਰ ਆ, ਉਹ ਪਹਿਲਾਂ ਉਧਰ ਫਿਰਦਾ, ਹੋਰ ਨਾ ਫੰਡਿਆ ਜਾਈ। ਅੱਛਾ ਤੂੰ ਲਾੜਾ। ਅੱਧੇ ਮਿੰਟ ਨੇ ਬਚਾ ਲਏ ਜੀ ਤੈਨੂੰ, ਅੱਧਾ ਮਿੰਟ ਡੀਕ ਲੈਂਦੇ ਹਾਂ ਸਰਬਾਲੇ ਨਾਲ ਕੁੜੀ ਵਿਆਹ ਛੜੀ ਜੇ। ਆ ਵੈਸੇ ਕਰਮਾਂ ਵਾਲਾ, ਅੱਧੇ ਮਿੰਟ ਕਰਕੇ ਬੰਦਿਆਂ 'ਚ ਗਿਣਤੀ ਹੋ ਗਈ ਉਹ ਤੇਰੀ। ਚਲੋ ਡੋਲੀ ਬੇਟਾ, ਡੋਲੀ ਦਾ ਟਾਈਮ ਹੋ ਗਿਆ, ਹੁਣ ਰੋਣ ਧੋਣ ਦੀ ਫਾਰਮੈਲਿਟੀ ਕਰ ਲਈਏ। ਬਸ ਕਰ, ਜਾਣ ਲੱਗਿਆ ਮਾਂ ਨੂੰ ਮਾਰ ਕੇ ਜਾਣਾ। ਵਾਹ ਬਈ ਲੀਲੀ ਪੁੱਟ, ਮੁਕੱਦਰ ਕਸਕ ਅੰਦਰ ਨਿਕਲਿਆ ਵੈਸੇ ਤੂੰ, ਅੱਧੇ ਮਿੰਟ ਨੇ ਬੇੜਾ ਗਰ ਕਰਾਇਆ ਮੇਰਾ, ਇਸ ਘੜੀ ਦਾ ਬੇੜਾ, ਇਸ ਘੜੀ ਦਾ ਮੈਨੂੰ ਫਾਇਦਾ ਕੀ, ਬਰਬਾਦ ਕਰਤਾ ਇਸ ਘੜੀ ਨੂੰ। ਫਾਇਦਾ ਤਾਂ ਕੋਈ ਨਹੀਂ, ਤੋੜਨ ਦਾ ਵੀ ਕੀ ਫਾਇਦਾ। ਗੱਲ ਇਹ ਹੈ ਜੀ, ਦੇਖੋ ਇਸ ਖੁਸ਼ੀ ਗਮੀ ਦੇ ਮੌਕੇ 'ਤੇ ਬਾਈ ਚਾਂਸ ਅੱਧਾ ਮਿੰਟ ਲੇਟ ਲਾੜੇ ਵੱਲੋਂ, ਬਾਈ ਚਾਂਸ ਟਾਈਮ ਸਿਰ ਪਹੁੰਚੇ ਇਸ ਲਾੜੇ ਨੂੰ ਇਸ ਸ਼ਾਦੀ ਦੇ ਮੌਕੇ 'ਤੇ ਇੱਕ ਪਿਆਰ ਭਰਿਆ ਤੋਹਫਾ, ਇੱਕ ਪਿਆਰ ਭਰਿਆ ਗਿਫਟ, ਇਹ ਫੜ ਘੜੀ, ਮੇਰੇ ਵੱਲੋਂ ਬਾਂਹ 'ਚ ਪਾਲਾ, ਮੇਰੇ ਵੱਲੋਂ ਗੱਲ 'ਚ ਪਾਲਾ। ਛੋਟੇ ਮੈਂ ਘੜੀ ਦਾ ਕੀ ਕਰਨਾ, ਮੈਂ ਤਾਂ ਘੜੀ ਬੰਨਦਾ ਹੀ ਨਹੀਂ, ਅਸੀਂ ਵੈਸੇ ਹੀ ਟਾਈਮ ਸਿਰ ਹੁੰਦੇ ਹਾਂ। ਡੋਲੀ ਤੋਰੋ, ਚਲੋ ਪੁੱਤਰ, ਚਲੋ ਚਲੋ ਆ ਜਾਓ ਜੀ। ਚਲੋ, ਵਾਹ ਕਿਸਮਤ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ। ਘਰ ਕਹਿੰਦੇ ਆ ਜੀ ਉਹਦੇ ਘਰ ਦੇਰ ਆ ਹਨੇਰ ਨਹੀਂ, ਪਰ ਫਿਲਹਾਲ ਤੇ ਘੁੱਗੀ ਜੀ ਨਾਲ ਉਹ ਹੋਈ ਹੈ ਵੀ ਹੱਥ ਪੁਰਾਣੇ ਖੋਸੜੇ, ਬਸੰਤ ਹੁਰੀ ਆਏ। ਮੈਨੂੰ ਤੇ ਲੱਗਦਾ ਇਹੋ ਘਰ ਹੈ। ਲੱਗਦਾ, ਮੈਂ ਤੇ ਕਹਿੰਦਾ ਇਹੋ ਹੀ ਘਰ ਆ। ਬਿਲਕੁਲ ਤੇਰੀ ਗੱਲ ਸਹੀ ਆ, ਸਹੀ ਘਰ ਹੀ ਆ ਆਪਾਂ, ਪਾਇਆ ਤੇ ਹੈ ਕੋਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਲੀ ਉਹ ਅਸੀਂ ਉਹ ਲੜਕੀ ਦੇਖਣ ਆਏ ਹਾਂ ਜੀ, ਤੁਹਾਡੀ ਕੁੜੀ ਦੇਖਣ ਆਏ ਹਾਂ। ਕੁੜੀ ਦੇਖਣ ਆਏ? ਹਾਂਜੀ, ਤੁਹਾਡੀ ਲੜਕੀ ਦੇਖਣ ਆਏ। ਇੱਥੇ ਖਲੋਇਓ ਹੈ। ਹਾਂ, ਇੱਕ ਮਿੰਟ। ਹਾਂਜੀ, ਕਮਾਲ ਦੀ ਗੱਲ ਹੈ ਯਾਰ, ਸਾਨੂੰ ਗੇਟ 'ਤੇ ਖੜਾ ਛੱਡ ਕੇ ਕੁੜੀ ਗੇਟ 'ਤੇ ਵਿਖਾਉਣੀ ਇਹਨਾਂ ਨੇ। ਅੰਦਰ ਭਾਲਦੇ ਯਾਰ, ਸਾਨੂੰ ਕੁੜੀ ਵਿਖਾਉਂਦੇ ਚੰਗੀ ਤਰ੍ਹਾਂ, ਕੁੜੀ ਮੁੰਡੇ ਨੂੰ ਵੇਖੇ ਚੰਗੀ ਤਰ੍ਹਾਂ। ਇੱਥੇ ਲੈ ਰੇ ਆ ਰਿਹਾ ਮੇਰੇ ਕੋਲ ਬਈ, ਨਹੀਂ ਵੇਖਿਆ ਗੇਟ 'ਤੇ ਠਾਕਾ ਲੱਗਣਾ। ਰੋਜੋ ਜਰਾ ਬਈ, ਤੂੰ ਹੁਣ ਸਾਰੀ ਗੱਲ ਪਾ ਜੀ, ਭਾਜੀ ਅਸੀਂ ਮੰਮੇ ਜੀ ਗੰਦ ਪਾਇਆ ਹੋਇਆ, ਨਾ ਕੋਈ ਗੱਲ ਨਾ ਕੋਈ ਬਾਤ ਨਾ, ਖੜੋ ਜਾਓ ਯਾਰਾ। ਭਾਜੀ ਹੋਇਆ ਕੀ, ਮੇਰੀ ਗੱਲ ਤੂੰ ਭਾਜੀ। ਸਵਾਗਤ ਕਰਨਗੇ ਸਾਰਾ ਫੜੀ ਫਿਰਦਾ। ਅੱਗ ਉੱਗ ਪਾਈ ਸਾਹਿਬ ਕੋਈ ਨਿਕਲੇਗੀ, ਬਸ ਤੁਸੀਂ ਇਹਨੂੰ ਕ੍ਰੋਸ ਨੀ ਕਰਨਾ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਹੁਣ ਤੁਸੀਂ ਇੱਥੇ ਰੁਕਿਓ ਤੇ ਮੈਂ ਤੁਹਾਡਾ ਸਵਾਗਤ ਕਰਨਾ ਚਾਹੁੰਦਾ। ਨਹੀਂ, ਸਵਾਗਤ ਤੁਸੀਂ ਉਹ ਕਰ ਲਿਆ ਜੀ। ਬੜਾ ਤੁਹਾਡਾ ਮਾੜਾ ਸਵਾਗਤ ਹੋਇਆ, ਹੁਣ ਮੈਂ ਚੰਗੇ ਢੰਗ ਨਾਲ ਤੁਹਾਡਾ ਸਵਾਗਤ ਕਰਨਾ ਚਾਹੁੰਦਾ। ਠੀਕ ਹੈ ਜੀ, ਤੇ ਮੈਂ ਗਿਆ ਤੇ ਆਇਆ,
ਤੇ ਕ੍ਰੋਸ ਨਹੀਂ ਕਰਨੀ ਲਾਈਨ ਠੀਕ ਹੈ ਜੀ ਠੀਕ ਹੈ ਜੀ ਬਸ ਮੈਂ ਗਿਆ ਤੇ ਆਇਆ ਤੁਸੀਂ ਕਿੱਥੇ ਕਰਨ ਦੇਣੀ ਸਾਨੂੰ ਕ੍ਰੋਸ ਲਾਈਨ ਅੱਗੇ ਵੀ ਗੇਟ ਤੇ ਖੜਾ ਕਰ ਗਿਆ ਸੀ ਹੁਣ ਵੀ ਗੇਟ ਤੇ ਖੜਿਆ ਯਾਰ ਇਹ ਚੰਗਾ ਗੇਟੋ ਗੇਟ ਰਿਸ਼ਤਾ ਕਰਨ ਦੇ ਸਾਡਾ ਐਡਾ ਗੇਟਵੇ ਆਫ ਇੰਡੀਆ ਦੇ ਵਿਆਹ ਹੋਣ ਲੱਗਾ ਮੇਰਾ ਚਿੰਤਾ ਬਿਲਕੁਲ ਨਹੀਂ ਕਰਨੀ ਐਕਚੁਅਲੀ ਇੱਕ ਹਾਰ ਨੇ ਤੈਨੂੰ ਕੰਮ ਚਲਾਉਣਾ ਪੈਣਾ ਕੰਤੋ ਮਾਸੀ ਨੇ ਤੁਹਾਡੇ ਬਾਰੇ ਤਾਂ ਦੱਸਿਆ ਸੀ ਪਰ ਇਹਨਾਂ ਬਾਰੇ ਬਿਲਕੁਲ ਨਹੀਂ ਪਤਾ ਸੀ ਤੇ ਹੁਣ ਤੁਸੀਂ ਏਦਾਂ ਕਰੋ ਕਿਉਂਕਿ ਮੈਂ ਚਾਹੁੰਦਾ ਵੀ ਮੈਂ ਤੁਹਾਡਾ ਸਵਾਗਤ ਬਰਾਬਰ ਕਰਾਂ ਨਹੀਂ ਨਹੀਂ ਤੁਸੀਂ ਹਾਰੇ ਨਾ ਨਹੀਂ ਇਹ ਸ਼ਾਇਦ ਜੀਜਾ ਜੀ ਜਿੰਨਾ ਮੈਂ ਸ਼ਾਇਦ ਜੀਜਾ ਜੀ ਨੂੰ ਸਤਿਕਾਰ ਦੇਣਾ ਚਾਹੁੰਦਾ ਓਨਾ ਮੈਂ ਤੁਹਾਨੂੰ ਦੇਣਾ ਚਾਹੁੰਦਾ ਠੀਕ ਆ ਜੀ ਮਾਈਂਡ ਨਹੀਂ ਕਰਨਾ ਇੱਕ ਮਿੰਟ ਜੋੜੋ ਸਰ ਆ ਜਾਓ ਨਹੀਂ ਸਤਿਕਾਰ ਤੁਹਾਡਾ ਆ ਓਨਾ ਹੀ ਨਾ ਤਾਂ ਨਾਲ ਤੁਹਾਡੇ ਆਏ ਨੇ ਵੈਸੇ ਤੁਹਾਡੀ ਇਹ ਅਦਾ ਸਾਨੂੰ ਬਹੁਤ ਪਸੰਦ ਆਈ ਜੀ ਅਦਾ ਕਿਹੜੀ ਅਦਾ ਮੈਂ ਤਾਂ ਕੋਈ ਅਦਾ ਨਹੀਂ ਦਿਖਾਈ ਵੈਸੇ ਉਹ ਫਿਲਮਾਂ 'ਚ ਤਾਂ ਇੱਦਾਂ ਹੀ ਕਹਿੰਦੇ ਹੁੰਦੇ ਜੀ ਕਿ ਤੁਹਾਡੀ ਅਦਾ ਸਾਨੂੰ ਬਹੁਤ ਪਸੰਦ ਆਈ ਚਲੋ ਖੈਰ ਜੇ ਤੁਸੀਂ ਅਦਾ ਕੋਈ ਵਿਖਾਈ ਨਹੀਂ ਤਾਂ ਸੋਰੀ ਸ਼ਾਇਦ ਤੁਸੀਂ ਮੇਰੇ ਵਾਂਗੂ ਸ਼ੌਂਕ ਰੱਖਦੇ ਹੋ ਫਿਲਮਾਂ ਦਾ ਹੈ ਕੀ ਬਾਤ ਆ ਆਪਣੇ ਵਿਚਾਰ ਕਿਵੇਂ ਮਿਲਦੇ ਆ ਤੁਸੀਂ ਵੀ ਫਿਲਮਾਂ ਹਾਂ ਕਮਾਲ ਦੀ ਗੱਲ ਆਪਣੇ ਸ਼ੌਂਕ ਕਿਤੇ ਜਿੰਨਾ ਕਿੰਨੇ ਮਿਲਦੇ ਆ ਨਾ 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 ਜੱਫੀ ਨਹੀਂ ਪਹਿਲਾਂ ਗੱਲ ਪੱਕੀ ਫਿਰ ਜੱਫੀ ਮੇਰੇ ਸ਼ਾਇਦ ਜੀਜਾ ਜੀ ਹੇ ਭਾਜੀ ਸ਼ੌਂਕ ਹੀ ਮਿਲਾਈ ਜਾਓਗੇ ਕੋਈ ਕੁੰਡਲੀ ਟੇਵਾ ਵੀ ਮਿਲਾ ਲਓ ਅੰਦਰੋਂ ਕਿਸੇ ਸਿਆਣੇ ਨੂੰ ਵੀ ਬੁਲਾ ਲਓ ਜੇ ਕੁੜੀ ਬਾਹਰੋਂ ਗੇਟ ਤੋਂ ਹੀ ਤੋਰਨੀ ਆ ਤੇ ਨਹੀਂ ਸਾਨੂੰ ਅੰਦਰ ਖੜਨਾ ਇੱਕ 100 ਦਾ ਪੱਤਾ ਕੱਢੋਗੇ ਮੇਰੇ ਸ਼ਾਇਦ ਜੀਜਾ ਜੀ ਲੈ ਦੱਸ ਇਹ ਤੇ ਉਹ ਗੱਲ ਹੈ ਨਾ ਜੀ ਕਿ ਪਿੰਡ ਅਜੇ ਵਸਿਆ ਨਹੀਂ ਤਾਂ ਚੋਰ ਚੱਕੇ ਪਹਿਲਾਂ ਪੈ ਗਏ ਮੈਂ ਜੀਜਾ ਅਜੇ ਬਣਿਆ ਤੇ ਨਹੀਂ ਨਾ ਸ਼ਾਇਦ ਜੀਜਾ ਵਾਂ ਮੇਰੇ ਸ਼ਾਇਦ ਸਾਲਾ ਜੀ ਦੇਖੋ ਜੀ ਲੋਕ ਦੀਵਾਲੀ ਬੰਪਰ ਲੋਹੜੀ ਬੰਪਰ ਪਾਉਂਦੇ ਨੇ ਹਨਾ ਟਿਕਟ ਨਿਕਲੇ ਨਾ ਨਿਕਲੇ ਲੇਕਿਨ ਦਾ 100 ਰੁਪਏ ਤਾਂ ਗਿਆ ਨਾ ਇਸੇ ਕਰਕੇ ਜੀਜਾ ਜੀ ਤੁਸੀਂ ਜੀਜਾ ਬਣੋ ਨਾ ਬਣੋ ਲੇਕਿਨ 100 ਰੁਪਇਆ ਤਾਂ ਦੇਣਾ ਪੈਣਾ ਪਹਿਲੀ ਵਾਰੀ ਵੇਖਿਆ ਜੀ ਕਿ ਸ਼ਾਦੀ ਕਰਵਾਉਣ ਵਾਸਤੇ ਰਾਹ ਦੇ ਵਿੱਚ ਟੋਲ ਟੈਕਸ ਵੀ ਦੇਣੇ ਪੈਂਦੇ ਆ ਹੈਲੋ ਜੀ ਥੈਂਕ ਯੂ ਵੈਰੀ ਮੱਚ ਪਹਿਲਾ ਰਾਊਂਡ ਵੀ ਕਲੀਅਰ ਕਰ ਲਿਆ ਤੇ ਦੂਜੇ ਰਾਊਂਡ ਵਾਸਤੇ ਤੁਹਾਨੂੰ ਬੈਸਟ ਆਫ ਲੱਕ ਤੇ ਜੇ ਰਿਸ਼ਤਾ ਪੱਕਾ ਹੋ ਗਿਆ ਤਾਂ ਮੈਂ ਤੁਹਾਡੇ ਤੋਂ ਅੱਗੋਂ ਪੈਸੇ ਲੈਂਦਾ ਰਹਾਂਗਾ ਠੀਕ ਹੈ ਜੀ ਤੇ ਹੁਣ ਤੁਸੀਂ ਜਾਓ ਅੰਦਰ ਤੇ ਅੰਦਰ ਕਰਦੇ ਹੋਣਗੇ ਸੁੱਤੇ ਤੇ ਮੈਂ ਚੱਲਿਆ ਫਿਲਮ ਦੇਖਣ ਠੀਕ ਹੈ ਜੀ ਟ੍ਰੰ 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 ਉਹਨਾਂ ਨੂੰ ਜਗਾ ਤੇ ਜਾਓ ਜੀ ਅਸੀਂ ਆਪ ਜਗਾਉਣਾ ਚਾਹਾਂਗੇ ਨਹੀਂ ਇਹ ਤੁਹਾਡਾ ਆਪਣਾ ਕੰਮ ਹੈ ਓਕੇ ਬਾਏ ਕੈਸਾ ਯਾਰ ਵਾਹ ਯਾਰ ਸ਼ਾਇਦ ਸਾਲਾ ਮੇਰਾ ਸ਼ਾਇਦ ਜੀਜੇ ਨੂੰ ਲੁੱਟ ਕੇ ਲੈ ਗਿਆ ਯਾਰ ਚਲੋ ਦਵਾਈ ਤੂੰ ਸੰਘਾ ਗਈ ਯਾਰ ਇਹਨੇ ਮੂੰਹ ਢੱਕਿਆ ਪਤਾ ਕੀ ਲੱਗੇ ਜਿਹੜੀ ਨਾਮ ਅਲੀ ਦਾ
ਜਿਹੜੀ ਨਾਮ ਉੱਠੀ ਉੱਠੀ ਨਾਮ ਅਲੀ ਦਾ ਲੈਂਦੀ ਆ ਵੀਰ ਮੇਰੇ ਆ ਵਜੁਗਣੀ ਵਜੁਗਣੀ ਕੰਮ ਤਾਂ ਕਰਦੀ ਪੁੱਠੇ ਇੱਥੇ ਸੁੱਤਾ ਕੋਈ ਨਾ ਉੱਠੇ ਅਸੀਂ ਲੱਗ ਕੇ ਬਹਿ ਗਏ ਗੁੱਠੇ ਓਏ ਵੀਰ ਮੇਰੇ ਆ ਵਜੁਗਣੀ ਹਾਏ ਵੀਰ ਮੇਰੇ ਆ ਵਜੁਗ ਕੋਈ ਅਸਰ ਹੀ ਨਹੀਂ ਕਿਹਾ ਤੇ ਹੁਣ ਤੇ ਸੁੱਤੇ ਸੁੱਤੇ ਭੰਗੜਾ ਪਾਉਣ ਡੇ ਸਾਰੇ ਜਣੇ ਹਾਲੇ ਨਾ ਮੇਰੇ ਵੱਲ ਦੇਖਿਓ ਹਾਲੇ ਮੈਂ ਤਿਆਰ ਹੋਣਾ ਮੁੰਡੇ ਵਾਲੇ ਮੁੰਡਾ ਵਾਲੇ ਜੀ ਤੁਸੀਂ ਅਲਾਰਮ ਨਹੀਂ ਸੀ ਲਾਇਆ ਹਰ ਕਿਸੇ ਸਾਈਕਲ ਦੇ ਰਿਮ ਚੋਂ ਕੱਢ ਕੇ ਪਾਇਆ ਤਲਵਾਰ ਲੈ ਕੇ ਘੁੰਮ ਰਿਹਾ ਸੀ ਪਹਿਲਾਂ ਤਲਵਾਰ ਬਾਅਦ ਚ ਹਾਰ ਸਾਡੇ ਗਲ ਚ ਪਾ ਗਿਆ ਡਰਦੇ ਨੀ ਲਾਇਆ ਤਲਵਾਰ ਲੈ ਕੇ ਨਾ ਜੇ ਸਾਡੇ ਗਿੱਟੇ ਵੰਡ ਦੇਣ ਲੱਗਾ ਸੀ ਜੀ ਛਾਂਗ ਦੇਣ ਲੱਗਾ ਸੀ ਬਿਲਕੁਲ ਜੀ ਓ ਮਾਈ ਗੋਡ ਤੁਹਾਨੂੰ ਬਾਹਰ ਗੇਟ ਤੇ ਮਿਲਿਆ ਹੋਏਗਾ ਬਿਲਕੁਲ ਮੇਰੇ ਵਰਗਾ ਸੋਹਣਾ ਸੁਨੱਖਾ ਜਿਹਾ ਉਹ ਨਾ ਆਪਣਾ ਇਸ ਪੁੱਤਰ ਹੈ ਆਪਣਾ ਫਰਜ਼ੰਦ ਹੈ ਆਪਣਾ ਸਾਹਿਬਜ਼ਾਦਾ ਹੈ ਫਿਲਮ ਵੇਖਣ ਗਿਆ ਹੋਏਗਾ ਜ਼ਰਾ ਆਪਣੇ ਮੂੰਹ ਨਿਕਲ ਗਿਆ ਕੁੱਤੇ ਦਾ ਬੱਚਾ ਕਾਕਾ ਜੀ ਨਾਲ ਬਹੁਤ ਮਾੜੀ ਹੋਈ ਆਂਦੇ ਮਾੜੀ ਹੋਈ ਸਾਡੇ ਨਾਲ ਹਾਂਜੀ ਹਾਂਜੀ ਕੁਛ ਕਰੋ ਨਾ ਮੈਂ ਹੁਣ ਕੀ ਕਰਾਂ ਬਸ ਬੜੀ ਵਿਖਾਓ ਜੀ ਕਰਨਾ ਕਰਨਾ ਕੀ ਜਾਈਏ ਹਨਾ ਨਾ ਕਰੀਏ ਤੇ ਜਾਈਏ ਰਿੰਕੀ ਨੂੰ ਲੈ ਕੇ ਆਵਾਂ ਮੈਂ ਹੁਣੇ ਲੈ ਕੇ ਆਈ ਰਿੰਕੀ ਨੂੰ ਲੈ ਕੇ ਆਵਾਂ ਹਾਂਜੀ ਆਪਣੀ ਰਿੰਕੀ ਨੂੰ ਲੈ ਕੇ ਆਓ ਕਾਕਾ ਜੀ ਬੈਠੇ ਨੇ ਕਾਕਾ ਜੀ ਹਾਰ ਹੁਣ ਲਾ ਦਿਓ ਨਿਸ਼ਚਿੰਤ ਹੋ ਜਾਓ ਨਹੀਂ ਉਹ ਨਹੀਂ ਤਲਵਾਰ ਡਰ ਬਹੁਤ ਲੱਗਦਾ ਜੀ ਓਹੋ ਡੋਂਟ ਵਰੀ ਮੈਂ ਉਹਦੇ ਬਿਹਾਫ ਤੇ ਕਹਿ ਰਿਹਾ ਨਾ ਤੁਹਾਨੂੰ ਪਲੀਜ਼ ਲਾ ਦਿਓ ਨਵੇਂ ਨਵੇਂ ਸਾਰੇ ਆ ਨਾਮ ਹੀ ਨਹੀਂ ਬਹੁਤੀ ਕਰ ਸਕਦੇ ਚੱਲ ਪਹਿਲਾਂ ਤੂੰ ਲਾ ਮੈਂ ਬੜਾ ਮਤਲਬ ਜਿਹੜੇ ਮਰਜ਼ੀ ਕਰੰਟ ਅਫੇਅਰ ਤੇ ਗੱਲ ਕਰ ਲਓ ਅੱਛਾ ਫਿਰ ਇਹ ਦੱਸੋ ਕਿ ਮਲਿਕਾ ਸ਼ਰਾਫਤ ਬਾਰੇ ਕਿੰਨਾ ਕੁ ਜਾਣਦੇ ਹਾਂ ਮਲਿਕਾ ਸ਼ਰਾਫਤ ਦੀ ਸਾਰੀ ਹਿਸਟਰੀ ਤੁਹਾਨੂੰ ਮੈਂ ਦੱਸ ਦਿੰਦਾ ਜੀ ਨਾ 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 ਕਾਕਾ ਜੀ ਹਿਸਟਰੀ ਨਹੀਂ ਮੈਨੂੰ ਉਹਦਾ ਪ੍ਰੈਜ਼ੈਂਟ ਮੋਬਾਈਲ ਨੰਬਰ ਚਾਹੀਦਾ ਪਲੀਜ਼ ਪਾਪਾ ਜੀ ਰੰਗ ਦੇ ਹੀ ਕਾਲੇ ਨਹੀਂ ਹੈਗੇ ਦਿਲ ਦੇ ਵੀ ਕਾਲੇ ਹੈ ਕੋਈ ਗੱਲ ਨਹੀਂ ਜੀ ਮਲਿਕਾ ਸ਼ਰਾਫਤ ਦਾ ਨੰਬਰ ਅਸੀਂ ਆਂਟੀ ਜੀ ਨੂੰ ਦੇ ਦਿਆਂਗੇ ਨਾ 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 ਕਾਕਾ ਜੀ ਆਂਟੀ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਸਵਾਲ ਹੀ ਕੈਂਸਲ ਕਰਦੇ ਹਾਂ ਤੁਸੀਂ ਮੈਨੂੰ ਇਹ ਦੱਸੋ ਕਿ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹੋ ਹਾਂਜੀ ਕਿਤਾਬਾਂ ਬਹੁਤ ਪੜ੍ਹਦਾ ਜੀ ਮੈਂ ਅੱਛਾ ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਹੋ ਤੁਸੀਂ ਮਸਲਨ ਜਿੱਦਾਂ ਨੈਣ ਪ੍ਰੀਤੋ ਦੇ ਝਾਈ ਪੇਕੇ ਪਾਪਾ ਠੇਕੇ ਘਰੇਲੂ ਨੁਸਖੇ ਧਨਵੰਤਰੀ ਸਾਰੀ ਯਾਦ ਕੀਤੀ ਹੋਈ ਮੈਂ ਜੰਤਰੀਆਂ ਸਾਪੜੀਆਂ ਮੈਂ ਸੌਖੇ ਵਪਾਰ ਕਰਨ ਦੇ ਸੌ ਬਿਜ਼ਨਸ ਹਾਰਮੋਨੀਅਮ ਸਿੱਖੋ ਸਭ ਕਿਤਾਬਾਂ ਪੜ੍ਹੀਆਂ ਚਲੋ ਛੱਡੋ ਮਾਰੋ ਗੋਲੀ ਕਿਤਾਬਾਂ ਨੂੰ ਤੁਸੀਂ ਮੈਨੂੰ ਇਹ ਦੱਸੋ ਕਿ ਹਾਂ ਸ਼ਾਹਜਹਾਨ ਦੇ ਤਾਜ ਮਹਿਲ ਬਾਰੇ ਕੀ ਜਾਣਦੇ ਹੋ ਹਾਂਜੀ ਤਾਜ ਮਹਿਲ ਚਿੱਟਾ ਹੈ ਜੀ ਵੱਖਰੀ ਗੱਲ ਹੈ ਪੋਲਿਊਸ਼ਨ ਹੁਣ ਥੋੜਾ ਪੀਲਾ ਪੀਲਾ ਦਰਦ ਹੋਇਆ ਛੱਡੋ ਜੀ ਤਾਜ ਮਹਿਲ ਦੀਆਂ ਗੱਲਾਂ ਨੂੰ ਬਾਥਰੂਮ ਦਾ ਦਰਵਾਜ਼ਾ ਟੁੱਟਿਆ 3 ਮਹੀਨਿਆਂ ਤੋਂ ਉਹ ਪਹਿਲਾਂ ਤੋਂ ਲੱਗਿਆ ਨਹੀਂ ਲੈ ਗਏ ਤਾਜ ਮਹਿਲ ਦੀਆਂ ਗੱਲਾਂ ਨੂੰ ਬੈਠੇ ਆ ਇੱਥੇ ਸੁਣੋ ਕੀੜੀਆਂ ਖਾ ਗਈਆਂ ਪਕੌੜਿਆਂ ਨੂੰ ਜਾ ਕੇ ਹੋਰ ਪਕੌੜੇ ਲੈ ਕੇ ਆਓ ਇੱਥੇ ਨਾ ਕੀੜੀਆਂ ਨੂੰ ਇੱਕ ਦਿਨ ਕੀੜੇ ਪੈਣੇ ਆ ਖੈਰ ਕਾਕਾ ਜੀ ਤੁਸੀਂ ਨਾ 5 ਮਿੰਟ ਬੈਠੋ ਮੈਂ 10 ਮਿੰਟ ਚ ਆਇਆ ਕਾਕਾ ਜੀ ਤੁਸੀਂ ਕਿਉਂ ਆਉਣਾ ਤੁਸੀਂ ਨਾ ਆਓ ਤੁਸੀਂ ਜਾਓ ਤੇ ਕੁੜੀ ਨੂੰ ਭੇਜੋ ਅੱਛਾ ਕੁੜੀ ਨੂੰ ਮੈਂ ਪਕੌੜੇ ਲੈਣ ਭੇਜ ਦਿੰਦਾ ਨਹੀਂ ਨਹੀਂ ਪਕੌੜੇ ਲੈਣ ਨਾ ਭੇਜੋ ਤੁਸੀਂ ਕੁੜੀ ਨੂੰ ਇੱਧਰ ਭੇਜੋ
ਕੰਮ ਨਹੀਂ ਬਿੜੇ ਜੀ ਵਿੱਚੋਂ ਆਹੋ ਠੀਕ ਹੈ ਤੁਸੀਂ ਨਾ ਆਇਓ ਵੱਡੇ ਦਾ ਸਰੀਰ ਹੈ ਆਰਾਮ ਕਰੋ ਕਿਉਂ ਕਸ਼ਟ ਦਿੰਦੇ ਹੋ ਸਰੀਰ ਨੂੰ ਦੇਖੋ ਕਾਕਾ ਜੀ ਪਸੰਦ ਤੁਹਾਨੂੰ ਮੈਂ ਕਰ ਲਿਆ ਪਰ ਫਾਈਨਲ ਨਹੀਂ ਕੀਤਾ ਕਿਉਂਕਿ ਜੁਆਈ ਮੈਨੂੰ ਉਹ ਚਾਹੀਦਾ ਜਿਹਨੂੰ ਅੰਤਾਕਸ਼ਰੀ ਖੇਲਣੀ ਆਉਂਦੀ ਹੋਵੇ ਤੁਹਾਨੂੰ ਖੇਲਣੀ ਆਉਂਦੀ ਅੰਤਾਕਸ਼ਰੀ ਤੇ ਆਉਂਦੀ ਆਉਂਦੀ ਹੈ ਜੀ ਉਹਦੇ ਆਉਂਦੀ ਹੁੰਦੀ ਸਭ ਨਹੀਂ ਵੈਰੀ ਗੁੱਡ ਵੈਰੀ ਗੁੱਡ ਸੱਸ ਤੁਹਾਡੀ ਅੜੀ ਖੜੀ ਅੰਤਾਕਸ਼ਰੀ ਦੀ ਸ਼ੌਕੀਨ ਬੜੀ ਜੁਆਈ ਤੁਹਾਨੂੰ ਤਾਂ ਮੰਨਾਂਗੀ ਜੇ ਗੱਲ ਦੇ ਵਿੱਚ ਗੱਲ ਫੜੀ ਚਲੋ ਅੜਾੜੇ ਤੋਂ ਸ਼ੁਰੂ ਹੋ ਜਾਓ ਰੜੇ ਤੇ ਗਾਣਾ ਹੀ ਕੋਈ ਨਹੀਂ ਬਣਿਆ ਅੱਜ ਤੱਕ ਜੀ ਇਸ ਧਰਤੀ ਤੇ ਰੜੇ ਤੇ ਮੈਂ ਗਾਣਾ ਕਦੇ ਸੁਣਿਆ ਨਹੀਂ ਰੜੇ ਵਰਗਾ ਹੁੰਦਾ ਐੜਾ ਹੈਨਾ ਚਲੋ ਐੜੇ ਸ਼ੁਰੂ ਹੋ ਜਾਓ ਨਹੀਂ ਅੱਜ ਮੈਂ ਨਹੀਂ ਨਹੀਂ ਤਾਂ ਨਹੀਂ ਆਪਾਂ ਅੱਜ ਤੋਂ ਸ਼ੁਰੂ ਕਰਦੇ ਹਾਂ ਅੱਜ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ ਨਹੀਂ ਅੱਜ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ ਨਹੀਂ ਅੱਜ ਮੈਂ ਨਹੀਂ ਅੱਜ ਮੈਂ ਆਹ ਨਹੀਂ ਅੱਜ ਮੈਂ ਸੱਸ ਕੁੱਟਣੀ ਸੰਦੂਕਾਂ ਓਲੇ ਨਹੀਂ ਅੱਜ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਓ ਲੈ ਲੈ ਤੇ ਸੁਣਾਓ ਇਹ ਤੇ ਕਿਆ ਬੋਲਤਾ ਤੂੰ ਆਤਾ ਕਿ ਖੰਡਾਲਾ ਸ਼ਰਮ ਤਾਂ ਨਹੀਂ ਆਉਂਦੀ ਜੁਆਈ ਨਾਲ ਖੰਡਾਲਾ ਦਾ ਪ੍ਰੋਗਰਾਮ ਬਣਾਉਂਦੇ ਆ ਖੰਡਾਲਾ ਖੰਡ ਲਿਆ ਜਿਹੜੀ ਮੁੱਕੀ ਪਈ ਹੈ ਤੇ ਨਾਲੇ ਉਧਰ ਮੇਰਾ ਬਾਪੂ ਬੈਠਾ ਸੁਰਮੇ ਰੰਗਾ ਉਹਦੇ ਨਾਲ ਬਣਾਵੇ ਵੈਸਟ ਇੰਡੀਜ਼ ਦਾ ਟ੍ਰਿਪ ਮੈਂ ਸੋਚਦਾ ਕਿ ਆਪਾਂ ਕਾਕਾ ਜੀ ਤੇ ਗੁੱਡੀ ਨੂੰ ਇਕੱਲਿਆਂ ਬੈਠ ਦਾ ਮੌਕਾ ਦਈਏ ਤੇ ਆਪਾਂ ਜਰਾ ਬਾਹਰ ਚੱਲ ਕੇ ਅੰਤਾਕਸ਼ਰੀ ਖੇਲਦੇ ਆ ਰੀਅਲੀ ਹਾਂਜੀ ਹਾਂਜੀ ਚਲੋ ਚਲੋ ਜੀ ਸੋਫਾ ਮੁੱਕ ਗਿਆ ਆਪਣਾ ਆਪਣਾ ਉਹ ਰਿੰਕੀ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾ ਰੱਬ ਤੁਹਾਡਾ ਭਲਾ ਕਰੇ ਮੈਂ ਤਾਂ ਨਰਵਸ ਹੀ ਹੋ ਗਈ ਹੁਣੇ ਤੁਸੀਂ ਲਿਆ ਵੀ ਸੀ ਮੇਰਾ ਨਾਮ ਨਾ ਰਿੰਕੀ ਹੈ ਪਹਿਲੀ ਵਾਰੀ ਨਾਮ ਸੁਣਿਆ ਪਹਿਲੀ ਵਾਰੀ ਪਰ ਕੰਤੋ ਮਾਸੀ ਤਾਂ ਕਹਿੰਦੀ ਸੀ ਤੁਹਾਡੀ ਛੋਟੀ ਭੈਣ ਦਾ ਨਾਮ ਵੀ ਰਿੰਕੀ ਸੀਗਾ ਕਿਹੜੀ ਛੋਟੀ ਭੈਣ ਉਹਦੇ ਨਰਸਰੀ 'ਚ ਮਰ ਗਈ ਸੀ ਉਹਦਾ ਨਾਂ ਯਾਦ ਹੁਣ ਕਿਤੇ ਮੈਨੂੰ ਇੰਨੀਆਂ ਪੁਰਾਣੀਆਂ ਗੱਲਾਂ ਯਾਦ ਰਹਿੰਦੀਆਂ ਮੈਨੂੰ ਤਾਂ ਭੈਣ ਭੁੱਲੀ ਸੀ ਤੁਸੀਂ ਨਾਂ ਲਿਆ ਭੈਣ ਦਾ ਤੇ ਮੈਨੂੰ ਭੈਣ ਯਾਦ ਆਈ ਹੈ ਤੁਹਾਡੇ ਵੈਸੇ ਬਾਈ ਦਾ ਵੇ ਪਤਾ ਨਹੀਂ ਕਿੱਦਾਂ ਪੁੱਛੋ ਸ਼ੌਂਕ ਕੀ ਹੈ ਮੈਨੂੰ ਨਾ ਸ਼ੌਂਕ ਹੈ ਮੇਰੀਆਂ ਨਾ 12-13 ਕੁੜੀਆਂ ਹੋਣ 12-13 ਕੁੜੀਆਂ ਹੋਣ ਬੜਾ ਅਜੀਬ ਜਿਹਾ ਸ਼ੌਂਕ ਹੈ ਜੀ ਮਤਲਬ ਜਿਹੜੀਆਂ ਹੁਣ ਪੰਜਾਬ 'ਚ ਲੋਕਾਂ ਨੇ ਕੁੜੀਆਂ ਮਾਰਨੀਆਂ ਸ਼ੁਰੂ ਕੀਤੀਆਂ ਜੰਮਣ ਤੋਂ ਪਹਿਲਾਂ ਹੀ ਮਤਲਬ ਜਿੰਨੀਆਂ ਲੋਕਾਂ ਨੇ ਮਾਰੀਆਂ ਉਹ ਸਾਰਾ ਘਾਪਾ ਮੇਰੇ ਕੋਲ ਪੂਰਾ ਕਰਨਾ ਜੀ ਪਤਾ ਕੀ ਮੇਰੀ ਪ੍ਰੋਬਲਮ ਪਤਾ ਕੀ ਹੈ ਮੈਂ ਜਿਹੜੀ ਵੀ ਚੀਜ਼ ਮੰਗਦੀ ਹਾਂ ਨਾ ਰੱਬ ਤੋਂ ਮੈਨੂੰ ਅੱਧੀ ਮਿਲਦੀ ਹੈ ਇਸ ਕਰਕੇ ਮੈਂ 12-13 ਕੁੜੀਆਂ ਮੰਗੀਆਂ 6-7 ਤਾਂ ਮਿਲਣਗੀਆਂ ਛੇ ਸੱਤ ਕੁੜੀਆਂ ਪਰਲੋ ਵਾਲੀ ਗੱਲ ਹੀ ਹੈ ਨਾ ਜੀ ਇੱਕ ਤਾਂ ਮੁੰਡਾ ਮੰਗ ਲਓ ਦੇਖੋ ਨਾ ਜੀ ਕਿ 5-6-7-8 ਕੁੜੀਆਂ ਹੁਣ ਇਕੱਲਾ ਪਿਓ ਮੈਂ ਤੇ ਵਿਆਹੁੰਦਾ ਮਰ ਜਾਂਗਾ ਜੀ ਇੱਕ ਤਾਂ ਮੁੰਡਾ ਉਹਦੇ ਨਾਲ ਸਾਥ ਹੋ ਜਾਂਦਾ ਵੈਸੇ ਗੱਲ ਪਰਸਨਲ ਜੀ ਪੁੱਛਾਂ ਤੁਹਾਨੂੰ ਜੀ ਇਹ ਤੁਹਾਨੂੰ ਮਤਲਬ ਮੁੰਡਿਆਂ ਤੋਂ ਕੋਈ ਨਫ਼ਰਤ ਹੈ ਮੁੰਡੇ ਅੱਛੇ ਨਹੀਂ ਲੱਗਦੇ ਤੁਹਾਨੂੰ ਨਹੀਂ ਮੁੰਡੇ ਤਾਂ ਮੈਨੂੰ ਬਹੁਤ ਚੰਗੇ ਲੱਗਦੇ ਆ ਨਿੰਨੇ ਨਿੰਨੇ ਪਿਆਰੇ ਪਿਆਰੇ ਬਹੁਤ ਹੀ ਪਿਆਰੇ ਲੱਗਦੇ ਆ ਪਰ ਨਾ ਮੇਰੀ ਇੱਕ ਪ੍ਰੋਬਲਮ ਹੈ ਮੁੰਡੇ 'ਚ ਕੀ ਪ੍ਰੋਬਲਮ ਹੈ ਜੀ ਮੈਨੂੰ ਦੱਸਣੀ ਗੱਲ ਤਾਂ ਦੱਸਣੀ ਪੈਣੀ ਤੁਹਾਨੂੰ ਪੱਕਾ ਬਿਲਕੁਲ ਪੱਕਾ ਪਤਾ ਕੀ ਮੈਨੂੰ ਨਾ ਬੱਚਿਆਂ ਦੀਆਂ ਨਾ ਗੁੱਤਾਂ ਹੀ ਕਰਨੀਆਂ ਆਉਂਦੀਆਂ ਸਿਰਫ ਜੂੜੇ ਕਰਨੇ ਹੀ ਨਹੀਂ ਆਉਂਦੇ ਤੈਨੂੰ
ਹੋਰ ਟ੍ਰੇਨਿੰਗ ਦਵਾ ਦਾਂਗੇ ਜੂੜੇ ਕਰਨ ਲਈ ਮੀਟਿੰਗਾਂ ਕਰ ਕਰ ਰਹੀ ਹੁਣ ਪਾਪਾ ਜੂੜੇ ਕਰੀ ਥੈਂਕ ਯੂ ਕਾਕਾ ਜੀ ਇਹ ਬੇਟੀਆਂ ਦੇ ਹੱਥ ਬਾਪ ਫੜਾਉਂਦੇ ਹੁੰਦੇ ਨੇ ਤੁਸੀਂ ਬੜੀਆਂ ਕਾਹਲੀਆਂ ਕੀਤੀਆਂ ਨੇ ਪਾਪਾ ਜੀ ਮੈਂ ਤਾਂ ਹਲੇ ਇੱਕੋ ਹੀ ਹੱਥ ਫੜਾਇਆ ਦੂਜਾ ਹੈਗਾ ਤੁਸੀਂ ਫੜਾ ਦਿਓ ਅੱਛਾ ਅੱਧਾ ਮਿੰਟ ਲੇਟ ਹੁੰਦਾ ਤੇ ਦੂਜਾ ਵੀ ਫੜਿਆ ਜਾਣਾ ਸੀ ਦੇਖੋ ਨਾ ਜੀ ਇਹ ਤੇ ਫਿਰ ਹੱਥ ਨੂੰ ਹੱਥ ਹੁੰਦਾ ਨਾ ਜੀ ਹੱਥ ਨੂੰ ਹੱਥ ਹੁੰਦਾ ਤਲਵਾਰਾਂ ਵਾਲਾ ਇੱਥੇ ਹੁੰਦਾ ਨਾ ਤਾਂ ਫਿਰ ਹੱਥੋਂ ਪਾਈ ਹੋਣੀ ਸੀ ਕੀ ਸੋਚਿਆ ਕੁੜੀਏ ਮੈਨੂੰ ਮੁੰਡਾ ਪਸੰਦ ਹੈ ਮੁੰਡਾ ਤਾਂ ਮੈਨੂੰ ਵੀ ਪਸੰਦ ਹੈ ਕਿਉਂ ਜੀ ਮੁੰਡਾ ਤਾਂ ਮੈਨੂੰ ਵੀ ਪਸੰਦ ਹੈ ਵਾਹ ਜੀ ਵਾਹ ਵਾਹ ਜੀ ਵਾਹ ਇਹ ਤੇ ਸਾਰਾ ਟੱਬਰ ਪਸੰਦ ਹੋਇਆ ਵੀ ਹੈ ਲਓ ਜੀ ਬਣ ਗਈ ਗੱਲ ਬਹੁਤ ਬਹੁਤ ਵਧਾਈਆਂ ਰੱਖੋ ਕਾਕਾ ਜੀ ਦੀ ਤਲੀ ਤੇ 1100 ਰੁਪਇਆ ਤੇ ਲਾ ਦਿਓ ਠਾਕਾ ਕਿਉਂ ਕਾਕਾ ਕਾਕਾ ਜੀ ਮੈਂ 2 ਮਿੰਟ ਚਾਹੀਦਾ ਮੇਰਾ ਮਤਲਬ ਸੀ ਮੈਂ ਉੱਤੋਂ ਪਾਪਾ ਜੀ ਨੂੰ ਲੈ ਕੇ ਆਇਆ ਪਾਪਾ ਜੀ ਮਤਲਬ ਅੱਛਾ ਤੁਸੀਂ ਆਪਣੇ ਘਰ ਪਾਪਾ ਜੀ ਵੀ ਰੱਖੇ ਕੀ ਮਤਲਬ ਹੈ ਤੁਹਾਡਾ ਤੁਸੀਂ ਸ਼ੋਅ ਨਹੀਂ ਨਾ ਕੀਤਾ ਪਾਪਾ ਜੀ ਨੂੰ ਤਾਂ ਫਿਰ ਕਾਕਾ ਜੀ 6-6-5 ਚ ਪੈ ਗਏ ਨੇ ਪਾਪਾ ਜੀ ਨੇ ਵੇਖਣਾ ਹੈ ਉਹਨਾਂ ਪਸੰਦ ਕਰਨਾ ਤੇ ਤਾਂ ਹੀ ਰਿਸ਼ਤਾ ਹੋਣਾ ਲਓ ਪਾਪਾ ਜੀ ਵੀ ਆ ਗਏ ਨੇ ਪਾਪਾ ਜੀ ਇੱਥੋਂ ਸੱਜੇ ਆਹਾ ਇੱਥੋਂ ਖੱਬੇ ਬਸ ਇੱਥੇ ਕਿ ਕਿੱਦਾਂ ਦਾ ਵੇਖ ਰਹੇ ਨੇ ਲੱਗਦਾ ਜਿੱਦਾਂ ਮੇਰੀ ਸਕੈਨਿੰਗ ਕਰ ਰਹੇ ਨੇ ਦਰਅਸਲ ਪਾਪਾ ਜੀ ਨੂੰ ਨਜ਼ਰ ਨਹੀਂ ਆਉਂਦਾ ਨਾ ਅੱਛਾ ਮਤਲਬ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਹਨਾਂ ਨੇ ਵੇਖਣਾ ਰਿਸ਼ਤਾ ਹਮੇਸ਼ਾ ਵੇਖ ਕੇ ਟੋ ਕੇ ਕਰਨਾ ਚਾਹੀਦਾ ਵੇਖ ਅਸੀਂ ਲਿਆ ਤੇ ਟੋਏ ਰਹੇ ਨੇ ਇਹ ਰਿਸ਼ਤਾ ਨਹੀਂ ਹੋ ਸਕਦਾ ਕਿਉਂ ਕੀ ਗੱਲ ਹੋ ਗਈ ਜੀ ਕਿਉਂ ਨਹੀਂ ਹੋ ਸਕਦਾ ਇਹਦੀ ਧੌਣ ਛੋਟੀ ਆ ਛੋਟੀ ਧੌਣ ਛੋਟੀ ਦੱਸ ਵਿਆਹ ਚ ਤਾਂ ਹੁੰਦਾ ਕੀ ਕੰਮ ਨਹੀਂ ਗੱਲ ਸੁਣੋ ਤੁਸੀਂ ਮੈਨੂੰ ਵਿਆਹ ਦੇਣਾ ਕਿ ਮੈਨੂੰ ਫਾਹ ਦੇਣਾ ਫਾਂਸੀ ਲਾਉਣਾ ਮੈਨੂੰ ਕਾਕਾ ਘਰਾਂ ਦੇ 100 ਕਜੀਏ ਹੁੰਦੇ ਨੇ ਜਨਾਨੀ ਨੇ ਬੰਦੇ ਨੂੰ ਧੌਣੋ ਫੜਨਾ ਹੁੰਦਾ ਜੇ ਬੰਦੇ ਦੀ ਧੌਣ ਹੀ ਨਾ ਹੱਥ ਚ ਆਈ ਤਾਂ ਕੀ ਫਾਇਦਾ ਇਹ ਤੇ ਅਸੀਂ ਵੇਖਣਾ ਹੈ ਕਿ ਰਿਸ਼ਤਾ ਕਰਨਾ ਹੈ ਕਿ ਨਹੀਂ ਕਰਨਾ ਇਹ ਰਿਸ਼ਤਾ ਨਹੀਂ ਹੋ ਸਕਦਾ ਇਹ ਰਿਸ਼ਤਾ ਨਹੀਂ ਜੀ ਪਾਪਾ ਜੀ ਨੇ ਕਹਿੰਦਾ ਰਿਸ਼ਤਾ ਨਹੀਂ ਹੋ ਸਕਦਾ ਪਾਪਾ ਜੀ ਬਿਲਕੁਲ ਠੀਕ ਕਹਿੰਦਾ ਰਿਸ਼ਤਾ ਹੋਈ ਨਹੀਂ ਸਕਦਾ ਹੋਈ ਨਹੀਂ ਸਕਦਾ ਨਾ 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 ਰਿਸ਼ਤਾ ਨਹੀਂ ਹੋਣਾ ਨਹੀਂ ਕਿਉਂ ਨਹੀਂ ਹੋ ਸਕਦਾ ਇਹ ਰਿਸ਼ਤਾ ਜ਼ਰੂਰ ਹੋਊਗਾ ਮੈਂ ਕੁੰਡੀ ਮਾਰਨੀ ਆ ਖਿੱਚ ਕੇ ਨਾਥਾ ਤੇ ਕਿ ਡਾ ਇਹਨੂੰ ਵਿਆਹ ਕਲਾ ਆਇਆ ਆਇਆ ਤੁਹਾਡੇ ਨਖਰੇ ਨਖਰੇ ਇਸ ਤੇ ਮੈਂ ਚੌਂਤੀਆਂ ਦੀ ਹੋ ਗਈ ਤੁਸੀਂ ਰੱਖੋ ਜੀ ਵਿਆਹ ਦੀ ਤਰੀਕ ਪੱਕੀ ਵਿਆਹ ਦੀ ਤਰੀਕ ਮੈਂ ਰੱਖ ਲਈ ਐਸੇ ਮਹੀਨੇ 34 ਤਰੀਕ ਬਰਾਤ ਆਗਰੇ ਪਹੁੰਚ ਜਾਏਗੀ ਆਗਰੇ ਕਿਉਂਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਪਾਗਲਖਾਨਾ ਆਗਰੇ ਚ ਪਾਸਵਤ ਚੋਰੀ ਛੜਾ ਮਾਰ ਕੇ ਭਾਵੇਂ ਮੈਂ ਅਗਲੇ ਜਨਮ ਚ ਕੁੱਤੇ ਦੀ ਜੂਨੇ ਪੈ ਜਾਂ ਪਰ ਇਸ ਟੱਬਰ ਚ ਮੈਂ ਵਿਆਹ ਨਹੀਂ ਕਰ ਸਕਦਾ ਕਿਉਂਕਿ ਜੇ ਇਸ ਟੱਬਰ ਦੇ ਵਿੱਚ ਮੇਰਾ ਵਿਆਹ ਹੋ ਗਿਆ ਨਾ ਤੇ ਮੇਰੀ ਹਾਲਤ ਪਤਾ ਕੀ ਹੋ ਜਾਣੀ ਹੋ ਮੇਰਾ ਹਾਲ ਪਤਾ ਕੀ ਹੋ ਜਾਣਾ ਮੈਨੂੰ ਨਾ ਪੁੱਛ ਮੇਰਾ ਕੀ ਹਾਲ ਹੋ ਜਾਣਾ ਤੇ ਮੈਂ ਦੱਸਾਂ ਆ ਮੈਨੂੰ ਕੁਛ ਹੋ ਜਾਣਾ ਤੇ ਮੈਂ ਕੀ ਹਾਲ ਹੋ ਜਾਣਾ ਮੈਨੂੰ ਮੇਰੀ ਹਾਲਤ ਆ ਹੋ ਜਾਣੀ ਹੋ ਮੈਂ ਆਪਣਾ ਹਾਰ ਪਾ ਕੇ ਆਪਣੀ ਗਲ ਦੇ ਵਿੱਚ ਟ੍ਰੈਫਿਕ ਚਲਾਉਂਦੇ ਫਿਰਦਾ ਸੜਕਾਂ ਦੇ ਉੱਤੇ ਖੜੇ ਹੋ ਕੇ ਸੀਟੀਆਂ ਮਾਰਦੇ ਫਿਰਾਂਗਾ ਫੁਰਲ ਫੁਰਲ ਉਹ ਮੈਂ ਪਾਗਲ ਹੋ ਜਾਣਾ ਤੇ ਮੈਂ ਦੱਸਾਂ ਮੇਰੀ ਹਾਲਤ ਆ ਹੋ ਜਾਣੀ ਹੋ ਐਡਾ ਉਹਨੇ ਮੇਰੀ ਹਾਲਤ ਮੈਂ ਪਾਗਲ ਹੋ ਜਾਣਾ ਹੀ ਲੱਗਦਾ ਜਿੱਦਾਂ ਹਲਵਾਈ ਨੇ ਨਾ ਕੱਦੂ ਝੂਣੇ ਨਾਲ ਧੋਤਾ ਹੁੰਦਾ ਹੈ ਕਿਸ਼ੋਰੀ ਲੱਗਦਾ ਨਹੀਂ ਯਾਰ ਮੂੰਹ ਮੇਰਾ ਜਿੱਦਾਂ ਕਲੀ ਕੀਤਾ ਹੋਇਆ ਮੂੰਹ ਕਲੀ ਕੀਤਾ ਹੈ ਨਾ ਮੂੰਹ ਕਾਲਾ ਤਾਂ ਨਹੀਂ ਕੀਤਾ ਨਾਲੇ ਵੇਖੀ ਜਦੋਂ ਹੁਣੇ ਥੋੜ੍ਹੀ ਦੇਰ ਬਾਅਦ ਕਲੀਆਂ ਧੁੱਪ ਗਈਆਂ ਤੇ ਕਿੱਦਾਂ ਨਿਖਰਦਾ ਮੇਰਾ ਯਾਰ ਹਾਂਜੀ
ਖੀਰੇ ਇਹ ਤਾਂ ਤੁਸੀਂ ਐਵੇਂ ਖੇਚਲ ਕਰ ਗਏ ਹੋਏ ਹਨਾ, ਲੋੜ ਤਾਂ ਨਹੀਂ ਸੀ ਵੈਸੇ ਖੀਰਿਆਂ ਦੀ। ਚਲੋ ਅਗਲੇ ਮਾਣ ਨਾਲ ਦੇ ਕੇ ਗਏ, ਨਾ ਵੀ ਕਿਉਂ ਕਰਨੀ, ਨਾਲੇ ਪੇਟ ਪੂਜਾ ਨਾਲੇ ਟਾਈਮ ਪਾਸ। ਚੱਕ ਆ ਕੇ ਤੂੰ ਇਹ, ਨਹੀਂ ਨਹੀਂ ਤੂੰ ਖਾ ਬਈ, ਤੂੰ ਸੋਹਣਾ ਜਮਾਉਣਾ ਆ। ਨਹੀਂ 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 ਦੇਖ ਵੀ ਅਗਲੇ ਦੋ ਪੀਸ ਦੇ ਕੇ ਗਏ, ਉਹਨਾਂ ਨੂੰ ਪਤਾ ਦੋ ਜਾਣੇ ਆ ਬਰਾਬਰ। ਚਲੋ ਠੀਕ ਹੈ, ਨਾਲੇ ਤੂੰ ਵੀ ਮਾਸਾ ਸੋਹਣਾ ਹੋ ਜਾਏਗਾ ਤੇ ਕੁੜੀ ਵਾਲੇ ਮਨਾ ਤਾਂ ਨਹੀਂ ਕਰ ਚੱਲੇ ਵੀ ਨਾਲ ਦਾ ਸੋਹਣਾ ਅਸੀਂ ਰਿਸ਼ਤਾ ਨਹੀਂ ਕਰਨਾ। ਦੇਖ ਕੇ ਦੋ ਪੀਸ ਹੀ ਗਏ ਯਾਰ, ਕੰਜੂਸੀ ਕਰ ਗਏ। ਖੀਰੇ ਖਾ ਲੈ, ਖੀਰੇ ਖਾਣ ਵਾਸਤੇ ਹੀ ਹੁੰਦੇ ਆ ਜੀ, ਖਾਣ ਲਈ ਨੀ ਅੱਖਾਂ ਤੇ ਰੱਖਣ ਲਈ ਹੁੰਦੇ ਨੇ। ਅਸੀਂ ਹੁਣ ਤੱਕ ਇਹੀ ਸਮਝਦੇ ਰਹੇ ਹਾਂ ਵੀ ਖੀਰੇ ਖਾਣ ਵਾਸਤੇ ਹੁੰਦੇ ਨੇ, ਅਸੀਂ ਸਲਾਦ ਚ ਖੀਰੇ ਖਾਂਦੇ ਰਹੇ ਹੁਣ ਤੱਕ। ਕਿਸ਼ੋਰੀ ਹੁਣ ਪਤਾ ਲੱਗਿਆ ਵੀ ਖੀਰੇ ਅੱਖਾਂ ਵਾਸਤੇ ਹੁੰਦੇ ਨੇ। ਵੈਸੇ ਗੱਲ ਉਹ ਤਾਂ ਠੀਕ ਹੈ, ਉਹ ਡਾਕਟਰ ਵੀ ਕਹਿੰਦੇ ਹੁੰਦੇ ਆ ਨਾ ਜੀ ਖੀਰੇ ਅੱਖਾਂ ਵਾਸਤੇ ਬਹੁਤ ਅੱਛੇ ਹੁੰਦੇ ਨੇ। ਵੈਰੀ ਗੁੱਡ ਸਰ, ਬਿਲਕੁਲ ਗੱਲ ਠੀਕ ਹੈ। ਪਰ ਇੱਦਾਂ ਕਰੋ, ਫਟਾਫਟ ਕਰੋ, ਮੇਰਾ ਮੂੰਹ ਧੋਣ ਵਾਲੀ ਗੱਲ ਕਰੋ, ਮੈਂ ਜਾਣਾ, ਮੈਂ ਲੇਟ ਬਹੁਤ ਹੁੰਦਾ ਪਿਆ ਜੀ। ਅਸੀਂ ਤੁਹਾਨੂੰ ਟਾਈਮ ਨਹੀਂ ਹੋਇਆ, ਟਾਈਮ ਹੋਏ ਦੀ ਗੱਲ ਨਹੀਂ ਹੈ ਕਿ ਬਸ ਜਾਣਾ, ਅਸੀਂ ਕਿਤੇ ਹੋਰ ਵੀ ਕੰਮ ਕਰਨੇ, ਹਲਵਾਈ ਕੋਲ ਜਾਣਾ ਜੇ, ਉਹ ਸਮੋਸੇ ਪਕੌੜੇ ਗਜਰੇਲਾ ਬਰਫੀ ਬਹੁਤ ਕੁਛ ਲੈਣਾ, ਜਲਦੀ ਕਰੋ। ਹਾਂਜੀ ਹਾਂ, ਛੇਤੀ ਕਰੋ ਛੇਤੀ ਕਰੋ ਜੀ, ਆਪਾਂ ਮੂੰਹ ਧੋਵਾਂਦੇ ਥੋੜ੍ਹਾ ਰਹਿ ਜਾਣਾ, ਐਵੇਂ ਸੋਹਣੇ ਹੁੰਦੇ ਰਹਿ ਜੀ, ਉੱਧਰ ਕੁੜੀ ਵਾਲੇ ਮੁੜ ਜਾਣ। ਇਹਨੂੰ ਕਹਿੰਦੇ ਨਾਤੀ ਧੋਤੀ ਰਹਿ ਗਈ, ਨੱਕ 'ਤੇ ਮੱਖੀ ਬਹਿ ਗਈ। ਜਲਦੀ ਕਰਦੇ ਮੈਡਮ, ਪੋਪੋ ਪਾਈਆਂ ਨਾ ਪਾਓ, ਸਿੱਧਾ ਮੂੰਹ ਧੋ ਜੀ, ਜਟਕਾ ਸੌਦਾ। ਇੱਧਰ ਰੂਣਾ ਵੀ ਕਦੇ ਮੂੰਹ ਧੋਤਾ ਹੀ ਨਹੀਂ, ਇੰਨਾ ਟਾਈਮ ਹੈ ਨਹੀਂ, ਮੈਨੂੰ ਛੱਡੋ, ਮੈਂ ਆਪੇ ਧੋਣਾ। ਸਹੀ ਹੋ ਗਿਆ, ਸ਼ੀਰਾ ਦੀ ਧੋਤੋ ਹੀ ਦੇ ਰਿਹਾ, ਐਵੇਂ ਲੈ ਆਇਆ ਮੈਨੂੰ। ਬਸ ਇੰਨੀ ਗੱਲ ਸੀ, ਤੁਸੀਂ ਹੌਲੀ ਹੌਲੀ ਰੂਣ ਨਾਲ ਲੱਗੇ ਹੋਏ ਸੀ, ਅਸੀਂ ਉੱਧਰ ਤਿਆਰ ਹੁੰਦੇ ਰਹਿ ਜਾਣਾ ਸੀ, ਉੱਧਰ ਕੁੜੀ ਵਾਲਿਆਂ ਨੇ ਮੁੜ ਜਾਣਾ ਸੀ, ਨਾ ਫਿਰ ਅਸੀਂ ਕਿਹਦੀ ਮਾਂ ਨੂੰ ਸੱਸ ਕਹਿਣਾ ਸੀ। ਹੈ ਆਪਣਾ ਕਿਸ਼ੋਰੀ, ਫਟਾਫਟ ਇਹਨਾਂ ਦੇ ਪੈਸੇ ਦੇ ਕੇ ਅਤੇ ਹਲਵਾਈ ਦੀ ਦੁਕਾਨ 'ਤੇ ਪਹੁੰਚ, ਨਾਸ਼ਤੇ ਪਾਣੀ ਦਾ ਇੰਤਜ਼ਾਮ ਕਰੀਏ। ਇਹੀ ਹੈ, ਚੰਗੀ ਤਰ੍ਹਾਂ ਕੋਖ ਪੜਤਾਲ ਕਰ ਲਈ, ਜੇ ਕੋਈ ਗੱਲ ਮੈਂ ਭੁੱਲ ਜਾਊਂਗਾ ਤੇ ਤੂੰ ਚੇਤੇ ਰੱਖੀ। ਯਾਦ ਆ ਨਾ ਜਿਹੜੇ ਜਿਹੜੇ ਸੋਲਾਂ ਦਾ ਸਿਰੇ ਰੱਟਾ ਲਵਾਇਆ ਸੀ ਤੈਨੂੰ? ਐਂਡ ਏ ਟੂ ਜ਼ੈਡ ਯਾਦ ਨੇ, ਓਏ ਏ ਟੂ ਜ਼ੈਡ ਨਹੀਂ ਹੁੰਦਾ, ਇੱਕ ਤੋਂ 100 ਹੁੰਦਾ। ਕਾਕਾ ਜੀ, ਕਾਕਾ ਜੀ, ਓ ਡੈਡ, ਕਾਕਾ ਜੀ, ਕਾਕਾ ਜੀ, ਡੈਡ ਕਿਉਂ ਬੈਲਾ ਮਾਰੀ ਜਾਂਦੇ ਜੇ, ਲੱਗਦਾ ਪੱਤੀ ਹੈ ਨੀ, ਬੂਹਾ ਖੜਕਾ ਕੇ ਅੰਦਰ ਜਾਂਦੇ ਆ। ਅੱਛਾ ਚਲੀਏ, ਚੱਲ ਫਿਰ। ਡੈਡ ਰਿਸ਼ਤੇ ਵਾਲੀ ਅਖਬਾਰ ਜੇ ਵੇਖੋ, ਕਿਤੇ ਰਿਸ਼ਤਾ ਮਿੱਧਿਆ ਹੀ ਨਾ ਜਾਏ। ਲੱਗਦਾ ਨੀ ਡੈਡ ਖੁੱਲਾ ਹੀ ਹੈ। ਲੱਗਦਾ ਅੰਦਰ ਹੈ ਨੀ, ਪਰ ਹੁਣ ਅੰਦਰ ਹੀ ਹੈ। ਡੈਡ ਤੁਹਾਨੂੰ ਕਿਵੇਂ ਪਤਾ? ਓਏ ਅੰਦਰ ਕੀ ਗੱਲ ਹੈ, ਚੱਲ ਕਾਕਾ ਜੀ, ਓ ਕਾਕਾ ਜੀ, ਰਿਸ਼ਤੇ ਵਾਲੇ ਕਾਕਾ ਜੀ, ਕਾਕਾ ਜੀ, ਰਿਸ਼ਤੇ ਵਾਲੇ ਕਾਕਾ ਜੀ, ਕੀ ਹੋਇਆ? ਓਏ ਮੂਰਖਾ, ਹੋਣਾ ਕੀ ਹੈ ਕਾਕਾ ਜੀ, ਕਾਕਾ ਜੀ, ਤੂੰ ਤਾਂ ਲਿਆ ਕਾਕਾ। ਸੋਰੀ ਡੈਡ, ਵੀਰ ਜੀ, ਵੀਰ ਜੀ, ਕੀ ਹੋਇਆ? ਓਏ ਦੁਰਫੜੇ ਮੂੰਹ ਤੇਰਾ, ਵੀਰ ਜੀ, ਵੀਰ ਜੀ, ਓਏ ਵੀ ਚੁੱਕੇ ਆਵਾਜ਼ ਦੇਤੀ ਹੈ, ਵੀਰ ਜੀ, ਵੀਰ ਜੀ, ਹੈਂ? ਓ ਤੁਸੀਂ ਤੇ ਵੀਰ ਜੀ ਲੱਭਣ ਨਹੀਂ ਆਇਆ, ਆਪਣੀ ਭੈਣ ਲਈ ਰਿਸ਼ਤਾ ਕਰਨ ਲਈ ਜੀਜਾ ਲੱਭਣਾ? ਹਾਂ ਜੀਜਾ ਜੀ, ਜੀਜਾ ਜੀ, ਜੀਜਾ ਜੀ, ਕੀ ਹੋਇਆ? ਰਿਸ਼ਤਾ ਹੋ ਗਿਆ, ਜੀਜਾ ਬਣ ਗਿਆ, ਲਾਵਾਂ ਫੇਰੇ ਹੋ ਗਏ, ਫੇਰ ਕੀ ਜੀਜਾ ਜੀ, ਜੀਜਾ ਜੀ ਲਾਈ ਹੈ? ਹੈਂ ਜੋ ਮੈਂ ਨਹੀਂ ਵੇਖਦਾ ਮੁੰਡਾ, ਮੈਨੂੰ ਨਾਲ ਕਿਉਂ ਲੈ ਗਿਆ ਜੇ, ਬੋਲਣ ਤਾਂ ਦਿੰਦੇ ਨਹੀਂ। ਓਏ ਤੈਨੂੰ ਡਰਾਈਵਰੀ ਕਰਨ ਲਈ ਨਾਲ ਲੈ ਕੇ ਆਇਆ, ਹੈਂ? ਬੋਲਣ ਚਾਲਣ ਲਈ ਨਹੀਂ, ਓ ਬੋਲਣ ਚਾਲਣ ਨੂੰ ਮੈਂ ਹੈਗਾ ਨਾ, ਤੂੰ ਇਹਦਾ ਕਰ,
ਜਾ ਜਾ ਕੇ ਦੇਖਿਆ ਕਿਤੇ ਬੈਡਰੂਮ ਚ ਸ਼ਰਮਾ ਕੇ ਨਾ ਬੈਠਾ ਹੋਵੇ। ਤੁਸੀਂ ਚਿੰਤਾ ਨਾ ਕਰੋ ਡੈਡ, ਭਾਵੇਂ ਬੈਡਰੂਮ ਚ ਤੇ ਭਾਵੇਂ ਬਾਥਰੂਮ ਚ ਮੈਂ ਹੁਣੇ ਜੀਜਾ ਕੱਢ ਕੇ ਲਿਆਉਣਾ। ਕੀ ਹੋਇਆ? ਓਏ ਧਿਆਨ ਨਾਲ ਦਰਵਾਜ਼ਾ ਖੜਕਾ ਕੇ ਜਾਈ, ਕਿਤੇ ਨਹਾਉਂਦਾ ਨਹਾਉਂਦਾ ਹੀ ਨਾ ਬਾਹਰ ਕੱਢ ਲਈ ਜਵਾਈ ਭਾਈ ਆ ਭਾਈ। ਉਹ ਛੱਡੋ ਤੇ ਸਹੀ। ਗੇਟ ਤੇ ਖੁੱਲ੍ਹਾ ਹੀ ਆ, ਲੱਗਦਾ ਸਾਨੂੰ ਡੀਕ ਡੀਕ ਕੇ ਹੁਣੇ ਅੰਦਰ ਗਏ ਆ। ਚਲੋ ਆ ਜਾਓ। ਰੁਕਿਓ ਰੁਕਿਓ ਜੀ, ਮੈਨੂੰ ਆਪਣਾ ਮੇਕਅਪ ਤਾਂ ਦੇਖ ਲੈਣ ਦਿਓ। ਮੈਂ ਕੁੜੀ ਨੂੰ ਵੇਖਣਾ, ਤੈਨੂੰ ਨੀ ਵੇਖਣਾ, ਜਿੱਥੇ ਕਿਤੇ ਸ਼ੀਸ਼ਾ ਕੱਢ ਕੇ ਬਹਿ ਜਾਂਦੀ ਹੈ। ਤੁਹਾਨੂੰ ਤੇ ਬੋਲਣ ਦਾ ਚੱਜ ਆ ਹੀ ਨਹੀਂ ਸਕਦਾ, ਤੁਹਾਡਾ ਹਮੇਸ਼ਾ ਹੀ ਦਿਮਾਗ ਖਰਾਬ ਰਹਿੰਦਾ। ਓਫੋ, ਮੇਰੇ ਸਾਕ ਲਈ ਆਏ ਹੋ ਕਿ ਆਪਣੇ ਤਲਾਕ ਲਈ? ਘਰ ਘਰ ਇੱਕੋ ਹੀ ਕੰਮ ਰਹਿੰਦਾ। ਚਲੋ ਅੰਦਰ। ਡੈਡੀ ਜੀ, ਡੈਡੀ ਜੀ, ਕਮਾਲ ਕਰ ਦਿੱਤੀ ਹੈ, ਬੜੀ ਫੁਰਤੀ ਮਾਰੀ ਹੈ ਵੀ। ਆਲੋ ਮੂੰਹ ਮਿੱਠਾ ਕਰੋ। ਹੂੰ, ਜੀਜਾ ਜੀ ਲੱਭ ਗਿਆ ਨਾ? ਜੀਜਾ ਨਹੀਂ ਲੱਭਾ, ਡੱਬਾ ਲੱਭਾ। ਕੀ ਹੋਇਆ? ਓ ਮੈਂ ਤੈਨੂੰ ਜੀਜਾ ਲੱਭਣ ਨੂੰ ਕਹਿਣਾ ਤੇ ਤੂੰ ਡੱਬੇ ਲੱਭੀ ਜਾਂਦਾ। ਚਲ ਵਾਪਸ ਰੱਖ ਖਾਨੇ ਆ। ਓਏ ਰੱਖ ਖਾਨੇ ਨਹੀਂ, ਰੱਖ ਖਾਨੇ ਆ। ਜੀ ਸੁੱਕੀ ਬਰਫੀ ਤੇ ਗਲੋਂ ਲੈਣੀ ਨੀ, ਮੈਂ ਚਾਹ ਬਣਾ ਕੇ ਲਿਆਣਾ। ਹਾਂ ਠੀਕ ਹੈ ਦਾਦਾ, ਬਣਾ ਕੇ ਲੱਗਿਆ। ਓਏ ਮੈਨੂੰ ਤਾਂ ਗੈਸ ਵੀ ਨਹੀਂ ਬਣ ਜਾਂਦੀ। ਓਏ ਕੰਜਰਾ, ਏਦਾਂ ਕਰ, ਇੱਕ ਗੇੜਾ ਹੋਰ ਦੇ, ਹੋਰ ਰਾੜ ਦੇ ਥੋੜੇ ਜੇ। ਗੱਲ ਸੁਣ ਮੇਰੀ, ਸਮੋਸੇ ਆਪਾਂ ਕੁੜੀ ਵਾਲਿਆਂ ਨੂੰ ਰਾੜ ਕੇ ਖਵਾਉਣੇ ਆ ਕਿ ਸਾੜ ਕੇ ਖਵਾਉਣੇ? ਦਰਅਸਲ ਮੈਂ ਚਾਹੁੰਦਾ ਵੀ ਕੁੜੀ ਨੂੰ ਨਾ ਸਮੋਸਿਆਂ ਦਾ ਚਸਕਾ ਪੈ ਜੇ, ਅਗਲੀ ਤੇ ਇੱਥੇ ਬਿੱਟਰ ਕੇ ਬਹਿ ਜੇ, ਇੱਥੇ ਹਲਵਾਈ ਦੀ ਦੁਕਾਨ ਬੜੀ ਅੱਛੀ ਇਹਨਾਂ ਦੇ ਕੋਲ, ਮੈਂ ਤੇ ਇੱਥੇ ਹੀ ਵਿਆਹ ਕਰਾਉਣਾ। ਮੈਂ ਕਹਿੰਦਾ ਵੀ ਕਿਸੇ ਤਰੀਕੇ ਹਾਂ ਹੋਵੇ ਬਸ। ਭਗਵਾਨੇ ਇੱਥੇ ਤਾਂ ਕੋਈ ਘਰ ਹੀ ਨਹੀਂ ਦਿੰਦਾ, ਪਰ ਤੇਰੇ ਮੇਕਅਪ ਨੇ ਲੇਟ ਕਰਾਇਆ, ਲੱਗਦਾ ਮੁੰਡਾ ਵਿਆਹਣ ਚਲੇ ਗਿਆ। ਬਹਿ ਜਾਓ ਘਰ ਹੀ ਹੋਣਗੇ, ਦੇਖੋ ਫਰਨੀਚਰ ਕਿੰਨਾ ਸੋਹਣਾ। ਇੰਗੜੀ ਦੀ ਪੜਿੰਗੜੀ ਲੈ ਕੇ ਬਹਿ ਜਾਂਦੀ ਆ ਤੇ ਦੋਸ਼ ਮੁੜ ਕੇ ਸਾਰਾ ਮੇਰੇ ਮੱਥੇ ਤੇ ਮੜ ਦਿੰਦੀ ਆ। ਆਹੋ ਤੇ ਫਿਰ ਤੁਹਾਨੂੰ ਪਿਛਲੀ ਵਾਰੀ ਕੀ ਕਹਿਣ ਦੀ ਲੋੜ ਸੀ ਵੀ ਕੁੜੀ ਨੀਂਦ ਚ ਉੱਠ ਕੇ ਤੁਰ ਪੈਂਦੀ ਆ ਤੇ ਉਹ ਵਿਚਾਰਾ ਬੌਂਦਲ ਗਿਆ ਤੇ ਉਹਨੇ ਸੋਚਿਆ ਮੈਂ ਸਾਰੀ ਰਾਤਾਂ ਕੁੜੀ ਨੂੰ ਘੇਰ ਘੇਰ ਲਿਆਉਂਦਾ ਰਹੂੰਗਾ। ਵੱਡੇ ਆਏ ਸਿਆਣੇ, ਤੂੰ ਬਹੁਤ ਸਿਆਣੀ ਆ, ਆਪਣੇ ਆਪ ਬਹੁਤ ਸਿਆਣੀ ਬਣਦੀ ਆ, ਆਪਣਾ ਦਿਮਾਗ ਜਿਹੜਾ ਨਾ ਇਹਨੂੰ ਕੰਟਰੋਲ 'ਚ ਰੱਖਿਆ ਕਰ। ਨਾ ਤੁਸੀਂ ਹੁਣ ਮੇਰਾ ਦਿਮਾਗ ਖਾਣਾ ਬੰਦ ਕਰੋਗੇ ਕਿ ਨਹੀਂ? ਤੇਰਾ ਦਿਮਾਗ ਹੈ ਕਿਹੜਾ ਜਿਹਾ? ਮੈਂ ਖਾਣਾ ਸਾਰਾ ਦਿਨ ਮਹੱਲੇ 'ਚ ਐਵੇਂ ਰੌਲਾ ਪਾਈ ਫਿਰਦੀ ਰਹਿੰਦੀ ਹਾਂ। ਮੈਂ ਕਹਿੰਦੀ ਹਾਂ ਜਿਹੜੀ ਆਪਣੀ ਗਿੱਠ ਜਿਹੜੀ ਜਵਾਨ ਹੈ ਨਾ ਇਹਨੂੰ ਲਗਾਮ ਦੇ ਦਿਓ। ਤੂੰ ਦੇ ਡੈਡੀ, ਬੰਦ ਕਰੋ ਆਪਣੀ ਮਹਾਭਾਰਤ, ਮੇਰੇ ਸਵਾਮਰ ਦੀ ਗੱਲ ਸ਼ੁਰੂ ਕਰੋ। ਲੈ ਵੀ ਆਖਰੀ ਵਾਰੀ ਲੈਣ ਲੱਗੇ ਆਪਾਂ ਇੱਥੋਂ ਸਮੋਸੇ, ਮੁੜ ਕੇ ਤੇ ਭਾਬੀ ਦੇ ਹੱਥ ਦੇ ਹੀ ਖਾਇਆ ਕਰਾਂਗੇ, ਨਾਲੇ ਸਮੋਸੇ ਬਣਾਉਣੇ ਤੇ ਭਾਬੀ ਨੂੰ ਆਉਂਦੇ ਹੀ ਹੋਣੇ ਆ। ਵੈਸੇ ਤਾਂ ਸਮੋਸੇ ਬਣਾਉਣੇ ਉਹਨੂੰ ਆਉਂਦੇ ਹੀ ਹੋਣੇ ਆ, ਬਾਕੀ ਜੇ ਨਾ ਵੀ ਆਉਂਦੇ ਹੋਏ ਨਾ ਤਾਂ ਆਪਾਂ ਜ਼ਿਆਦਾ ਸੀਰੀਅਸਲੀ ਨਹੀਂ ਲੈਣਾ, ਇਹਨਾਂ ਵੀ ਸਾਰਾ ਸਮੋਸਿਆਂ ਕਰਕੇ ਕਿਤੇ ਰਿਸ਼ਤਾ ਹੀ ਰਹਿ ਜਾਵੇ। ਹੋਰ ਠੀਕ ਹੋ ਪੁੱਤ ਜੀ? ਸੁਣਾ ਮੇਰਾ ਪੁੱਤ, ਠੀਕ ਹੈ? ਕਾਕਾ ਰਾਜੀ ਭਾਜੀ ਜੀ ਤੁਸੀਂ ਉਧਰ ਤੇ ਅਸੀਂ ਇੱਧਰ ਹੀ ਘੁੰਮੀ ਜਾਂਦੇ ਹਾਂ। ਅਸੀਂ ਬਹੁਤ ਸ਼ਰਮਿੰਦੇ ਹਾਂ ਜੀ, ਅਸੀਂ ਆਪ ਬੜੇ ਸ਼ਰਮਿੰਦੇ ਹਾਂ ਜੀ। ਲਓ ਕਰ ਲਓ ਗੱਲ, ਤੁਸੀਂ ਵੀ ਸ਼ਰਮਿੰਦੇ ਤੇ ਅਸੀਂ ਵੀ ਸ਼ਰਮਿੰਦੇ, ਏਦਾਂ ਹੀ ਤਾਂ ਸੰਜੋਗ ਮਿਲਦੇ ਆ ਜੀ। ਕਾਕਾ ਜੀ, ਕਾਕਾ ਜੀ, ਕਾਕਾ ਜੀ ਤੇ ਹੈ ਸਭ ਕੁਛ, ਅਸੀਂ ਤੇ ਬਸ ਨਾਲ
ਮੋਰਲ ਸਪੋਰਟ ਲਈ ਹੈ, ਬਾਕੀ ਜ਼ਿੰਮੇਵਾਰੀ ਤਾਂ ਕਾਕਾ ਜੀ ਦੀ ਹੈ ਨਾ। ਬਸ ਬਸ, ਮੈਂ ਤਾਂ ਜਿਉਂਦੀ ਬੈਠੀ ਸੀ ਇਹੀ ਨੋਟ ਕਰ ਰਹੀ ਸੀ ਵੀ ਕਾਕਾ ਜੀ ਸ਼ਗਲ ਤੋਂ ਹੀ ਬੜੇ ਜ਼ਿੰਮੇਵਾਰ ਲੱਗਦੇ ਨੇ। ਵੈਸੇ ਕਾਕਾ ਜੀ ਕਰਦੇ ਕੀ ਨੇ ਜੀ? ਕਾਕਾ ਜੀ ਕੀ ਕਰਦੇ ਨੇ? ਉਹ ਕਾਕਾ ਜੀ ਦੀ ਛੱਡੋ, ਕਾਕਾ ਜੀ ਤੇ ਬਹੁਤ ਕੁਛ ਕਰਦੇ ਨੇ। ਜੇ ਆਪਾਂ ਬੇਟੀ ਬਾਰੇ ਗੱਲ ਕਰੀਏ ਤਾਂ ਜ਼ਿਆਦਾ ਚੰਗਾ ਹੈਗਾ ਨਾ ਜੀ। ਇੱਕ ਗੱਲ ਹੈ ਜੀ, ਲੜਕੀ ਬੜੀ ਗੁਣਵੰਤੀ ਹੈ ਜੀ, ਸਭ ਤੋਂ ਵੱਡੀ ਗੱਲ ਕਿ ਪੜ੍ਹੀ ਲਿਖੀ ਵੀ ਹੈ, ਖੂਬਸੂਰਤ ਵੀ ਕਾਫੀ ਹੈ। ਜੇ ਤੁਹਾਡੇ ਵੱਲੋਂ ਹਾਂ ਹੋਏ ਤੇ ਮੇਰੇ ਮਨ ਦਾ ਬੋਝ ਹਲਕਾ ਹੋ ਜਾਏਗਾ। ਤੁਸੀਂ ਬਸ ਇੱਕ ਵਾਰੀ ਝਾਤੀ ਮਾਰ ਲਓ। ਝਾਤੀ ਕਾਹਦੀ ਜੀ, ਇੱਧਰ ਤੇ ਝਾਤੇ ਵੱਜੇ ਨੇ, ਸਾਡੇ ਵੱਲੋਂ ਤੇ ਹਾਂ ਹੀ ਹਾਂ ਹੈ ਜੀ। ਉਹ ਤਾਂ ਠੀਕ ਹੈ ਜੀ, ਪਰ ਮੈਂ ਚਾਹੁੰਦਾ ਸੀ ਇੱਕ ਵਾਰੀ ਬੇਟਾ ਬੇਟੀ ਨੂੰ ਮਿਲ ਲਵੇ। ਸਾਨੂੰ ਕਾਹਦਾ ਤਰਾਜਾ ਜੀ, ਮਿਲ ਲੈਣ ਕੀ ਭਾਵੇਂ ਘੁਲ ਮਿਲ ਲੈਣ। ਕਾਫੀ ਫਰੈਂਕ ਹੋ ਤੁਸੀਂ, ਫਰੈਂਕ ਕੀ ਤੁਹਾਡੇ 'ਚ ਵੀ ਘੱਟ ਨਹੀਂ, ਤੁਸੀਂ ਵੀ ਕਾਫੀ ਫਰੈਂਕ ਹੋ। ਤੁਹਾਨੂੰ ਆਪਣੇ ਸ਼ਰਮਿੰਦੇ ਸ਼ਰਮਿੰਦੇ ਵਾਲੇ ਗੁਣ ਮਿਲ ਗਏ, ਹੁਣ ਫਰੈਂਕ ਫਰੈਂਕ ਵਾਲੇ ਆਪਣੀ ਤਾਂ ਸਮਝੋ ਗੱਲ ਹੁਣ ਬਣੀਓ ਹੀ ਬਣੀ ਹੈ। ਭਾਈ ਸਾਹਿਬ ਜਰਾ ਗੱਲ ਸੁਣੋਗੇ ਇੱਕ ਮਿੰਟ? ਹਿੰਮਤ ਸਿੰਘ। ਥੋੜੀ ਹਿੰਮਤ ਕਰੋ ਨਾ। ਤੁਹਾਡੇ ਭਰਾ ਲਈ ਰਿਸ਼ਤਾ ਵੇਖਿਆ ਜਾ ਰਿਹਾ? ਕੀ ਗੱਲ ਕਰ ਰਹੇ ਹੋ, ਮੇਰਾ ਤੇ ਕੋਈ ਭਰਾ ਹੀ ਨਹੀਂ ਹੈਗਾ। ਦਰਅਸਲ ਮੇਰੇ ਮੰਮੀ ਪਾਪਾ ਮੇਰਾ ਵਿਆਹ ਕਰਨ ਆਏ ਆ। ਅੱਛਾ ਜੀ, ਮੁਬਾਰਕਾਂ। ਕਿਹਦੇ ਨਾਲ ਕਰ ਰਹੇ ਹੋ ਵਿਆਹ? ਤੁਹਾਡੇ ਨਾਲ। ਮੇਰੇ ਨਾਲ? ਮੈਨੂੰ ਪਤਾ ਹੀ ਨਹੀਂ। ਹੋਰ ਐਵੇਂ ਥੋੜਾ ਪਟਿਆਲੇ ਤੋਂ ਚੱਲ ਕੇ ਆਏ ਆ। ਕੀ ਗੱਲਾਂ ਕਰਦੇ ਹੋ, ਅਸੀਂ ਜਗਾਦਰੀ ਤੋਂ ਚੱਲ ਕੇ ਆਏ ਆ। ਅਸੀਂ ਤੁਹਾਡੇ ਘਰ ਆਏ ਆ। ਨਹੀਂ, ਅਸੀਂ ਤੁਹਾਡੇ ਘਰ ਆਏ ਆ। ਅਸੀਂ ਤੁਹਾਡੇ ਘਰ ਆਏ ਆ। ਅਸੀਂ ਤੁਹਾਡੇ ਘਰ ਆਏ ਆ। ਅਸੀਂ ਤੁਹਾਡੇ ਘਰ ਆਏ, ਚਾਹੇ ਪੁੱਛ ਲਓ ਆਪਣੇ ਡੈਡੀ ਤੋਂ। ਅਸੀਂ ਤੁਹਾਡੇ ਘਰ ਆਏ ਆ, ਚਾਹੇ ਪੁੱਛ ਲਓ ਆਪਣੇ ਮੰਮੀ ਡੈਡੀ ਕੋ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਮੈਨੂੰ ਦਾਲ 'ਚ ਕੁਛ ਕਾਲਾ ਲੱਗ ਰਿਹਾ, ਬਲਕਿ ਦਾਲ ਹੀ ਕਾਲੀ ਲੱਗ ਰਹੀ ਹੈ। ਮੈਂ ਤੇ ਆਪਣੀ ਭੈਣ ਵਾਸਤੇ ਮੁੰਡਾ ਵੇਖਣ ਆਇਆ ਸੀ। ਮੇਰੇ ਮੰਮੀ ਡੈਡੀ ਵੀ ਮੁੰਡਾ ਵੇਖਣ ਆਏ ਸੀ। ਫੈਸਲਾ ਕਰ ਚੁੱਕੀ ਹਾਂ, ਮੈਂ ਤੁਹਾਨੂੰ ਦਿਲੋਂ ਆਪਣਾ ਮੰਨ ਚੁੱਕੀ ਹਾਂ। ਕੀ ਗੱਲਾਂ ਕਰਦੇ ਹੋ? ਔਰ ਇੱਕ ਹਿੰਦੁਸਤਾਨੀ ਔਰਤ ਜਿਸ ਨੂੰ ਆਪਣਾ ਮੰਨ ਲਵੇ, ਪਰ ਤੁਸੀਂ ਪ੍ਰੋਮਿਸ ਕਰੋ ਕਿ ਤੁਸੀਂ ਮੇਰੇ ਨਾਲ ਵਿਆਹ ਕਰਾਓਗੇ। ਐਕਚੁਅਲੀ ਨਾ ਮੈਂ ਭੈਣ ਵਾਸਤੇ ਰਿਸ਼ਤਾ ਵੇਖਣ ਆਇਆ ਸੀ, ਇਸ ਕਰਕੇ ਬਹੁਤਾ ਖੁੱਲ ਨਹੀਂ ਸੀ ਰਿਹਾ। ਵੈਸੇ ਮੈਂ ਉੱਥੋਂ ਦੂਰੋਂ ਬੈਠਾ ਬੈਠਾ ਤੁਹਾਡੇ ਵੱਲ ਤੀਰੀ ਅੱਖ ਨਾਲ ਵੇਖੀ ਜਾ ਰਿਹਾ ਸੀ। ਬਸ ਆਪਣਾ ਵਿਆਹ ਹੋ ਜਾਵੇ, ਫਿਰ ਆਪਾਂ ਤੁਹਾਡੀ ਭੈਣ ਜਾਨੀ ਕਿ ਮੇਰੀ ਨਨਾਣ, ਉਹਦਾ ਵਿਆਹ ਮਿਲ ਕੇ ਕਰਾਂਗੇ। ਵੇਖੋ ਭਾਈ ਸਾਹਿਬ, ਗਲਤੀ ਤੁਹਾਡੀ ਹੈ, ਪਹਿਲਾਂ ਤੁਹਾਨੂੰ ਸਾਰੀ ਗੱਲ ਮੇਰੇ ਨਾਲ ਕਰਨੀ ਚਾਹੀਦੀ ਸੀ। ਵੀਰ ਜੀ, ਗੱਲ ਤੇ ਤੁਸੀਂ ਵੀ ਕੋਈ ਕਲੀਅਰ ਨਹੀਂ ਨਾ ਕੀਤੀ। ਦੇਖੋ ਗਲਤੀ ਨਹੀਂ ਕੀਤੀ, ਗਲਤੀ ਤੇ ਤੁਹਾਡੀ ਹੋ ਗਈ ਨਾ। ਜੇ ਗਲਤੀ ਤੁਹਾਡੀ ਹੈ ਤਾਂ ਤੁਸੀਂ ਗਲਤੀ ਮੰਨਦੇ ਕਿਉਂ ਨਹੀਂ? ਗਲਤੀ ਤੁਹਾਡੀ ਹੈ, ਤੁਹਾਡੀ ਹੈ, ਤੁਹਾਡੀ ਹੈ, ਬਸ। ਭਰਾ ਜੀ, ਗਲਤੀ ਜਿਹੜੀ ਹੋ ਗਈ ਉਹ ਹੋ ਗਈ, ਹੁਣ ਆਹ ਗਲਤੀ ਤੇ ਨਾ ਕਰੋ ਪਲੀਜ਼। ਜਰਾ ਸੌਰੀ 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 ਗਲਤੀ ਗਲਤੀ ਚ ਇੱਕ ਗੱਲ ਠੀਕ ਹੋ ਗਈ ਜੇ, ਅਸੀਂ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਤੁਸੀਂ ਮੇਰਾ ਵਿਆਹ ਕਰਨਾ ਹੈ ਨਾ? ਅਸੀਂ ਦੋਨਾਂ ਨੇ ਇੱਕ ਦੂਸਰੇ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ, ਤੁਹਾਨੂੰ ਕੋਈ ਇਤਰਾਜ਼? ਨਹੀਂ, ਇਤਰਾਜ਼ ਤੇ ਕੋਈ ਨਹੀਂ, ਪਰ ਭਾਈ ਸਾਹਿਬ ਮੈਂ ਤੇ ਪਹਿਲੇ ਆਪਣੀ ਬੇਟੀ ਦਾ ਬੋਝ ਲਾਉਣਾ ਚਾਹੁੰਦਾ ਸੀ, ਪਰ ਜੇ ਵੱਡਾ ਬੋਝ ਲਿਖਿਆ ਤੇ ਮੈਨੂੰ ਕੀ ਇਤਰਾਜ਼ ਹੋ ਸਕਦਾ? ਚਲੋ ਜੀ, ਮੀਆਂ ਬੀਬੀ ਰਾਜੀ ਤੇ ਕੀ ਕਰੇਗਾ ਕਾਜੀ। ਮੈਨੂੰ ਨੀ ਪਤਾ ਲੱਗਾ ਕਿੱਦਾਂ ਦੀ ਆ। ਪਤਾ ਤੇ ਮੈਨੂੰ ਅਜੇ ਤੁਹਾਡਾ ਵੀ ਨੀ ਲੱਗਾ ਵੀ ਤੁਸੀਂ ਕੌਣ ਹੋ। ਅਸੀਂ ਇਹਨਾਂ ਦੇ ਕੁੜਮ ਤੇ ਇਹ ਮਤਲਬ ਕੌਣ ਨੇ ਇਹਨਾਂ ਦਾ ਵੀ ਨੀ ਪਤਾ ਮੈਨੂੰ। ਮੈਂ ਕੌਣ ਮੈਂ
ਹੈਨਾ ਮਾਰੇ ਗੱਸ ਕਰਦਾ ਮੈਂ ਕੌਣ ਕਰ ਰਿਹਾ ਮੈਨੂੰ ਮੇਰਾ ਕਰ ਰਿਹਾ ਯਾਰ ਕੌਣ ਕਰਦਾ ਮੈਨੂੰ ਮੇਰਾ ਕਰ ਰਿਹਾ ਕੁਰਸੀਆਂ ਮੇਰੀਆਂ ਸੋਫੇ ਮੇਰੇ ਆ ਪੋਸਟਰ ਵੀ ਮੇਰੇ ਯਾਰ ਦਾ ਲੱਗਾ ਮੈਂ ਪੱਖਾ ਮੇਰਾ ਲੱਡੂ ਮੇਰੇ ਰੰਗ ਮੈਂ ਕਰਾਇਆ ਪਰਦੇ ਮੇਰੇ ਨਾ ਮੈਂ ਕੱਟ ਜਿੱਥੇ ਮਰਜੀ ਜਾਵਾਂ ਜਿੱਥੇ ਮਰਜੀ ਜਾਵਾਂ ਉਹ ਸਾਰਾ ਕੰਮ ਮੇਰਾ ਆ ਮੇਰਾ ਘਰ ਹੈ ਸ਼ੱਟ ਅਪ ਜੇ ਕਿਸੇ ਨੂੰ ਪਿੱਛੇ ਕੋਣ ਕੌਣ ਅਟਾਈ ਲੱਖ ਆਪਣੇ ਘਰ ਤੋਂ ਸੁੱਟ ਸਕਦਾ ਤੇਰੀ ਮੈਂ ਆਹ ਸੋਕੇ ਪਰ ਵੀ ਥੱਲੇ ਸੁੱਟੀ ਮੈਂ ਹੋਰ ਕਿਸੇ ਨਾਲ ਨਹੀਂ ਸੁੱਟ ਮੈਂ ਕੌਣ ਆ ਮਾਲਕੋ ਮਾਲਕ ਹਾਂ ਮਾਲਕ ਹਾਂ ਤੁਸੀਂ ਮਾਲਕ ਹੋ ਹਾਂ ਮਾਲਕ ਹਾਂ ਮੈਂ ਇਹਦਾ ਮਤਲਬ ਇਹ ਹੋਇਆ ਕਿ ਆਪਣੀ ਕੁੜੀ ਵਾਸਤੇ ਅਸੀਂ ਤੁਹਾਨੂੰ ਦੇਖਣ ਆਏ ਸੀ ਹਾਂ ਅਸੀਂ ਵੀ ਤੁਹਾਨੂੰ ਹੀ ਵੇਖਣ ਆਏ ਸੀ ਆਪਣੀ ਕੁੜੀ ਵਾਸਤੇ ਕਿਉਂ ਅੱਖਾਂ 'ਚ ਫੋਲੇ ਪੈ ਗਏ ਨੇ ਵੇਖੋ ਮੈਨੂੰ ਵੇਖੋ ਨਾ ਵੇਖੋ ਗੌਰ ਨਾਲ ਵੇਖੋ ਮੈਨੂੰ ਪਸੰਦ ਕਰੋ ਗੱਲ ਮੁਕਾਓ ਲੱਡੂ ਛੱਡੂ ਆਏ ਨੇ ਵੇਖੋ ਹੋਇਆ ਕੀ ਹੁਣ ਰਿੰਦੇ ਕਿਉਂ ਨਹੀਂ ਹੋਇਆ ਕੀ ਸਮਝ ਗਿਆ ਜੀ ਗੱਲ ਸਾਰੀ ਮੈਂ ਆ ਲੱਡੂਆਂ ਬਰਫੀਆਂ ਨੇ ਬੇੜਾ ਗਰਕ ਕਰਾਇਆ ਮੇਰਾ ਬਸ ਮੈਂ ਸਮਾਨ ਇਕੱਠਾ ਕਰਦਾ ਰਹਿ ਗਿਆ ਤੇ ਮਗਰੋਂ ਘਰ ਤੁਸੀਂ ਇਕੱਠੇ ਹੋ ਗਏ ਕਰ ਦੇਖੋ ਗੱਲ ਇਹ ਵੀ ਚਲੋ ਬਾਈ ਚਾਂਸ ਇਹਨਾਂ ਦੇ ਆ ਚਿੜੇ ਦਾ ਤੁਹਾਡੀ ਕਬੂਤਰੀ ਨਾਲ ਸਾਕ ਹੋ ਗਿਆ ਆਈ ਡੋਂਟ ਮਾਈਂਡ ਪਰ ਅੱਜ ਤਾਂ ਦੇਖੋ ਤੁਸੀਂ ਵੀ ਆਪਣੀ ਬੇਟੀ ਦਾ ਰਿਸ਼ਤਾ ਕਰਨ ਸੀ ਨਾ ਇੱਥੇ ਹਾਂ ਹਨਾ ਤੇ ਵੇਖੋ ਤੁਹਾਨੂੰ ਬੇਟੀ ਵਾਸਤੇ ਤੇ ਅਜੇ ਦਿਮਾਗ ਚਾਹੀਦਾ ਹੀ ਨਾ ਜੁਰਾਬੀ ਸੌਰੀ ਕਾਕਾ ਕੀ ਗੱਲ ਹੋ ਗਈ ਜਦੋਂ ਅਸੀਂ ਤੁਹਾਨੂੰ ਦੇਖਣ ਲਈ ਇੱਧਰ ਆਏ ਨਾ ਤੇ ਪਿੱਛੋਂ ਚਿੰਕੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਜਿੱਥੇ ਰਿਸ਼ਤਾ ਕਰਨ ਜਾ ਰਿਹਾ ਮੈਂ ਉੱਥੇ ਰਿਸ਼ਤਾ ਨਹੀਂ ਕਰਨਾ ਕਿਉਂਕਿ ਮੈਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰ ਲਿਆ ਉਹ ਕੌਣ ਹੁੰਦੀਆਂ ਪਸੰਦ ਕਰਨ ਵਾਲੀ ਦੇਖੋ ਕੁੜੀ ਆਪਣੇ ਨੂੰ ਤੁਹਾਡਾ ਜ਼ੋਰ ਹੀ ਨਹੀਂ ਆਪਣੀ ਕੁੜੀ ਤੇ ਐ ਕੁੜੀਆਂ ਕੌਣ ਹੁੰਦੀਆਂ ਆਪਣੇ ਰਿਸ਼ਤੇ ਪਸੰਦ ਕਰਨ ਵਾਲੀਆਂ ਦੇਖੋ ਜੀ ਆਖਿਰ ਪਿਓ ਦੀ ਪੱਗ ਦਾ ਸਵਾਲ ਹੁੰਦਾ ਇਹਦਾ ਮੈਂ ਪੱਗ ਬੰਨਦਾ ਹੀ ਨਹੀਂ ਨਾ ਇਸ ਲਈ ਉਹਨੇ ਇਦਾਂ ਕੀਤਾ ਪਰ ਫਿਰ ਵੀ ਤੁਸੀਂ ਉਹਨੂੰ ਰੋਕ ਕੇ ਤੇ ਵੇਖੋ ਕੀ ਪਤਾ ਅਗਲੀ ਨੂੰ ਮੰਨ ਜੇ ਉਹਨੂੰ ਕਹੋ ਵੀ ਨਹੀਂ ਅਸੀਂ ਪੱਕਾ ਕਰਦਾ ਕਿਤੇ ਤੇਰਾ ਰਿਸ਼ਤਾ ਬੇਟਾ ਮੇਰੀ ਗੱਲ ਸੁਣ ਇਦਾਂ ਹਾਂ 22 ਤਰੀਕ ਹੈ ਨਾ ਮੁੰਡੇ ਕੁੜੀ ਦਾ ਵਿਆਹ ਕਰਨ ਜਾ ਰਿਹਾ ਤੂੰ ਜ਼ਰੂਰ ਆਈ ਕਿੱਥੇ ਆਵਾਂ ਕਿਉਂ ਆਵਾਂ ਮੈਂ ਯਾਰ ਵਿਹਲਾ ਮੈਂ ਤੁਹਾਡੇ ਮੁੰਡੇ ਦੇ ਵਿਆਹ ਤੇ ਆਵਾਂ ਵੇਖੋ ਕਾਕਾ ਜੀ ਤੁਸੀਂ ਬਰਾਤੇ ਨਹੀਂ ਨਾ ਆਉਣਾ ਤੁਸੀਂ ਸਾਡੇ ਵੱਲੋਂ ਆਓ ਕੁੜੀ ਵਾਲਿਆਂ ਵੱਲੋਂ ਵੇਖੋ ਨਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਇਸ ਕਰਕੇ ਨਾ ਤੁਸੀਂ ਆ ਕੇ ਹੱਥੀਂ ਆਪਣੀ ਭੈਣ ਦੀ ਡੋਲੀ ਤੋਰੋ ਮੁੰਡੇ ਨਾਲ ਹੀ ਤੁਹਾਡਾ ਮਤਲਬ ਕੁੜੀ ਵਾਲਿਆਂ ਵੱਲੋਂ ਆਵਾਂ ਮੈਂ ਹਾਂਜੀ ਕੀ ਗੱਲ ਕਰ ਰਹੇ ਤੁਸੀਂ ਤੁਸੀਂ ਆ ਕੇ ਆਪਣੇ ਹੱਥੀਂ ਭੈਣ ਦੀ ਡੋਲੀ ਵਿਦਾ ਕਰੋ